ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਵਿਕਟੀਵੇ ਉੱਤੇ। ਫਰੈਂਡਸ, ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਫਰਵਰੀ ਮਾਰਚ 2024 ਦੇ ਕਰੰਟ ਅਫੇਅਰਸ। ਇਹ ਕਲਾਸ ਤੁਹਾਡੇ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਨੇ ਉਹਨਾਂ ਲਈ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਇਹ ਕਲਾਸ PSSB ਦੇ ਜਿੰਨੇ ਵੀ ਇਗਜ਼ਾਮ ਅਪਕਮਿੰਗ ਇਗਜ਼ਾਮ ਆਉਣ ਵਾਲੇ ਨੇ ਉਹਨਾਂ ਲਈ ਬਹੁਤ ਮਹੱਤਵਪੂਰਨ ਹੈਗੀ। ਨਾਲ ਹੀ ਇਸਦੇ PPSC, PCS, SSC, ਰੇਲਵੇ ਔਰ ਪੰਜਾਬ ਪੁਲਿਸ ਕਾਂਸਟੇਬਲ ਦੇ ਲਈ ਬਹੁਤ ਮਹੱਤਵਪੂਰਨ ਕਲਾਸ ਹੈ। ਇਸ ਕਲਾਸ ਦੇ ਵਿੱਚ ਆਪਾਂ ਫਰਵਰੀ ਮਾਰਚ 2024 ਦੇ ਕਰੰਟ ਅਫੇਅਰ ਕਰਾਂਗੇ। ਜੇਕਰ ਤੁਸੀਂ ਇਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਾ ਕੇ ਲਾਈਕ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਆਪਣੇ ਸੱਜਣ ਦੋਸਤਾਂ ਮਿੱਤਰਾਂ ਨੂੰ ਦੱਸੋ ਕਿ ਇੱਥੇ ਬਹੁਤ ਵਧੀਆ ਕੰਟੈਂਟ ਦੇ ਵਿੱਚ ਕਰੰਟ ਅਫੇਅਰ ਅਤੇ ਹੋਰ ਸਬਜੈਕਟ ਵੀ ਵਧੀਆ ਤਰੀਕੇ ਨਾਲ ਕਰਾਏ ਜਾਂਦੇ ਹਨ। ਇਸ ਲਈ ਸਾਡੇ ਯੂਟਿਊਬ ਚੈਨਲ ਨਾਲ ਜੁੜਨਾ ਨਾ ਭੁੱਲੋ। ਅੱਜ ਚੱਲਦੇ ਹਾਂ ਆਪਣੀ ਅੱਜ ਦੀ ਕਲਾਸ ਵੱਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਫਲਾਈਨ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਨੇ, ਇਸ ਲਈ PSSB ਲੇਬਰ ਇੰਸਪੈਕਟਰ, ਸੀਨੀਅਰ ਅਸਿਸਟੈਂਟ, ਪਟਵਾਰੀ, ਵੀਡੀਓ, ਪੰਜਾਬ ਪੁਲਿਸ ਕਾਂਸਟੇਬਲ ਦਾ ਸਪੈਸ਼ਲ ਬੈਚ 20 ਅਪ੍ਰੈਲ 2024 ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜਾ ਪਹਿਲਾਂ ਬੈਚ ਸੀਗਾ 3 ਅਪ੍ਰੈਲ ਨੂੰ, ਉਸਦੀਆਂ ਲਗਭਗ ਸੀਟਾਂ ਸਾਰੀਆਂ ਫੁੱਲ ਹੋ ਚੁੱਕੀਆਂ ਨੇ। ਇਸ ਲਈ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਬੱਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਮੇਨ ਬ੍ਰਾਂਚ ਫਰੀਦਕੋਟ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਅੱਜ ਦੇ ਆਪਣੇ ਪਹਿਲੇ ਕੁਸ਼ਚਨ ਵੱਲ। ਆਪਾਂ ਕੁਸ਼ਚਨ ਕਰਨ ਤੋਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਦੇਖਾਂਗੇ ਡੇਸ ਐਂਡ ਥੀਮਸ। ਠੀਕ ਹੈ ਜੀ, 1 ਮਾਰਚ ਨੂੰ ਕੀ ਮਨਾਇਆ ਜਾਂਦਾ ਜੀ? 1 ਮਾਰਚ ਨੂੰ ਮਨਾਇਆ ਜਾਂਦਾ ਜੀ ਜ਼ੀਰੋ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ ਐਂਡ ਵਰਲਡ ਸਿਵਲ ਡਿਫੈਂਸ ਡੇ। ਠੀਕ ਹੈ ਜੀ, 3 ਮਾਰਚ ਨੂੰ ਕੀ ਮਨਾਇਆ ਜਾਂਦਾ ਜੀ? ਵਰਲਡ ਵਾਈਲਡ ਲਾਈਫ ਡੇ। ਠੀਕ ਹੈ ਜੀ, ਇਹਦੀ ਥੀਮ ਕੀ ਹੋ ਜਾਂਦੀ ਹੈ ਜੀ? ਕਨੈਕਟਿੰਗ ਪੀਪਲ ਐਂਡ ਪਲੈਨਟ, ਮਤਲਬ ਕਿ ਗ੍ਰਹਿਆਂ ਅਤੇ ਲੋਕਾਂ ਦਾ ਆਪਸ ਦੇ ਵਿੱਚ ਤਾਲਮੇਲ। ਠੀਕ ਹੈ ਜੀ, 4 ਮਾਰਚ ਤੋਂ 10 ਮਾਰਚ ਤੱਕ ਕੀ ਹੁੰਦਾ ਜੀ? ਨੈਸ਼ਨਲ ਸੇਫਟੀ ਵੀਕ ਮਨਾਇਆ ਜਾਂਦਾ ਜੀ। ਕੀ ਮਨਾਇਆ ਜਾਂਦਾ ਜੀ? ਨੈਸ਼ਨਲ ਸੇਫਟੀ ਵੀਕ, ਮਤਲਬ ਕਿ ਕਿਸੇ ਵੀ ਪ੍ਰਕਾਰ ਦੀ ਸੇਫਟੀ ਹੋ ਸਕਦੀ ਹੈ, ਜਿਵੇਂ ਟ੍ਰੈਫਿਕ ਦੇ ਵਿੱਚ ਦੁਰਘਟਨਾ ਹੋ ਜਾਂਦੀ ਹੈਗੀ ਉਹਦੀ ਸੇਫਟੀ ਹੋ ਸਕਦੀ ਹੈਗੀ, ਵੂਮੈਨ ਦੀ ਸੇਫਟੀ ਹੋ ਸਕਦੀ ਆ। ਠੀਕ ਹੈ ਜੀ, ਕਿਸੇ ਪ੍ਰਕਾਰ ਦੀ ਸੇਫਟੀ ਵੀਕ ਕਦੋਂ ਮਨਾਇਆ ਜਾਂਦਾ ਜੀ? 4 ਮਾਰਚ ਤੋਂ 10 ਮਾਰਚ ਤੱਕ। ਇੰਟਰਨੈਸ਼ਨਲ ਵੂਮੈਨ ਡੇ ਕਦੋਂ ਮਨਾਇਆ ਜਾਂਦਾ ਜੀ? 8 ਮਾਰਚ ਨੂੰ। ਕਦੋਂ ਮਨਾਇਆ ਜਾਂਦਾ ਜੀ? 8 ਮਾਰਚ। ਇਹਦੀ ਥੀਮ ਕੀ ਸੀਗੀ ਜੀ ਇਸ ਵਾਰ ਦੀ? ਇਨਵੈਸਟ ਇਨ ਵੂਮੈਨ ਐਕਸਲਰੇਟ ਪ੍ਰੋਗਰੈਸ, ਮਤਲਬ ਕਿ ਆਪਣਾ ਇਨਵੈਸਟ ਕਰਨਗੇ ਵੂਮੈਨਸ ਅਤੇ ਉਹਨਾਂ ਨੂੰ ਅੱਗੇ ਬਹੁਤ ਵਧੀਆ ਉਤਸ਼ਾਹ ਮਿਲੇਗਾ। ਠੀਕ ਹੈ ਜੀ, 10 ਮਾਰਚ ਨੂੰ ਕੀ ਹੁੰਦਾ ਜੀ? CIS ਰੇਜ਼ਿੰਗ ਡੇ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਰੇਜ਼ਿੰਗ ਡੇ ਹੁੰਦਾ ਹੈ। ਠੀਕ ਹੈ ਜੀ, 14 ਮਾਰਚ ਨੂੰ ਕੀ ਹੁੰਦਾ ਜੀ? ਇੰਟਰਨੈਸ਼ਨਲ ਡੇ ਆਫ ਮੈਥੇਮੈਟਿਕਸ ਔਰ ਪਾਈ ਡੇ। ਪਾਈ ਡੇ ਮਤਲਬ ਕਿ ਜਦੋਂ ਪਾਈ ਦੀ ਖੋਜ ਕੀਤੀ ਸੀਗੀ। ਠੀਕ ਹੈ ਜੀ, ਇਹਦੀ ਥੀਮ ਕੀ ਸੀਗੀ? ਪਲੇਇੰਗ ਵਿਦ ਮੈਥ, ਮਤਲਬ ਕਿ ਮੈਥ ਨਾਲ ਖੇਡਣਾ। 15 ਮਾਰਚ ਨੂੰ ਕੀ ਹੁੰਦਾ ਜੀ? ਵਰਲਡ ਕੰਜ਼ਿਊਮਰ ਰਾਈਟ ਡੇ। ਕੀ ਹੁੰਦਾ ਜੀ? ਉਪਭੋਗਤਾ ਦਿਵਸ, ਪੰਜਾਬੀ ਦੇ ਵਿੱਚ ਕੀ ਕਹਿ ਜਾਂਦੇ ਆ? ਉਪਭੋਗਤਾ ਦਿਵਸ। ਜਦੋਂ ਆਪਾਂ ਕਿਸੇ ਚੀਜ਼ ਕਿਸੇ ਦੁਕਾਨਦਾਰ ਤੋਂ ਚੀਜ਼ ਖਰੀਦਦੇ ਹਾਂ, ਜਿਹੜਾ ਖਰੀਦਣ ਵਾਲਾ ਹੁੰਦਾ ਉਹਨੂੰ ਕੀ ਕਹਿ ਦਿੰਦੇ ਆ ਜੀ? ਕੰਜ਼ਿਊਮਰ ਕਹਿ ਦਿੰਦੇ ਆ। ਠੀਕ ਹੈ ਜੀ, ਇਸ ਬਾਰੇ ਇਸਦੀ ਥੀਮ ਕੀ ਸੀਗੀ ਜੀ? ਫੇਅਰ ਐਂਡ ਰਿਸਪੋਂਸੀਬਲ AI ਫੋਰ ਕੰਜ਼ਿਊਮਰ। AI ਦਾ ਮਤਲਬ ਕੀ ਹੋ ਗਿਆ ਜੀ? ਆਰਟੀਫਿਸ਼ਲ ਇੰਟੈਲੀਜੈਂਸੀ ਫੋਰ ਕੰਜ਼ਿਊਮਰ। ਠੀਕ ਹੈ ਜੀ, 16 ਮਾਰਚ ਨੂੰ ਕਿਹੜਾ ਡੇ ਹੁੰਦਾ ਜੀ? ਨੈਸ਼ਨਲ ਵੈਕਸੀਨੇਸ਼ਨ ਡੇ, ਨੈਸ਼ਨਲ ਵੈਕਸੀਨੇਸ਼ਨ ਡੇ। ਇੱਕ ਲਾਸਟ ਟਾਈਮ ਜਦੋਂ 2020 ਦੇ ਵਿੱਚ ਕੋਵਿਡ ਆਇਆ ਸੀਗਾ ਉਦੋਂ ਇਹ ਫਸਟ ਟਾਈਮ ਵੈਕਸੀਨ ਲੱਗਣੀ ਸ਼ੁਰੂ ਹੋਈ ਸੀਗੀ, ਉਸ ਕਰਕੇ ਇਸ ਨੂੰ ਨੈਸ਼ਨਲ
ਵੈਕਸੀਨੇਸ਼ਨ ਡੇ ਵਜੋਂ ਮਨਾਇਆ ਜਾਂਦਾ ਹੈ। 20 ਮਾਰਚ ਨੂੰ ਕੀ ਹੁੰਦਾ ਜੀ, ਇੰਟਰਨੈਸ਼ਨਲ ਡੇ ਆਫ ਹੈਪੀਨੈਸ, ਇੰਟਰਨੈਸ਼ਨਲ ਡੇ ਆਫ ਹੈਪੀਨੈਸ ਹੁੰਦਾ ਜੀ 20 ਮਾਰਚ ਨੂੰ। ਇਹਦੀ ਥੀਮ ਕੀ ਸੀਗੀ, ਰੀਕਨੈਕਟਿੰਗ ਫੋਰ ਹੈਪੀਨੈਸ ਬਿਲਡਿੰਗ ਰੀਸਾਈਲੈਂਟ ਕਮਿਊਨਿਟੀਜ਼। ਠੀਕ ਹੈ ਜੀ, ਕਹਿਣ ਦਾ ਮਤਲਬ ਕਿ ਆਪਾਂ ਦੁਬਾਰਾ ਆਪਣੇ ਹਾਸੇ ਖੇਡਿਆਂ ਨਾਲ ਜੁੜੀਏ ਤਾਂ ਜੋ ਆਪਣੀ ਕਮਿਊਨਿਟੀ ਦੇ ਵਿੱਚ ਵਧੀਆ ਵਿਚਰ ਸਕਦੇ ਹਾਂ। 21 ਮਾਰਚ ਨੂੰ ਕੀ ਹੁੰਦਾ ਜੀ, ਇੰਟਰਨੈਸ਼ਨਲ ਡੇ ਆਫ ਫੋਰੈਸਟ, ਕੀ ਹੁੰਦਾ ਜੀ, ਫੋਰੈਸਟ ਐਂਡ ਇਨੋਵੇਸ਼ਨ ਨਿਊ ਸੋਲਿਊਸ਼ਨ ਫੋਰ ਅ ਬੈਟਰ ਵਰਲਡ, ਇਹਦੀ ਥੀਮ ਹੋ ਜਾਂਦੀ ਹੈ ਜੀ। 21 ਮਾਰਚ ਨੂੰ ਕੀ ਮਨਾਇਆ ਜਾਂਦਾ ਜੀ, ਇੰਟਰਨੈਸ਼ਨਲ ਡੇ ਆਫ ਫੋਰੈਸਟ ਮਨਾਇਆ ਜਾਂਦਾ ਹੈ, ਇਹਦੀ ਥੀਮ ਕੀ ਹੋ ਜਾਂਦੀ ਹੈ ਜੀ, ਫੋਰੈਸਟ ਐਂਡ ਇਨੋਵੇਸ਼ਨ ਨਿਊ ਸੋਲਿਊਸ਼ਨ ਫੋਰ ਅ ਬੈਟਰ ਵਰਲਡ। 22 ਮਾਰਚ ਨੂੰ ਕੀ ਹੁੰਦਾ ਜੀ, ਵਰਲਡ ਵਾਟਰ ਡੇ, ਵਾਟ ਥੀਮ ਕੀ ਹੋ ਜਾਂਦੀ ਹੈ ਜੀ, 2024 ਦੀ ਥੀਮ ਕੀ ਬਣ ਜੂਗੀ, ਵਾਟਰ ਫੋਰ ਪ੍ਰੋਸਪੈਰਟੀ ਐਂਡ ਪੀਸ, ਕੀ ਬਣ ਜਾਏਗੀ ਜੀ, ਵਾਟਰ ਆਫ ਪ੍ਰੋਸਪੈਰਟੀ ਐਂਡ ਪੀਸ ਇਸਦੀ ਥੀਮ ਬਣ ਜਾਂਦੀ ਹੈ। ਦੂਜੇ 23 ਮਾਰਚ ਨੂੰ ਕੀ ਹੁੰਦਾ ਜੀ, ਵਰਲਡ ਮੈਟਰੋਲੋਜੀਕਲ ਡੇ, ਕੀ ਹੁੰਦਾ ਜੀ, ਵਰਲਡ ਮੈਟਰੋਲੋਜੀਕਲ ਡੇ ਹੁੰਦਾ 23 ਮਾਰਚ ਨੂੰ। ਇਸਦੀ ਥੀਮ ਕੀ ਹੋ ਜਾਂਦੀ ਹੈ ਜੀ, ਐਟ ਦੀ ਫਰੰਟ ਲਾਈਨ ਆਫ ਕਲਾਈਮੇਟ ਐਕਸ਼ਨ, ਮਤਲਬ ਕਿ ਪਹਿਲ ਦੇ ਆਧਾਰ 'ਤੇ ਜਾ ਕੇ ਜਿਹੜੇ ਕਲਾਈਮੇਟ ਦੇ ਵਿੱਚ ਪ੍ਰਦੂਸ਼ਣ ਵਗੈਰਾ ਉਹਨਾਂ ਦੇ ਨਜਿੱਠਣ ਲਈ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਾ ਕੇ ਰੈਸਕਿਊ ਕਰਨਾ ਕਲਾਈਮੇਟ ਨੂੰ ਜਾਂ ਉਸਨੂੰ ਬਚਾਉਣਾ, ਇਸ ਦੀ ਥੀਮ ਹੋ ਜਾਂਦੀ ਹੈ। 23 ਮਾਰਚ ਨੂੰ ਹੋਰ ਕੀ ਹੁੰਦਾ ਜੀ, ਇੱਧਰ ਹੁੰਦਾ ਜੀ ਮੈਰੀਟੇਅਰ ਡੇ ਹੁੰਦਾ, ਮੈਰੀਟੇਅਰ ਡੇ ਹੁੰਦਾ ਜੀ। ਮੈਰੀਟੇਅਰ ਡੇ ਕੀ ਹੁੰਦਾ ਜੀ, ਇਸ ਦਿਨ ਭਗਤ ਸਿੰਘ, ਸੁਖਦੇਵ ਸਿੰਘ ਔਰ ਰਾਜਗੁਰੂ ਜੀ ਦੀ ਸ਼ਹੀਦੀ ਹੋਈ ਸੀਗੀ। ਠੀਕ ਹੈ ਜੀ, ਉਹਨਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ 23 ਮਾਰਚ ਨੂੰ। ਠੀਕ ਹੈ ਜੀ, 24 ਮਾਰਚ ਨੂੰ ਕੀ ਹੁੰਦਾ ਜੀ, ਵਰਲਡ ਟੀਵੀ ਡੇ, ਕੀ ਹੁੰਦਾ ਜੀ, ਵਰਲਡ ਟੀਵੀ ਡੇ। ਇਹਦੀ ਥੀਮ ਕੀ ਹੋ ਜਾਂਦੀ ਜੀ, ਯੈਸ ਵੀ ਕੈਨ ਐਂਡ ਟੀਵੀ, ਭਾਰਤ ਨੇ ਕਦੋਂ ਤੱਕ ਟੀਚਾ ਮਿੱਥਿਆ ਹੋਇਆ ਜੀ, ਟੀਵੀ ਨੂੰ ਖਤਮ ਕਰਨ ਦਾ 2030 ਤੱਕ ਦਾ ਜੀ ਟੀਚਾ ਮਿੱਥਿਆ ਹੋਇਆ ਗਾ ਕਿ ਟੀਵੀ ਨੂੰ ਜੜੋਂ ਖਤਮ ਕਰ ਦੇਣਾ ਇੰਡੀਆ ਦੇ ਵਿੱਚ 2030 ਤੱਕ। ਠੀਕ ਹੈ ਜੀ, 27 ਮਾਰਚ ਨੂੰ ਕੀ ਹੁੰਦਾ ਜੀ, ਵਰਲਡ ਥੀਏਟਰ ਡੇ, ਵਰਲਡ ਥੀਏਟਰ ਡੇ ਹੁੰਦਾ ਜੀ 27 ਮਾਰਚ ਨੂੰ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਅੱਜ ਦੇ ਕੁਸ਼ਚਨ ਵੱਲ ਜੀ। ਇਨ ਵਿੱਚ ਸਟੇਟ ਡਿਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਗ੍ਰੇਟ ਦੀ ਕੋਚਬ ਆਸ਼ਰਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਰਾਜ ਵਿੱਚ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ, ਕਿਸ ਰਾਜ ਦੇ ਵਿੱਚ ਕੀਤਾ ਜੀ, ਇਹ ਆਂਸਰ ਆ ਜਾਏਗਾ ਆਪਸ਼ਨ ਸੀ ਗੁਜਰਾਤ, ਕਰੈਕਟ ਆਂਸਰ ਆ ਜਾਏਗਾ ਜੀ ਆਪਸ਼ਨ ਸੀ। ਜੇ ਆਪਾਂ ਡਿਟੇਲ ਦੇਖ ਲੈਣੇ ਜੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਗ੍ਰੇਟ ਕੋਚਰਬ ਆਸ਼ਰਮ ਇਨ ਸਾਬਰਮਤੀ ਗੁਜਰਾਤ, ਉਹਨਾਂ ਨੇ ਸਾਬਰਮਤੀ ਗੁਜਰਾਤ ਦੇ ਵਿੱਚ ਕੋਚਰਬ ਆਸ਼ਰਮ ਦੀ ਸਥਾਪਨਾ ਕੀਤੀ। ਠੀਕ ਹੈ ਜੀ, ਪੀਐਮ ਮੋਦੀ ਹਾਈਲਾਈਟਡ ਦੀ ਸਿਗਨੀਫਿਕੈਂਸ ਆਫ ਮਾਰਚ ਐਜ ਦੀ ਡੇ ਆਫ ਬਾਪੂ ਸਟਾਰਟਡ ਐਜ ਦੀ ਡਾਂਡੀ ਮਾਰਚ, ਉਹਨਾਂ ਨੇ ਜਦੋਂ ਆਪਣੇ ਮਹਾਤਮਾ ਗਾਂਧੀ ਜੀ ਨੇ ਡਾਂਡੀ ਮਾਰਚ ਸ਼ੁਰੂ ਕੀਤੀ ਸੀਗੀ 12 ਮਾਰਚ ਨੂੰ, ਉਹਨਾਂ ਦੇ ਨਾਂ 'ਤੇ ਇਹ ਆਸ਼ਰਮ ਸਥਾਪਿਤ ਕੀਤਾ ਜੀ। ਠੀਕ ਹੈ ਜੀ, ਕੋਚਰਬ ਆਸ਼ਰਮ ਪਹਿਲਾ ਆਸ਼ਰਮ ਆ ਜਿਹੜਾ ਮਹਾਤਮਾ ਗਾਂਧੀ ਜੀ ਦੁਆਰਾ ਨੇ 1915 ਦੇ ਵਿੱਚ ਜਦੋਂ ਉਹ ਸਾਊਥ ਅਫਰੀਕਾ ਤੋਂ ਵਾਪਸ ਆਏ ਸੀਗੇ ਉਹਨਾਂ ਦਾ ਉਦਘਾਟਨ ਕੀਤਾ। ਠੀਕ ਹੈ ਜੀ, ਨਰਿੰਦਰ ਮੋਦੀ ਨੇ ਹੁਣ ਦੁਬਾਰਾ ਫਿਰ ਉਦਘਾਟਨ ਕੀਤਾ ਜੀ। ਇਹ ਕਿਉਂ ਕੀਤਾ ਗਿਆ ਜੀ, 1915 ਦੇ ਵਿੱਚ ਜਦੋਂ ਗਾਂਧੀ ਜੀ ਵਾਪਸ ਆਏ ਸੀਗੇ ਸਾਊਥ ਅਫਰੀਕਾ ਤੋਂ ਇੰਡੀਆ, ਉਦੋਂ ਉਹਨਾਂ ਨੇ ਪਹਿਲਾਂ ਜਿਹੜਾ ਵਿਜ਼ਿਟ ਕੀਤਾ ਸੀਗਾ ਉਹ ਕੋਚਰਬ ਆਸ਼ਰਮ ਦੇ ਵਿੱਚ ਕੀਤਾ ਸੀਗਾ। ਠੀਕ ਹੈ ਜੀ, ਇਸ ਦਿਨ ਜਿਹੜਾ 1915 ਗਾ ਉਸ ਕਦੋਂ ਐਨ ਆਰ ਆਈ ਡੇ ਮਨਾਇਆ ਜਾਂਦਾ ਜੀ,
ਐਨ ਆਰ ਆਈ ਡੇ ਜੇ ਪੁੱਛ ਲਏ ਕਿ ਕਦੋਂ ਮਨਾਇਆ ਜਾਂਦਾ ਜੀ, ਕਹਿੰਦੀ ਯਾਦ ਦੇ ਵਿੱਚ ਮਨਾਇਆ ਜਾਂਦਾ, ਮਹਾਤਮਾ ਗਾਂਧੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ। ਠੀਕ ਹੈ ਜੀ, ਕਦੋਂ ਗਾਂਧੀ ਜੀ ਵਾਪਸ ਆਏ ਸੀਗੇ ਜੀ? 1915 ਦੇ ਵਿੱਚ। ਅੱਗੇ ਚੱਲਦੇ ਹਾਂ ਜੀ ਅਗਲੇ ਕੁਸ਼ਚਨ ਵੱਲ। ਹੂ ਵਾਸ ਦੀ ਡਿਪਟੀ ਸੀ ਐਮ ਆਫ ਹਰਿਆਣਾ ਬਿਫੋਰ ਲੂਜ਼ਿੰਗ ਹਿਸ ਪੁਜੀਸ਼ਨ ਆਫਟਰ ਦੀ ਐਂਡ ਆਫ ਦੀ ਬੀਜੇਪੀ ਜੇ ਜੇ ਪੀ ਅਲਾਇੰਸ? ਭਾਜਪਾ ਜੇ ਜੇ ਪੀ ਗੱਠਜੋੜ ਦੇ ਖਤਮ ਹੋਣ ਤੋਂ ਬਾਅਦ ਅਹੁਦਾ ਗਵਾਉਣ ਤੋਂ ਪਹਿਲਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਕੌਣ ਸਨ? ਮਤਲਬ ਕਿ ਪਹਿਲਾਂ ਪੁੱਛ ਰਿਹਾ ਕੌਣ ਸੀਗੇ ਉਪ ਮੁੱਖ ਮੰਤਰੀ ਕੌਣ ਸੀਗੇ ਜੀ? ਉਹ ਸੀਗੇ ਦੁਸ਼ਯੰਤ ਚੌਟਾਲਾ। ਕੌਣ ਸੀਗੇ ਜੀ? ਦੁਸ਼ਯੰਤ ਚੌਟਾਲਾ ਜੀ ਸੀਗੇ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਵੈਨ ਵਿਲ ਹੈਦਰਾਬਾਦ ਇੰਡੀਪੈਂਡੈਂਸ ਡੇ ਸੈਲੀਬ੍ਰੇਟਡ ਐਵਰੀ ਈਅਰ? ਹੈਦਰਾਬਾਦ ਇੰਡੀਪੈਂਡੈਂਸ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਕਦੋਂ ਮਨਾਇਆ ਜਾਂਦਾ ਜੀ? ਇਹ ਮਨਾਇਆ ਜਾਂਦਾ 17 ਸਤੰਬਰ ਨੂੰ ਮਨਾਇਆ ਜਾਂਦਾ ਜੀ। ਡਿਟੇਲ ਦੇਖ ਲੈਂਦੇ ਹਾਂ। ਦੀ ਮਿਨਿਸਟਰੀ ਆਫ ਹੋਮ ਅਫੇਅਰਸ ਹੈਜ਼ ਨੋਟੀਫਾਈਡ ਦੈਟ ਹੈਦਰਾਬਾਦ ਲਿਬਰੇਸ਼ਨ ਡੇ ਵਿਲ ਬੀ ਮਾਰਕ ਔਨ 17 ਸਤੰਬਰ ਐਵਰੀ ਈਅਰ। ਮਤਲਬ ਕਿ ਮਿਨਿਸਟਰੀ ਆਫ ਹੋਮ ਅਫੇਅਰ ਨੇ ਨੋਟੀਫਾਈ ਕੀਤਾ ਹੋਇਆ ਕਿ ਜਿਹੜਾ ਹੈਦਰਾਬਾਦ ਲਿਬਰੇਸ਼ਨ ਡੇ ਜਾਂ ਹੈਦਰਾਬਾਦ ਇੰਡੀਪੈਂਡੈਂਸ ਡੇ ਆ ਉਹ 17 ਸਤੰਬਰ ਨੂੰ ਮਨਾਇਆ ਜਾਂਦਾ ਹੈ। ਠੀਕ ਹੈ ਜੀ, ਪਹਿਲਾਂ ਜਿਹੜਾ ਇਹ ਏਰੀਆ ਸੀ ਉਹ ਨਿਜ਼ਾਮ ਰੂਲ ਦੇ ਵਿੱਚ ਸੀਗਾ ਜੀ, ਫਿਰ 17 ਸਤੰਬਰ 1948 ਨੂੰ ਇਸਨੂੰ ਮਤਲਬ ਕਿ ਓਪਰੇਸ਼ਨ ਪੋਲੋ ਦੇ ਕਰਕੇ ਇਸਨੂੰ ਇੰਡੀਆ ਦੇ ਵਿੱਚ ਜੋੜ ਲਿਆ ਗਿਆ ਸੀ। ਕਿਹੜੇ ਓਪਰੇਸ਼ਨ ਕਰਕੇ ਜੋੜਿਆ ਗਿਆ ਸੀਗਾ ਜੀ? ਓਪਰੇਸ਼ਨ ਪੋਲੋ ਕਰਕੇ। ਠੀਕ ਹੈ ਜੀ, ਅਗਲੇ ਕੁਸ਼ਚਨ ਚੱਲਦੇ ਹਾਂ ਜੀ। ਵਿਚ ਸਟੇਟ ਗਵਰਨਮੈਂਟ ਵਿਲ ਬਾਏ 2.5 ਏਕਰਸ ਆਫ ਲੈਂਡ ਇਨ ਜੰਮੂ ਐਂਡ ਕਸ਼ਮੀਰ? ਕਿਹੜਾ ਸੂਬਾ ਸਰਕਾਰ ਜੰਮੂ ਕਸ਼ਮੀਰ 'ਚ 2.5 ਏਕੜ ਜ਼ਮੀਨ ਖਰੀਦੇਗਾ? ਕਿਹੜਾ ਕਿਹੜਾ ਸੂਬਾ ਖਰੀਦੇਗਾ ਜੀ? ਆਪਸ਼ਨ ਡੀ ਮਹਾਰਾਸ਼ਟਰਾ ਕਰੈਕਟ ਆਂਸਰ ਹੋ ਜਾਏਗਾ ਜੀ ਇਹਦਾ, ਆਪਸ਼ਨ ਡੀ। ਇਨ ਡਿਟੇਲ ਦੇਖ ਲੈਂਦੇ ਹਾਂ ਜੀ। ਜੇ ਐਂਡ ਕੇ ਨੇ ਖਰੀਦ ਨੂੰ ਮਹਾਰਾਸ਼ਟਰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ? ਜੇ ਐਂਡ ਕੇ ਨੇ ਮਹਾਰਾਸ਼ਟਰ ਸਰਕਾਰ ਨੂੰ ਮਨਜ਼ੂਰੀ ਦਿੱਤੀ ਹੈ ਕਿ ਤੁਸੀਂ ਆਪਣੇ ਇੱਥੇ ਜੋ ਵੀ ਆਪਣਾ ਖਰੀਦ ਸਕਦੇ ਹੋ, ਕਿ ਜਗ੍ਹਾ ਵਗੈਰਾ ਖਰੀਦ ਸਕਦੇ ਹੋ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੇ 2.5 ਏਕੜ ਜ਼ਮੀਨ ਦੀ ਮਨਜ਼ੂਰੀ ਦਿੱਤੀ ਹੈ ਜੀ। ਸਰਕਾਰ ਨੇ ਸ਼੍ਰੀਨਗਰ ਵਿੱਚ ਕੇਂਦਰੀ ਕਸ਼ਮੀਰ ਦੇ ਬਡਗਾਮ ਵਿੱਚ ਮਹਾਰਾਸ਼ਟਰ ਭਵਨ ਬਣਾਏਗੀ। ਕਿੱਥੇ ਭਵਨ ਬਣਾਏਗੀ ਜੀ? ਜਿਹੜੀ ਮਹਾਰਾਸ਼ਟਰ ਸਰਕਾਰ ਆ ਜੀ, ਸ਼੍ਰੀਨਗਰ ਦੇ ਕੇਂਦਰੀ ਕਸ਼ਮੀਰ ਦੇ ਬਡਗਾਮ ਵਿੱਚ ਇਹ ਆਪਣਾ ਭਵਨ ਬਣਾਏਗੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਅਗਲੇ ਕੁਸ਼ਚਨ ਨਾਲ। ਮਹਾਰਾਸ਼ਟਰ ਜੰਮੂ ਕਸ਼ਮੀਰ 'ਚ ਜ਼ਮੀਨ ਖਰੀਦਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਜਦੋਂ ਜ਼ਮੀਨ ਖਰੀਦੀ ਗਈ, ਮਹਾਰਾਸ਼ਟਰ ਪਹਿਲਾ ਸੂਬਾ ਬਣ ਜਾਵੇਗਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਨਿੰਮੂ ਪਦਮਾ ਦਰਚਾ ਰੋਡ ਕਨੈਕਟ ਵਿੱਚ 2 ਸਟੇਟਸ ਹੈ? ਨਿੰਮੂ ਪਦਮਾ ਦਰਚਾ ਸੜਕ ਕਿਹੜੇ 2 ਰਾਜਾਂ ਨੂੰ ਜੋੜਦੀ ਹੈ? ਕਿਹੜੇ ਕਿਹੜੇ ਸੜਕ ਜੋੜਦੀ ਹੈ ਜੀ ਇਹ? ਇਹ ਜੋੜਦੀ ਹੈ ਆਪਸ਼ਨ ਡੀ ਕਰੈਕਟ ਆਂਸਰ, ਲਦਾਖ ਐਂਡ ਹਿਮਾਚਲ ਪ੍ਰਦੇਸ਼ ਹੈ। ਜੇ ਪੁੱਛ ਲਏ ਕਿ ਇਹ ਰੋਡ ਨੂੰ ਬਣਾਇਆ ਕਿੰਨੇ ਜੀ? ਬੀ ਆਰ ਓ ਨੇ, ਬਾਰਡਰ ਰੋਡ ਔਰਗਨਾਈਜੇਸ਼ਨ ਕਨੈਕਟ ਨਿੰਮੂ ਪਦਮਾ ਦਰਚਾ ਰੋਡ ਇਨ 298 ਕਿਲੋਮੀਟਰ ਲੌਂਗ ਮਨਾਲੀ ਤੋਂ ਲੇ ਵਾਇਆ ਦਰਚਾ। ਠੀਕ ਹੈ ਜੀ, ਇਹਦੀ ਪਹਿਲਾਂ ਇਹਨੂੰ ਬਣਾਇਆ ਕਿੰਨੇ ਜੀ? ਬਾਰਡਰ ਰੋਡ ਔਰਗਨਾਈਜੇਸ਼ਨ ਨੇ ਬਣਾਇਆ। ਫਿਰ ਇਹਦੀ ਲੈਂਥ ਕਿੰਨੀ ਹੋ ਜਾਂਦੀ ਹੈ ਜੀ? 298 ਕਿਲੋਮੀਟਰ ਹੋ ਜਾਂਦੀ ਆ। ਠੀਕ ਹੈ ਜੀ, ਇੱਕ ਕਿੱਥੋਂ ਤੱਕ ਆ ਜੀ? ਲੇਹ ਤੋਂ ਲੈ ਕੇ ਮਨਾਲੀ ਤੱਕ। ਠੀਕ ਹੈ ਜੀ, ਇਹ ਥਰਡ ਰੂਟ ਆ ਜਿਹੜਾ ਕਨੈਕਟਿੰਗ ਕਰਦਾ ਜੀ ਲਦਾਖ ਅਤੇ ਹਿਮਾਚਲ ਪ੍ਰਦੇਸ਼ ਨੂੰ। ਠੀਕ ਹੈ ਜੀ, ਇਹਦੇ ਨਾਲ ਕੀ ਹੋ ਜਾਏਗਾ? ਇਹਦੇ ਨਾਲ ਜਿਹੜਾ ਰੋਡ ਕਨੈਕਟੀਵਿਟੀ ਆ, ਇਹਦੇ ਨਾਲ ਆਵਾਜਾਈ ਦਾ ਆਉਣਾ ਜਾਣਾ ਸੌਖਾ ਹੋ ਜਾਏਗਾ। ਅੱਗੇ ਚੱਲਦੇ ਹਾਂ ਜੀ ਅਗਲਾ ਕੁਸ਼ਚਨ ਵੱਲ। ਇਨ ਵਿੱਚ ਸਟੇਟ ਡਿਡ ਪੀ ਐਮ ਮੋਦੀ ਇਨੋਗ੍ਰੇਟ ਇੰਡੀਆ ਫਸਟ ਅੰਡਰ ਵਾਟਰ ਮੈਟਰੋ? ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪਹਿਲੀ ਅੰਡਰ ਵਾਟਰ ਮੈਟਰੋ ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਸੀ? ਕਿਹਦੇ ਵਿੱਚ ਕੀਤਾ ਜੀ?
ਆਪਸ਼ਨ ਬੀ ਕਰੈਕਟ ਆਨਸਰ। ਵੈਸਟ ਬੰਗਾਲ ਦੇ ਵਿੱਚ ਉਹਨਾਂ ਨੇ ਇਹ ਫਸਟ ਅੰਡਰ ਵਾਟਰ ਮੈਟਰੋ ਦਾ ਉਦਘਾਟਨ ਕੀਤਾ। ਇਹਦੀ ਡਿਟੇਲ ਦੇਖ ਲੈਂਦੇ ਹਾਂ ਜੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਗਰੇਟਡ ਇੰਡੀਆਸ ਫਸਟ ਅੰਡਰ ਵਾਟਰ ਮੈਟਰੋ ਇਨ ਕੋਲਕਾਤਾ। ਦੀ ਅੰਡਰ ਵਾਟਰ ਮੈਟਰੋ ਟਨਲ ਹੈਜ਼ ਬੀਨ ਕੰਸਟਰਕਟਡ ਇਨ ਹੂਗਲੀ ਰਿਵਰ। ਜੇ ਪੁੱਛ ਲਈ ਕਿ ਜਿਹੜੀ ਅੰਡਰ ਵਾਟਰ ਜਿਹੜੀ ਰਿਵਰ ਇਨੋਗਰੇਟ ਕੀਤੀ ਗਈ ਆ ਨਰਿੰਦਰ ਮੋਦੀ ਦੁਆਰਾ, ਉਹ ਕਿਹੜੀ ਰਿਵਰ 'ਤੇ ਹੈ ਜੀ? ਉਹ ਹੈਗੀ ਆ ਹੂਗਲੀ ਰਿਵਰ 'ਤੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਇਨ ਵਿੱਚ ਸਟੇਟ ਵਾਸ ਰੀਸੈਂਟਲੀ ਆ 900 ਈਅਰ ਓਲਡ ਕਨਾਡਾ ਇਨਸਕ੍ਰਿਪਸ਼ਨ ਆਫ ਦੀ ਕਲਿਆਣ ਚਲੱਕਿਆ ਡੈਂਸਿਟੀ ਫਾਊਂਡ। ਮਤਲਬ ਕਿ ਕਿਸ ਰਾਜ ਵਿੱਚ ਹਾਲ ਹੀ ਵਿੱਚ ਕਲਿਆਣ ਚਲੱਕਿਆ ਰਾਜਵੰਸ਼ ਦਾ 900 ਸਾਲ ਪੁਰਾਣਾ ਕੰਨੜ ਸ਼ਿਲਾਲੇਖ ਮਿਲਿਆ ਸੀ? ਕਿਹਦੇ ਵਿੱਚ ਮਿਲਿਆ ਜੀ? ਕੰਨੜ ਸ਼ਿਲਾਲੇਖ 900 ਸਾਲ ਪੁਰਾਣਾ, ਇਹ ਮਿਲਿਆ ਜੀ ਆਪਸ਼ਨ ਸੀ ਕਰੈਕਟ ਆਂਸਰ ਤੇਲੰਗਾਨਾ ਦੇ ਵਿੱਚ ਮਿਲਿਆ ਜੀ। ਕਿਹੜੀ ਭਾਸ਼ਾ ਦੇ ਵਿੱਚ ਮਿਲਿਆ ਜੀ? ਇਹ ਕੰਨੜ ਦੇ ਭਾਸ਼ਾ ਦੇ ਵਿੱਚ। ਕੰਨੜ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ ਜੀ? ਕੇਰਲਾ ਦੇ ਵਿੱਚ। ਠੀਕ ਹੈ ਜੀ, ਡਿਟੇਲ ਲਿਖ ਲੈਂਦੇ ਹਾਂ। ਕਲਿਆਣਾ ਤੋਂ 900 ਸਾਲ ਪੁਰਾਣਾ ਕੰਨੜ ਸ਼ਿਲਾਲੇਖ ਚਲੱਕਿਆ ਰਾਜਵੰਸ਼ ਹਾਲ ਹੀ ਤੋਂ ਤੇਲੰਗਾਨਾ ਦੇ ਮਹਿਬੂਬ ਨਗਰ ਜ਼ਿਲ੍ਹੇ ਦੇ ਇੱਕ ਮੰਦਰ ਦੇ ਸ਼ਹਿਰ ਗੰਗਾਪੁਰਮ ਵਿੱਚ ਪਾਇਆ ਗਿਆ ਸੀ। ਠੀਕ ਹੈ ਜੀ, ਇਹ ਕਸਟਮ ਦੁਆਰਾ 8 ਜੂਨ 1134 CA ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਸੀ। ਕਲਿਆਣ ਚਲੱਕਿਆ ਸਮਾਰਟ ਦੇ ਪੁੱਤਰ ਟੈਲਪਾ 3 ਦੇ ਅਧਿਕਾਰੀ ਦੇ ਭੁਲੋ ਕਲਮਾ ਸੁਮੇਸ਼ਵਰ 3 ਨੇ। ਠੀਕ ਹੈ ਜੀ, ਇਹ ਕਦੋਂ ਕਸਟਮ ਕੀਤਾ ਗਿਆ ਸੀਗਾ ਜੀ? 8 ਜੂਨ 1134 ਦੇ ਵਿੱਚ ਬਣਾਇਆ ਗਿਆ ਸੀਗਾ, ਇੰਨਾ ਪੁਰਾਣਾ ਸ਼ਿਲਾਲੇਖ ਮਿਲਿਆ। ਠੀਕ ਹੈ ਜੀ, ਇਹਦੇ ਨਾਲ ਚੱਲਦੇ ਹਾਂ ਅਗਲੇ ਕੁਸ਼ਚਨ ਵੱਲ। ਆਪਰੇਸ਼ਨ ਕਾਮਧੇਨੂ ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ, ਕਿਸ ਰਾਜ ਯੂਟੀ ਦੁਆਰਾ ਪਸ਼ੂਆਂ ਦੀ ਤਸਕਰੀ ਨੂੰ ਰੋਕਣ ਲਈ ਇਹ ਸ਼ੁਰੂ ਕੀਤਾ ਗਿਆ? ਆਪਰੇਸ਼ਨ ਕਾਮਧੇਨੂ ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ, ਇਹ ਕਿਸ ਰਾਜ ਯੂਟੀ ਦੇ ਤਸਕਰੀ ਵਿੱਚ ਪਸ਼ੂਆਂ ਦੀ ਤਸਕਰੀ ਨੂੰ ਰੋਕਣ ਲਈ ਕੀਤਾ ਗਿਆ ਜੀ? ਇਹ ਕੀਤਾ ਗਿਆ ਆਪਸ਼ਨ ਡੀ ਕਰੈਕਟ ਆਂਸਰ, J&K ਜੰਮੂ ਐਂਡ ਕਸ਼ਮੀਰ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਇਨ ਵਿੱਚ ਸਟੇਟ ਹੈਜ਼ ਦੀ ਵਿਡੋ ਰੀਮੈਰਿਜ ਪ੍ਰਮੋਸ਼ਨ ਸਕੀਮ ਬੀਨ ਲਾਂਚਡ ਰੀਸੈਂਟਲੀ। ਕਿਹੜੀ ਸਟੇਟ ਦੇ ਵਿੱਚ ਵਿਡੋ, ਮਤਲਬ ਕਿ ਹਾਲ ਹੀ ਵਿੱਚ ਕਿਸ ਰਾਜ ਵਿੱਚ ਵਿਧਵਾ ਪੁਨਰ ਵਿਆਹ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਗਈ ਹੈ? ਕਿਹਦੇ ਵਿੱਚ ਸ਼ੁਰੂ ਕੀਤੀ ਗਈ ਜੀ? ਆਪਸ਼ਨ ਸੀ ਕਰੈਕਟ ਆਂਸਰ, ਝਾਰਖੰਡ। ਠੀਕ ਹੈ ਜੀ, ਡਿਟੇਲ ਲਿਖ ਲੈਂਦੇ ਹਾਂ। ਝਾਰਖੰਡ ਦੇ CM ਕੌਣ ਨੇ ਜੀ? ਚੰਪਾਈ ਸੋਰੇਨ। ਉਹਨਾਂ ਨੇ ਵਿਡੋ ਰੀਮੈਰਿਜ ਪ੍ਰਮੋਸ਼ਨ ਸਕੀਮ ਨੂੰ ਲਾਂਚ ਕੀਤਾ। ਠੀਕ ਹੈ ਜੀ, ਇਹ ਸਕੀਮ ਦੇ ਵਿੱਚ 2 ਲੱਖ ਵਿਡੋ ਜਿਹੜੇ ਹੈਗੇ ਉਹਨਾਂ ਨੂੰ ਰੀਮੈਰਿਜ ਦੇ ਲਈ, ਮਤਲਬ ਕਿ ਤੁਸੀਂ ਆਪਣੀ ਦੁਬਾਰਾ ਵਿਆਹ ਕਰਾ ਸਕਦੇ ਹੋ ਜਿਹਨਾਂ ਦਾ ਤਲਾਕ ਵਗੈਰਾ ਹੋਇਆ ਹੁੰਦਾ ਹੈ। ਠੀਕ ਹੈ ਜੀ, ਇਹ ਕਿਸ ਸਕੀਮ ਤਹਿਤ ਹੋਊਗਾ ਜੀ? ਅੱਬੂ ਆਵਾਸ ਯੋਜਨਾ ਦੇ ਤਹਿਤ ਹੋਵੇਗਾ। ਠੀਕ ਹੈ ਜੀ, ਇਸ ਦੇ ਵਿੱਚ ਜਿਹੜੇ ਝਾਰਖੰਡ ਦੇ ਵਿੱਚ ਰੀਸੈਂਟਲੀ ਡਿਕਲੇਅਰ ਕੀਤਾ, 158 ਬਲਾਕਾਂ ਦੇ ਵਿੱਚ ਹੋਏਗੀ ਅਤੇ 17 ਡਿਸਟ੍ਰਿਕਟ ਦੇ ਵਿੱਚ ਹੋਵੇਗੀ। ਠੀਕ ਹੈ ਜੀ, ਅੱਗੇ ਕੁਸ਼ਚਨ ਵੱਲ ਚੱਲਦੇ ਹਾਂ। ਕਿਸ ਰਾਜ ਦੀ ਪੁਲਿਸ ਨੇ ਹਾਲ ਹੀ ਵਿੱਚ ਡਿਜੀਟਲ ਪਲੇਟਫਾਰਮ ਤ੍ਰਿਨੇਤਰਾ ਐਪ 2.0 ਲਾਂਚ ਕੀਤੀ ਹੈ? ਕਿਸ ਰਾਜ ਦੀ ਪੁਲਿਸ ਨੇ ਹਾਲ ਹੀ ਵਿੱਚ ਡਿਜੀਟਲ ਪਲੇਟਫਾਰਮ ਤ੍ਰਿਨੇਤਰਾ ਐਪ 2.0 ਲਾਂਚ ਕੀਤੀ ਹੈ? ਕਿਹਨੇ ਕੀਤੀ ਹੈ ਜੀ? ਇਹਦਾ ਆਂਸਰ ਆ ਜਾਏਗਾ ਆਪਸ਼ਨ ਏ ਕਰੈਕਟ ਆਂਸਰ, UP ਨੇ, ਉੱਤਰ ਪ੍ਰਦੇਸ਼। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ। ਕਿਸ ਰਾਜ ਨੇ ਵਿਧਵਾ ਪੁਨਰ ਵਿਆਹ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਜੀ? ਇਹ ਕਿਹਨੇ ਕੀਤੀ ਜੀ? ਆਪਸ਼ਨ ਸੀ ਝਾਰਖੰਡ ਨੇ। ਠੀਕ ਹੈ ਜੀ, ਇਹ ਦੇਖਿਆ ਸੀ ਆਪਾਂ ਪਹਿਲਾਂ ਵੀ ਕੁਸ਼ਚਨ। ਵੇਅਰ ਸਟਾਰਟਅਪ ਆਫ ਮਹਾਕੁੰਭ ਬੀਂਗ ਔਰਗਨਾਈਜੇਟਡ। ਸਟਾਰਟਅਪ ਮਹਾਕੁੰਭ ਕਿੱਥੇ ਆਯੋਜਿਤ ਕੀਤਾ ਜਾ ਰਿਹਾ? ਕਿੱਥੇ ਆਯੋਜਿਤ ਕੀਤਾ ਜਾ ਰਿਹਾ ਜੀ? ਮਹਾਕੁੰਭ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ। ਡਿਟੇਲ ਦੇਖ ਲੈਂਦੇ ਹਾਂ ਜੀ।
ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਵੇਟਰ ਦੀ ਸਟਾਰਟਅਪ ਆਫ ਮਹਾਕੁੰਭ ਭਾਰਤ ਮੰਡਪ ਇਨ ਨਿਊ ਦਿੱਲੀ। ਕਿੱਥੇ ਸਟਾਰਟ ਕੀਤਾ ਗਿਆ ਜੀ? ਨਰਿੰਦਰ ਮੋਦੀ ਦੁਆਰਾ ਇਹ ਸਟਾਰਟ ਕੀਤਾ ਗਿਆ, ਭਾਰਤ ਮੰਡਪ ਨਵੀਂ ਦਿੱਲੀ ਦੇ ਵਿੱਚ ਸਟਾਰਟ ਕੀਤਾ ਗਿਆ ਜੀ। ਪੀਐਮ ਮੋਦੀ ਨੇ ਦੱਸਿਆ ਕਿ ਇਹ ਇੰਡੀਆ ਦਾ ਥਰਡ ਲਾਰਜੈਸਟ ਇਕੋਸਿਸਟਮ ਹੋਵੇਗਾ। ਇਹਦੇ ਵਿੱਚ 1.25 ਲੱਖ ਸਟਾਰਟਅਪ ਹੋਣਗੇ ਜੀ, 12 ਲੱਖ ਯੂਥ ਭਾਗ ਲਵੇਗਾ। ਅਤੇ ਅਕੋਰਡਿੰਗ ਟੂ ਪੀਐਮ ਮੋਦੀ ਦੇ ਅਨੁਸਾਰ 12 ਲੱਖ ਯੂਥ ਭਾਗ ਲਵੇਗਾ ਅਤੇ 1.25 ਲੱਖ ਦੇ ਨੇੜੇ ਸਟਾਰਟਅਪ ਹੋਣਗੇ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਮਾਰਚ 2024 ਵਿੱਚ ਮੱਧ ਪ੍ਰਦੇਸ਼ ਦੀਆਂ ਕਿੰਨੀਆਂ ਵਿਰਾਸਤੀ ਥਾਵਾਂ ਨੂੰ ਆਰਜ਼ੀ ਤੌਰ 'ਤੇ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ? ਹਾਊ ਮੈਨੀ ਹੈਰੀਟੇਜ ਸਾਈਟਸ ਫਰੋਮ ਮੱਧ ਪ੍ਰਦੇਸ਼ ਵਰ ਟੈਂਟੇਟਿਵਲੀ ਇਨਕਲੂਡਡ ਇਨ ਦੀ ਯੂਨੈਸਕੋ ਲਿਸਟ ਇਨ ਮਾਰਚ 2024? ਕਿੰਨੀਆਂ ਲਿਸਟਾਂ ਨੂੰ ਕੀਤਾ ਗਿਆ ਜੀ? ਆਪਸ਼ਨ ਏ 6 ਨੂੰ। ਕਿਹੜੀਆਂ ਕਿਹੜੀਆਂ ਇਹ ਵੀ ਦੇਖ ਲੈਂਦੇ ਹਾਂ ਜੀ, ਡਿਟੇਲ ਦੇਖ ਲੈਂਦੇ ਹਾਂ ਜੀ। ਮੱਧ ਪ੍ਰਦੇਸ਼ ਵਿੱਚ 6 ਵਿਰਾਸਤੀ ਸਥਾਨਾਂ ਨੂੰ ਸੰਯੁਕਤ ਰਾਸ਼ਟਰ ਵਿੱਦਿਆ ਵਿਗਿਆਨ ਅਤੇ ਸੱਭਿਆਚਾਰ ਸੰਗਠਨ ਯੂਨੈਸਕੋ ਵਿਸ਼ਵ ਵਿਰਾਸਤ ਸਾਈਟਾਂ ਦੀ ਅਸਥਾਈ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। 6 ਸਥਾਨਾਂ ਵਿੱਚ ਗਵਾਲੀਅਰ ਦਾ ਕਿਲਾ, ਕਿਹੜੇ ਕਿਹੜੇ ਆ ਜੀ? ਪਹਿਲਾ ਗਵਾਲੀਅਰ ਦਾ ਕਿਲਾ, ਹੁਨੀ ਭੰਡਾਰਾ, ਭੁਜੇਸ਼ਵਰ ਮਹਾਦੇਵ ਮੰਦਿਰ, ਚੰਬਲ ਘਾਟੀ ਦੇ ਰੌਂਕ ਕਲਾ ਸਥਾਨ, ਧਮਨਾਰ ਦਾ ਇਤਿਹਾਸਿਕ ਸਮੂਹ ਅਤੇ ਰਾਮਨਗਰ ਦੇ ਗੌਂਡ ਸਮਾਰਕ ਸ਼ਾਮਿਲ ਹਨ। ਠੀਕ ਹੈ ਜੀ, ਕਿਹੜੇ 6 ਸ਼ਾਮਿਲ ਹਨ? ਗਵਾਲੀਅਰ ਦਾ ਕਿਲਾ, ਹੁਨੀ ਭੰਡਾਰਾ, ਭੁਜੇਸ਼ਵਰ ਮਹਾਦੇਵ ਮੰਦਿਰ, ਚੰਬਲ ਘਾਟੀ ਦੇ ਰੌਕ ਕਲਾ ਸਥਾਨ, ਧਮਨਾਰ ਦਾ ਇਤਿਹਾਸਿਕ ਸਮੂਹ ਅਤੇ ਰਾਮਨਗਰ ਦੇ ਗੌਂਡ ਸਮਾਰਕ। 21 ਮਾਰਚ 2024 ਤੱਕ ਭਾਰਤ ਕੋਲ ਯੂਨੈਸਕੋ ਦੇ ਵਿਰਾਸਤੀ ਸਥਾਨਾਂ ਦੀ ਅਸਥਾਈ ਸੂਚੀ ਵਿੱਚ 57 ਸਾਈਟਾਂ ਸ਼ਾਮਿਲ ਹਨ। ਜੇ ਪੁੱਛ ਲੈਂਦੇ ਟੋਟਲ ਕਿੰਨੀਆਂ ਸਾਈਟਾਂ ਸ਼ਾਮਿਲ ਹੋ ਚੁੱਕੀਆਂ ਨੇ ਯੂਨੈਸਕੋ ਦੇ ਵਿੱਚ, ਉਹ ਹੋ ਚੁੱਕੀਆਂ ਨੇ 57। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਭਾਰਤ ਦੇ ਪਹਿਲੇ ਫਿਊਚਰ ਲੈਬਸ ਕੇਂਦਰ ਦਾ ਉਦਘਾਟਨ ਕਿੱਥੇ ਕੀਤਾ ਗਿਆ? ਕਿੱਥੇ ਕੀਤਾ ਗਿਆ ਜੀ ਫਿਊਚਰ ਲੈਬ ਦਾ ਉਦਘਾਟਨ? ਇਹ ਕੀਤਾ ਗਿਆ ਤ੍ਰਿਵੇਂਦਰਮ ਪੁਰਮ ਦੇ ਵਿੱਚ ਕੀਤਾ ਗਿਆ। ਇਹਦੀ ਡਿਟੇਲ ਲਿਖ ਲੈਂਦੇ ਹਾਂ ਜੀ। ਇੰਡੀਆ ਫਸਟ ਫਿਊਚਰ ਲੈਬ ਸੈਂਟਰ ਵਾਸ ਇਨੋਗਰੇਟਡ ਸੀ ਡੈਕ ਤ੍ਰਿਵੇਂਦਰਪੁਰਮ। ਕੀਤਾ ਕਿੰਨੇ ਜੀ? ਯੂਨੀਅਨ ਮਿਨਿਸਟਰ ਸ਼੍ਰੀ ਰਾਜੀਵ ਚੰਦਰ ਸ਼ੇਖਰ ਨੇ ਕੀਤਾ ਜੀ। ਕਾਹਦੇ ਲਈ ਕੀਤਾ ਜੀ? ਇਕਨੋਮੀ ਇਲੈਕਟ੍ਰੋਨਿਕ ਐਂਡ IT ਲਈ, ਸਕਿੱਲ ਡਿਵੈਲਪਮੈਂਟ ਲਈ, ਇੰਟਰਨਸ਼ਿਪ ਲਈ, ਜਲ ਸ਼ਕਤੀ ਲਈ ਕੰਡਕਟਡ ਦੀ ਇਨੋਗਰੇਸ਼ਨ। ਇਹ ਸੈਂਟਰ ਦਾ ਨਾਮ ਕੀ ਹੈ ਜੀ? ਸੈਂਟਰ ਦਾ ਨਾਮ ਹੋ ਜਾਏਗਾ ਜੀ ਸੈਂਟਰ ਫੋਰ ਸੈਮੀ ਕੰਡਕਟਰ ਚਿਪਸ ਐਂਡ ਸਿਸਟਮ ਫੋਰ ਸਟੈਟਿਕ ਇਲੈਕਟ੍ਰੋਨਿਕ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵੇਅਰ ਵਾਸ ਦੀ ਇੰਡੀਆ ਫਸਟ ਇਨਡੋਰ ਅਥਲੈਟਿਕ ਐਂਡ ਅਕੁਐਟਿਕ ਸੈਂਟਰ ਇਨੋਗਰੇਟਡ? ਭਾਰਤ ਦੇ ਪਹਿਲੇ ਇਨਡੋਰ ਅਥਲੈਟਿਕ ਅਤੇ ਐਕੋ ਅਕੁਐਟਿਕ ਸੈਂਟਰ ਦਾ ਉਦਘਾਟਨ ਕਿੱਥੇ ਕੀਤਾ ਗਿਆ ਜੀ? ਇਹ ਕੀਤਾ ਗਿਆ ਜੀ ਆਪਸ਼ਨ ਸੀ ਕਰੈਕਟ ਆਂਸਰ, ਉੜੀਸਾ ਦੇ ਵਿੱਚ ਕੀਤਾ ਗਿਆ ਜੀ। ਇਹਦੀ ਡਿਟੇਲ ਲਿਖ ਲੈਂਦੇ ਹਾਂ ਜੀ। ਉੜੀਸਾ ਦੇ CM ਨਵੀਨ ਪਟਨਾਇਕ ਇਨੋਗਰੇਟਡ ਫਸਟ ਇਨਡੋਰ ਅਥਲੈਟਿਕ ਸਟੇਡੀਅਮ ਇਨ ਇਨਡੋਰ ਅਕੁਐਟਿਕ ਸੈਂਟਰ। ਜੇ ਐਗਜੈਕਟ ਜਗ੍ਹਾ ਪੁੱਛ ਲੈਣ ਕਿੱਥੇ ਕੀਤਾ ਗਿਆ ਜੀ? ਕਲਿੰਗਾ ਸਟੇਡੀਅਮ ਇਨ ਭੁਵਨੇਸ਼ਵਰ ਉੜੀਸਾ ਦੇ ਵਿੱਚ ਕੀਤਾ ਗਿਆ ਜੀ। ਕਿਹੜੇ ਸਟੇਡੀਅਮ ਦੇ ਵਿੱਚ? ਕਲਿੰਗਾ ਸਟੇਡੀਅਮ ਇਨ ਭੁਵਨੇਸ਼ਵਰ ਉੜੀਸਾ ਦੇ ਵਿੱਚ। ਠੀਕ ਹੈ ਜੀ, ਜਿਹੜਾ ਇੱਕ ਤੁਹਾਨੂੰ ਮੈਂ ਹੋਰ ਪੁਆਇੰਟ ਦੱਸ ਦਿੰਦਾ, ਇਹ ਜਿਹੜਾ ਸਟੇਡੀਅਮ ਹੈਗਾ ਜੀ ਉਹ 200 ਮੀਟਰ ਦਾ, ਠੀਕ ਹੈ ਜੀ, ਇਹ ਇਨਡੋਰ ਸਟੇਡੀਅਮ ਕੀਤਾ ਗਿਆ ਜੀ। ਠੀਕ ਹੈ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਭਾਰਤ ਦੀ ਪਹਿਲੀ ਏਕਾਕ੍ਰਿਤ ਤੇਲ ਪਾਮ ਪ੍ਰੋਸੈਸਿੰਗ ਯੂਨਿਟ ਕਿੱਥੇ ਸਥਿਤ ਹੈ? ਕਿੱਥੇ ਸਥਿਤ ਹੈ ਜੀ? ਇਹ ਹੈਗੀ ਹੈ ਜੀ ਆਪਸ਼ਨ ਏ ਕਰੈਕਟ ਆਂਸਰ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈਗੀ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਗ੍ਰਿਫਤਾਰ ਹੋਣ ਵਾਲਾ ਪਹਿਲਾ ਮੌਜੂਦਾ ਮੁੱਖ ਮੰਤਰੀ ਕੌਣ ਸੀ? ਹੂ ਵਾਸ ਦੀ ਫਸਟ ਸਿਟਿੰਗ CM ਮਿਨਿਸਟਰ ਟੂ ਗੈਟ ਅਰੈਸਟਡ? ਕੌਣ ਹੈ ਜੀ? ਆਪਸ਼ਨ ਸੀ
ਅਰਵਿੰਦ ਕੇਜਰੀਵਾਲ। ਠੀਕ ਹੈ ਜੀ, ਡਿਟੇਲ ਦੇਖ ਲੈਂਦੇ ਹਾਂ ਜੀ। ਅਰਵਿੰਦ ਕੇਜਰੀਵਾਲ ਬਿਕਮ ਦੀ ਫਸਟ ਸਿਟਿੰਗ ਸੀਐਮ ਟੂ ਬੀ ਅਰੈਸਟਡ। ਹੀ ਵਾਸ ਅਰੈਸਟਡ ਬਾਈ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ। ਠੀਕ ਹੈ ਜੀ, ਦੀ ਲੀਕਰ ਪੋਲਿਸੀ ਸਕੈਮ ਅੰਡਰ ਦੀ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002। ਠੀਕ ਹੈ ਜੀ, ਕਿਹੜੇ ਸਕੀਮ ਦੇ ਕਿਹੜੇ ਐਕਟ ਤਹਿਤ ਕੀਤਾ ਗਿਆ ਇਹਨਾਂ ਨੂੰ ਜੀ? ਪਹਿਲਾਂ ਕੀਤਾ ਕਿੰਨੇ ਆ? ਇਨਫੋਰਸਮੈਂਟ ਡਾਇਰੈਕਟੋਰੇਟ ਨੇ। ਫਿਰ ਕਿਤੇ ਕਿਹੜੀ ਉਹਦੇ ਵਿੱਚ ਕੀਤਾ ਗਿਆ ਪੋਲਿਸੀ ਦੇ ਵਿੱਚ? ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦੇ ਵਿੱਚ ਲੀਕਰ ਸਕੈਮ ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਠੀਕ ਹੈ। ਜਿਹੜੇ ਜਿਹੜੀ ਆਪਣੀ ਆਹ ਹੁੰਦੀ ਹੈ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਹੁੰਦੀ ਹੈ, ਇਹਦੇ ਵਿੱਚ ਕੋਈ ਬੇਲ ਨਹੀਂ ਹੁੰਦੀ ਹੈਗੀ ਜੀ। ਠੀਕ ਹੈ, ਇਹਦੇ ਵਿੱਚ ਸਜ਼ਾ ਹੁੰਦੀ ਹੈਗੀ। ਇਹਦੀ ਸੁਣਵਾਈ ਹੈ ਜਿਹੜੀ ਹੁਣ ਕਰੰਟ ਦੀ ਨਿਊਜ਼ ਦੀ ਸੁਣਵਾਈ ਚੱਲ ਰਹੀ ਹੈਗੀ। ਇਹ ਪਹਿਲਾਂ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹਨੂੰ ਖਾਰਜ ਕਰ ਦਿੱਤਾ। ਇਹਨਾਂ ਨੇ ਅੱਗੇ ਕੇਸ ਸੁਪਰੀਮ ਕੋਰਟ ਦੇ ਵਿੱਚ ਲਗਾਇਆ ਹੋਇਆ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਇਸ ਤੋਂ ਪਹਿਲਾਂ ਜੇਕਰ ਪੁੱਛੇ ਕਿ ਇਸ ਤੋਂ ਪਹਿਲਾਂ ਕਿਹੜੇ ਸੀਐਮ ਨੂੰ ਮਤਲਬ ਕਿ ਅਰੈਸਟ ਕੀਤਾ ਗਿਆ ਸੀਗਾ, ਉਹ ਸੀਗੇ ਜੀ ਜੇ ਜਿਆ ਲਾਲ ਥਾ ਸੀਗੇ। ਠੀਕ ਹੈ ਜੀ, ਉਹ ਕਿੱਥੋਂ ਦੇ ਸੀਐਮ ਸੀਗੇ ਜੀ? ਇਹ ਇਹਨਾਂ ਨੂੰ 1996 ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਧਰਤੀ ਦੀ ਸਭ ਤੋਂ ਦੂਰੀ ਬਿੰਦੂ ਨਿਮੋ ਤੱਕ ਪਹੁੰਚਣ ਵਾਲਾ ਪਹਿਲਾ ਵਿਅਕਤੀ ਕੌਣ ਬਣ ਗਿਆ ਹੈ? ਹੂ ਵਾਸ ਦੀ ਫਸਟ ਪਰਸਨ ਟੂ ਰੀਚ ਅਰਥ ਫਾਸਟੈਸਟ ਪੁਆਇੰਟ ਨਿਮੋ? ਕੌਣ ਬਣ ਗਿਆ ਜੀ? ਇਹ ਬਣ ਗਿਆ ਜੀ ਕ੍ਰਿਸ ਬਰਾਊਨ। ਆਪਸ਼ਨ ਬੀ ਕਰੈਕਟ ਆਂਸਰ, ਕ੍ਰਿਸ ਬਰਾਊਨ ਬਣ ਚੁੱਕੇ ਨੇ ਜੀ। ਪੁਆਇੰਟ ਨਿਮੋ ਇਮੇਜਨਰੀ ਪੁਆਇੰਟ ਆਫ ਸਾਊਥ ਪੈਸਿਫਿਕ ਓਸ਼ਨ। ਠੀਕ ਹੈ ਜੀ, ਮਤਲਬ ਸਾਊਥ ਪੈਸਿਫਿਕ ਓਸ਼ਨ ਦੇ ਅਖੀਰਲਾ ਪੁਆਇੰਟ ਹੈ ਜੀ ਜਿਹੜਾ ਨਿਮੋ ਪੁਆਇੰਟ ਆ। ਠੀਕ ਹੈ ਜੀ, ਇਹ ਕਿਹੜੇ ਲੈਂਡਮਾਰਕ ਦੇ ਨੀਅਰੈਸਟ ਹੈ ਜੀ? ਇਹ ਹੈਗਾ ਜੀ ਦੂਸੀ ਆਈਸਲੈਂਡ ਦੇ ਨੇੜੇ ਹੈਗਾ। ਇਹਦੀ ਟੋਟਲ ਕਿਲੋਮੀਟਰ ਕਿੰਨੀ ਹੈ ਜੀ? 2688 ਕਿਲੋਮੀਟਰ ਆ। ਕ੍ਰਿਸ ਬਰਾਊਨ ਬ੍ਰਿਟਿਸ਼ ਇੰਡੀਵਿਜੁਅਲ ਆ ਜੀ, ਪਹਿਲਾ ਮਤਲਬ ਬ੍ਰਿਟਿਸ਼ ਹੈਗਾ। ਇਹ ਫਸਟ ਪਰਸਨ ਹੈਗਾ ਜਿਹੜਾ ਕਿ ਨਿਮੋ ਪੁਆਇੰਟ 'ਤੇ ਪਹੁੰਚਿਆ ਗਿਆ ਜੀ। ਇਹਨੇ ਹਿਸਟਰੀ ਕ੍ਰੀਏਟ ਕਰ ਦਿੱਤੀ ਆ। ਲੋਕੇਸ਼ਨ ਕੀ ਹੈ ਜੀ ਨਿਮੋ ਪੁਆਇੰਟ ਦੀ? ਸਾਊਥ ਪੈਸਿਫਿਕ ਓਸ਼ਨ, ਈਸਟ ਆਫ ਨਿਊਜ਼ੀਲੈਂਡ। ਨਿਊਜ਼ੀਲੈਂਡ ਦੇ ਵਿੱਚ ਨਿਮੋ ਪੁਆਇੰਟ ਆ। ਅਗਲਾ ਕੁਸ਼ਚਨ ਜੀ, ਭਾਰਤ ਦੀ ਪਹਿਲੀ ਏ ਆਈ ਅਧਾਰਿਤ ਫਿਲਮ ਦਾ ਨਾਮ ਕੀ ਹੈ? ਭਾਰਤ ਦੀ ਪਹਿਲੀ ਏ ਆਈ ਅਧਾਰਿਤ ਫਿਲਮ ਦਾ ਨਾਮ ਕੀ ਹੈ ਜੀ? ਕੀ ਨਾਮ ਦੱਸੋਗੇ ਜੀ ਜੇ ਤੁਹਾਨੂੰ ਪੁੱਛ ਲੇਗਾ ਜੀ? ਦੱਸੋ ਕੀ ਆਂਸਰ ਦੱਸੋਗੇ ਜੀ? ਕੀ ਨਾਮ ਦੱਸੋਗੇ ਜੀ? ਉਹਦਾ ਨਾਮ ਆ ਜਾਏਗਾ ਜੀ ਆਪਸ਼ਨ ਡੀ ਇਰਾਹ, IRAH, ਇਰਾਹ। ਠੀਕ ਹੈ ਜੀ, ਡਿਟੇਲ ਲਿਖ ਲੈਂਦੇ ਹਾਂ ਜੀ। ਇਰਾ ਟ੍ਰੇਲਰ ਦੈਟ ਦੀ ਸੌਂਗ ਲਾਂਚਡ ਬਾਏ ਮੁੰਬਈ। ਕਿੱਥੇ ਲਾਂਚ ਕੀਤਾ ਗਿਆ ਜੀ ਇਹ ਇਰਾ ਸੌਂਗ? ਇਹ ਮੁੰਬਈ ਦੇ ਵਿੱਚ ਲਾਂਚ ਕੀਤਾ ਗਿਆ ਜੀ। ਠੀਕ ਹੈ, ਕਾਸਟ ਕਿੰਨੇ ਕੀਤਾ ਜੀ ਇਹਨੂੰ? ਰੋਹਿਤ ਬੋਸ, ਰੋਏ, ਕ੍ਰਿਸ਼ਮਾ ਕੋਟਕ, ਰਜੇਸ਼ ਸ਼ਰਮਾ ਅਤੇ ਰਕਸ਼ਿਤ ਭੰਡਾਰੀ ਨੇ। ਠੀਕ ਹੈ ਜੀ, ਤੁਸੀਂ ਨਾਮ ਯਾਦ ਨਹੀਂ ਕਰਨੇਗੇ। ਠੀਕ ਹੈ ਜੀ, ਪ੍ਰੋਡਿਊਸ ਕਿੰਨੇ ਕੀਤਾ ਜੀ ਇਹ ਫਿਲਮ? ਕਿੰਨੇ ਕੀਤੀ ਜੀ? ਬਿੱਗ ਫਿਲਮ ਮੀਡੀਆ, ਡਾਇਰੈਕਟਰ ਬਾਏ ਸੈਮ। ਇਹ ਯਾਦ ਰੱਖਣਾ ਜੀ, ਕਿਹੜੇ ਨੇ ਕੀਤੀ ਜੀ? ਡਾਇਰੈਕਟਰ ਬਾਏ ਸੈਮ। ਕਿਹੜੇ ਉਹ ਸੀਗਾ ਮੀਡੀਆ ਸੀਗਾ? ਬਿੱਗ ਫਿਲਮ ਮੀਡੀਆ। ਠੀਕ ਹੈ ਜੀ, ਇਹਦੇ 'ਤੇ ਫੋਕਸ ਕਾਹਦਾ ਕੀਤਾ ਗਿਆ ਸੀਗਾ ਜੀ? ਫੋਕਸ ਏ ਆਈ ਟੈਕਨੋਲੋਜੀ ਦੀ ਮਿਸਯੂਜ ਦਾ ਕੀਤਾ ਗਿਆ ਸੀਗਾ ਫੋਕਸ, ਜਿਵੇਂ ਤੁਸੀਂ ਦੇਖਿਆ ਸੀਗਾ ਲਾਸਟ ਵਿੱਚ ਨਿਊਜ਼ ਦੇ ਵਿੱਚ ਸੀ, ਇੱਕ ਐਕਟਰਨੀ ਦੀ ਮਤਲਬ ਕਿ ਕਿਸੇ ਹੋਰ ਦੀ ਫੋਟੋ ਲਗਾ ਕੇ ਉਸਨੂੰ ਗਲਤ ਮਿਸਯੂਜ ਕੀਤਾ ਗਿਆ ਸੀਗਾ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਉੱਤਰੀ ਭਾਰਤ ਦਾ ਪਹਿਲਾ ਸਰਕਾਰੀ ਹੋਮਿਓਪੈਥਿਕ ਕਾਲਜ ਕਿੱਥੇ ਸਥਾਪਿਤ ਹੋਵੇਗਾ? ਵੇਅਰ ਵਿਲ
ਨਾਰਥ ਇੰਡੀਆਸ ਫਸਟ ਗਵਰਨਮੈਂਟ ਹੋਮਿਓਪੈਥਿਕ ਕਾਲਜ ਵੀ ਇਸਟੈਬਲਿਸ਼ਡ, ਕਿੱਥੇ ਹੋਵੇਗਾ ਜੀ ਇਹ? ਇਹ ਹੋਵੇਗਾ ਕਠੂਆ ਜੰਮੂ ਕਸ਼ਮੀਰ ਦੇ ਵਿੱਚ। ਆਪਸ਼ਨ ਬੀ ਕਰੈਕਟ ਆਨਸਰ, ਕਠੂਆ ਜੰਮੂ ਕਸ਼ਮੀਰ। ਅੱਗੇ ਚੱਲਦੇ ਹਾਂ ਜੀ ਅਗਲੇ ਕੁਸ਼ਚਨ ਵੱਲ। ਕਿਹੜਾ ਭਾਰਤੀ ਰਾਜ ਦੇਸ਼ ਦਾ ਪਹਿਲਾ ਸਰਕਾਰੀ ਸਮਰਪਿਤ OTT ਪਲੇਟਫਾਰਮ ਲਾਂਚ ਕਰਨ ਲਈ ਤਿਆਰ ਹੈ? ਵਿਚ ਇੰਡੀਅਨ ਸਟੇਟ ਇਜ਼ ਸੈੱਟ ਟੂ ਲਾਂਚ ਦੀ ਕੰਟਰੀਜ਼ ਫਸਟ ਗਵਰਨਮੈਂਟ ਬੈਕਡ OTT ਪਲੇਟਫਾਰਮ? ਕੌਣ ਆ ਜੀ? ਕੇਰਲਾ। ਆਪਸ਼ਨ ਸੀ ਕਰੈਕਟ ਆਨਸਰ, ਕੇਰਲਾ। ਚੀਫ ਮਿਨਿਸਟਰ ਪਿਨਰੀ ਵਿਜੇ ਨੇ ਦੱਸਿਆ ਹੈ ਕਿ OTT ਪਲੇਟਫਾਰਮ ਐਟ ਕੇਰਲੀ ਥੀਏਟਰ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਠੀਕ ਹੈ ਜੀ, ਇਹਦਾ ਹੋਰ ਨਾਮ ਕੀ ਹੋਏਗਾ ਜੀ? ਇਹਦਾ ਹੋਰ ਨਾਮ ਹੋਏਗਾ ਸੀ ਸਪੇਸ ਹੋਏਗਾ। ਠੀਕ ਹੈ ਜੀ, ਇਹ ਇੰਡੀਆ ਦਾ ਪਹਿਲਾ ਗੌਰਮੈਂਟ ਬੈਕਡ OTT ਪਲੇਟਫਾਰਮ ਆ। ਠੀਕ ਹੈ ਜੀ, ਕਿਹੜਾ ਜੀ? ਇੰਡੀਆ ਦਾ ਫਸਟ ਪਲੇਟਫਾਰਮ ਕਿਹੜਾ ਜੀ? ਕੇਰਲਾ ਦਾ ਪਲੇਟਫਾਰਮ ਆ ਉਹਦਾ, ਇਹਨੂੰ ਸੀ ਸਪੇਸ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਇਹਨੂੰ ਕੇਰਲੀ ਥੀਏਟਰ ਵੀ ਕਿਹਾ ਜਾਂਦਾ ਹੈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਭਾਰਤ ਦਾ ਕਿਹੜਾ ਸ਼ਹਿਰ ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਟ੍ਰੇਨ ਪ੍ਰਾਪਤ ਕਰਨ ਲਈ ਤਿਆਰ ਹੈ? ਭਾਰਤ ਦਾ ਕਿਹੜਾ ਸ਼ਹਿਰ ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਟ੍ਰੇਨ ਪ੍ਰਾਪਤ ਕਰਨ ਲਈ ਤਿਆਰ ਹੈ? ਕਿਹੜਾ ਦੇਸ਼ ਹੈ, ਕਿਹੜਾ ਸਟੇਟ ਹੈ ਜੀ? ਉਹ ਹੈਗਾ ਬੈਂਗਲੌਰੂ। ਆਪਸ਼ਨ ਏ ਕਰੈਕਟ ਆਨਸਰ, ਬੈਂਗਲੌਰੂ। ਡਿਟੇਲ ਲਿਖ ਲੈਂਦੇ ਜੀ, ਬੈਂਗਲੌਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ ਨੇ ਦੱਸਿਆ ਕਿ ਉਹ ਪਹਿਲੀਆਂ 6 ਟ੍ਰੇਨਾਂ ਇਹੋ ਜਿਹੀਆਂ ਯੈਲੋ ਲਾਈਨ 'ਤੇ ਚਲਾਏਗਾ ਜਿਹੜੀਆਂ ਕਿ ਡਰਾਈਵਰ ਮੁਕਤ ਹੋਣਗੀਆਂ। ਠੀਕ ਹੈ ਜੀ, ਯੈਲੋ ਲਾਈਨ ਦੀ ਜਿਹੜੀ ਲੈਂਥ ਹੋਏਗੀ 18.8 ਕਿਲੋਮੀਟਰ ਹੋਏਗੀ। ਉਹ ਲਿੰਕ ਕਰੇਗੀ RV ਰੋਡ ਐਂਡ ਬੋ ਮਸੰਦਰਾ ਨੂੰ। ਕਿਹਨੂੰ ਕਰੇਗੀ ਜੀ? RV ਰੋਡ ਐਂਡ ਬੋ ਮਸੰਦਰਾ ਨੂੰ। ਇਹਦੀ ਲੈਂਥ ਹੋਏਗੀ 18.8 ਕਿਲੋਮੀਟਰ। ਠੀਕ ਹੈ ਜੀ, ਇਹਨੂੰ ਬਣਾਇਆ ਕਿੰਨੇ ਹੈ ਜੀ? ਇਹਨੂੰ ਬਣਾਇਆ ਜੀ ਕਮਿਊਨੀਕੇਸ਼ਨ ਬੇਸਡ ਟ੍ਰੇਨ ਕੰਟਰੋਲ ਸਿਸਟਮ ਨੇ ਦੁਆਰਾ ਬਣਾਇਆ ਗਿਆ ਜੀ। ਫਸਟ ਡਰਾਈਵਰਲੈਸ ਟ੍ਰੇਨ ਹੋਵੇਗੀ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਕਿਸ ਭਾਰਤੀ ਬਿਲੀਅਨ ਖਿਡਾਰੀ ਨੂੰ ਹਾਲ ਹੀ ਵਿੱਚ ਚੀਨ ਦੇ ਸ਼ਾਂਗਰਾਓ ਸ਼ਹਿਰ ਵਿੱਚ ਵਿਸ਼ਵ ਬਿਲੀਅਨ ਮਿਊਜ਼ੀਅਮ ਵਿੱਚ ਹਾਲ ਹੀ ਫੇਮ ਆਫ ਵਿੱਚ ਸ਼ਾਮਿਲ ਕੀਤਾ ਗਿਆ ਹੈ? ਵਿੱਚ ਇੰਡੀਅਨ ਬਿਲੀਅਰਡਸ ਪਲੇਅਰ ਵਾਸ ਰੀਸੈਂਟਲੀ ਇੰਡਕਟਡ ਇਨ ਟੂ ਦੀ ਹਾਲ ਆਫ ਫੇਮ ਐਟ ਦੀ ਵਰਲਡ ਬਿਲੀਅਰਡਸ ਮਿਊਜ਼ੀਅਮ ਇਨ ਸ਼ੰਗਾਓ ਸਿਟੀ ਚਾਈਨਾ? ਕਿਹਨੂੰ ਕੀਤਾ ਗਿਆ ਜੀ? ਬਿਲੀਅਰਡਸ ਕਿਹੜਾ ਪਲੇਅਰ ਆਗਾ ਜਿਹਨੂੰ ਹਾਲ ਹੀ ਦੇ ਵਿੱਚ ਮਿਊਜ਼ੀਅਮ ਆਫ ਫੇਮ ਦੇ ਵਿੱਚ ਕੀਤਾ ਗਿਆ ਸ਼ਾਮਿਲ ਜੀ? ਉਹ ਹੈਗੇ ਨੇ ਪੰਕਜ ਅਡਵਾਨੀ। ਆਪਸ਼ਨ ਏ ਕਰੈਕਟ ਆਨਸਰ, ਪੰਕਜ ਅਡਵਾਨੀ। ਅਗਲਾ ਕੁਸ਼ਚਨ ਜੀ, 2024 IPL ਵਿੱਚ CSK ਦਾ ਕਪਤਾਨ ਕੌਣ ਹੋਵੇਗਾ? 2024 ਵਿੱਚ CSK ਦਾ ਕਪਤਾਨ ਕੌਣ ਹੋਵੇਗਾ ਜੀ? ਕੀ ਆਨਸਰ ਦਊਂਗੇ ਜੀ? ਕੌਣ ਹੋਵੇਗਾ ਜੀ CSK ਦਾ ਕਪਤਾਨ? ਇਹ ਹੋਵੇਗਾ ਜੀ ਆਪਸ਼ਨ ਸੀ ਕਰੈਕਟ ਆਨਸਰ, ਰਿਤੂ ਰਾਜ ਗਾਇਕਵਾੜ। ਹੁਣ ਆਪਾਂ IPL ਦੇ ਥੋੜ੍ਹੇ ਜਿਹੇ ਨਾ ਕਪਤਾਨਾਂ ਦੇ ਨਾਮ ਦੇਖ ਲੈਂਦੇ ਹਾਂ। ਜਿਹੜਾ ਪੰਜਾਬ ਦੇ ਕਪਤਾਨ ਕੌਣ ਨੇ ਜੀ? ਪੰਜਾਬ ਦੇ ਕਪਤਾਨ ਕੌਣ ਨੇ? ਸ਼ਿਖਰ ਧਵਨ। ਸ਼ਿਖਰ ਧਵਨ, ਠੀਕ ਹੈ ਜੀ। ਦਿੱਲੀ ਦੇ ਕੌਣ ਨੇ ਜੀ? ਦਿੱਲੀ ਦੇ ਨੇ ਰਿਸ਼ਭ ਪੰਤ। ਰਿਸ਼ਭ ਪੰਤ, ਠੀਕ ਹੈ ਜੀ। ਰਾਜਸਥਾਨ ਦੇ ਕੌਣ ਨੇ? ਰਾਜਸਥਾਨ ਦੇ ਕੌਣ ਨੇ ਜੀ? ਰਾਜਸਥਾਨ ਦੇ ਨੇ ਸੰਜੂ ਸੈਮਸਨ, ਠੀਕ ਹੈ ਜੀ। UP ਦੇ ਕੌਣ ਨੇ ਜੀ? ਲਖਨਊ ਵਾਰੀਅਰ ਜਿਹਨੂੰ ਕਹਿ ਦਿੰਦੇ ਆ, UP ਲਖਨਊ ਵਾਰੀਅਰ ਦੇ ਕੌਣ ਨੇ ਜੀ? UP ਲਖਨਊ ਦੇ ਵਾਰੀਅਰ ਦੇ ਨੇ KL ਰਾਹੁਲ, ਠੀਕ ਹੈ ਜੀ। ਗੁਜਰਾਤ ਦੇ ਕੌਣ ਨੇ ਜੀ? ਗੁਜਰਾਤ ਦੇ ਕੌਣ ਨੇ ਜੀ? ਗੁਜਰਾਤ ਦੇ ਨੇ ਸ਼ੁਭਮਨ ਗਿੱਲ। ਸ਼ੁਭਮਨ
ਗਿੱਲ। ਠੀਕ ਹੈ ਜੀ, ਹੋਰ ਦੇਖ ਲੈਂਦੇ, ਬਾਕੀ ਦੇ ਦੇਖ ਲੈਂਦੇ ਹਾਂ ਜੀ। ਮੁੰਬਈ ਦੇ ਕੌਣ ਨੇ ਜੀ? ਮੁੰਬਈ ਦੇ ਕੌਣ ਨੇ? ਹਾਰਦਿਕ ਪਾਂਡਿਆ। ਕੌਣ ਨੇ ਜੀ? ਮੁੰਬਈ ਦੇ ਹਾਰਦਿਕ ਪਾਂਡਿਆ। ਚੇਨਈ ਦੇ ਕੌਣ ਨੇ ਜੀ? ਚੇਨਈ ਦੇ ਕੌਣ ਨੇ ਜੀ? ਰਿਤੂ ਰਾਜ ਗਾਇਕਵਾੜ। ਇਹ ਕਰ ਹੀ ਲਿਆ ਜੀ, ਚੇਨਈ ਸੁਪਰ ਕਿੰਗ ਦੇ ਰਿਤੂ ਰਾਜ ਗਾਇਕਵਾੜ। ਹੈਦਰਾਬਾਦ ਦੇ ਕੌਣ ਨੇ ਜੀ? ਹੈਦਰਾਬਾਦ ਦੇ ਨੇ ਪੈਟ ਕਮਿੰਗਸ, ਪੈਟ ਕਮਿੰਗ। ਕਲਕੱਤਾ ਦੇ ਕੌਣ ਨੇ ਜੀ? ਕਲਕੱਤਾ ਦੇ ਨੇ ਸ਼੍ਰੀਅਰ ਅਈਅਰ, ਸ਼੍ਰੀਅਰ ਅਈਅਰ। ਠੀਕ ਹੈ ਜੀ, ਬੈਂਗਲੁਰੂ ਦੇ ਕੌਣ ਨੇ ਜੀ? ਬੈਂਗਲੁਰੂ ਦੇ ਕੌਣ ਨੇ ਜੀ? ਫੈਟ ਡੂ ਪਲੈਸੀ, ਫੈਟ ਡੂ ਪਲੈਸੀ। ਠੀਕ ਹੈ ਜੀ, ਇਹਨੇ ਸਾਰੇ IPL ਦੇ ਕਪਤਾਨ। ਅੱਗੇ ਚੱਲਦੇ ਹਾਂ ਅਗਲੇ ਕੁਸ਼ਚਨ ਵੱਲ ਜੀ। ਇਸ ਤੋਂ ਪਹਿਲਾਂ ਥੋੜ੍ਹੀ ਡਿਟੇਲ ਦੇਖ ਲੈਂਦੇ ਹਾਂ। ਰਿਤੂਰਾਜ ਗਾਇਕਵਾੜ ਜਿਹੜੇ, ਉਹਨਾਂ ਨੇ ਰਿਪਲੇਸ ਕੀਤਾ ਚੇਨਈ ਸੁਪਰ ਕਿੰਗ ਦੇ ਧੋਨੀ, ਮਤਲਬ ਕਿ MS ਧੋਨੀ ਨੂੰ। ਮਹਿੰਦਰ ਸਿੰਘ ਧੋਨੀ ਲੌਂਗੈਸਟ ਸਰਵਿੰਗ ਕੈਪਟਨ ਸੀਗੇ ਚੇਨਈ ਸੁਪਰ ਕਿੰਗ ਦੇ। ਠੀਕ ਹੈ ਜੀ, ਉਹਨਾਂ ਨੇ 235 ਮਤਲਬ ਕਿ ਮੈਚ ਖੇਡੇ ਨੇ 249 ਗੇਮਸ ਦੇ ਵਿੱਚੋਂ। ਠੀਕ ਹੈ ਜੀ, ਆਲ ਕੰਪੀਟੀਸ਼ਨ ਦੇ ਵਿੱਚ ਜਿਹੜੇ ਸੀਗੇ ਧੋਨੀ ਸੀਗੇ ਜੀ, ਉਹਨਾਂ ਨੇ 2010, 2011, 2018 ਅਤੇ 2021 ਅਤੇ 2023 ਦਾ ਇਹਨਾਂ ਕੋਲ IPL ਜਿੱਤਣ ਦਾ ਖਿਤਾਬ ਵੀ ਹੈ। ਠੀਕ ਹੈ ਜੀ, ਅਤੇ ਇਸ ਵਾਰ ਦਾ ਜਿਹੜਾ IPL ਹੋ ਰਿਹਾ ਉਹ 17ਵਾਂ ਐਡੀਸ਼ਨ ਆ ਜੀ। ਠੀਕ ਹੈ ਜੀ, ਕਿੰਨਵਾਂ ਐਡੀਸ਼ਨ ਆ? 17ਵਾਂ ਐਡੀਸ਼ਨ ਆ। ਇਹ ਕਦੋਂ ਸ਼ੁਰੂ ਹੋ ਰਿਹਾ ਜੀ IPL? ਕਦੋਂ ਸ਼ੁਰੂ ਹੋਇਆ ਪਿਆ? ਇਹ ਹੋਇਆ ਪਿਆ 17 ਮਾਰਚ ਦਾ ਸ਼ੁਰੂ ਹੋਇਆ ਪਿਆ IPL। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸੰਤੋਸ਼ ਟਰੋਫੀ 2023-24 ਦਾ ਖਿਤਾਬ ਕਿਸਨੇ ਜਿੱਤਿਆ? ਕਿਸਨੇ ਜਿੱਤਿਆ ਜੀ? ਇਹ ਆਪਸ਼ਨ ਏ ਕਰੈਕਟ ਆਂਸਰ, ਸਰਵਿਸ ਨੇ। ਕਿਹਨੇ ਜਿੱਤਿਆ ਜੀ? ਆਪਸ਼ਨ ਏ ਸਰਵਿਸ ਨੇ। ਡਿਟੇਲ ਲਿਖ ਲੈਂਦੇ ਹਾਂ। ਸੰਤੋਸ਼ ਟਰੋਫੀ ਆ 2023-24 ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਯੋਜਿਤ ਕੀਤੀ ਗਈ ਸੀਗੀ। ਇਸ ਵਾਰ ਇਹਦਾ 77ਵਾਂ ਐਡੀਸ਼ਨ ਸੀਗਾ ਸੰਤੋਸ਼ ਟਰੋਫੀ ਦਾ। ਠੀਕ ਹੈ ਜੀ, ਇਹ ਸਰਵਿਸ ਦੇ ਜਿਹੜੇ ਸਰਵਿਸ ਕੀ ਹੁੰਦੀ ਹੈ ਜੀ, ਇਹਦੇ ਵਿੱਚ ਆਰਮੀ, BSF, CISF ਜਿੰਨੀਆਂ ਸਾਰੀਆਂ ਫੋਰਸਿਸ ਹੁੰਦੀਆਂ ਉਹਨੂੰ ਆਪਾਂ ਮਿਲਾ ਕੇ ਕਹਿ ਦਿੰਦੇ ਹਾਂ, ਸਰਵਿਸ ਕਹਿ ਦਿੰਦੇ ਹਾਂ। ਠੀਕ ਹੈ ਜੀ, ਗੋਆ ਸੀ ਜਿਹੜੀ, ਉਹਦੀ ਸੈਕਿੰਡ ਪੋਜੀਸ਼ਨ ਰਹੀ ਹੈ ਜੀ। ਠੀਕ ਹੈ, ਜਿਹੜੇ ਫਿਜ਼ਾਮ ਸੰਥੋਈ ਸੀਗੇ ਉਹ ਮਣੀਪੁਰ ਦੇ ਰਹਿਣ ਵਾਲੇ ਸੀ, ਉਹਨਾਂ ਨੇ 9 ਗੋਲ ਕੀਤੇ ਨੇ। ਠੀਕ ਹੈ ਜੀ, ਹਾਈਐਸਟ ਸਕੋਰ ਬਣਾਇਆ ਨੇ ਸੰਤੋਸ਼ ਟਰੋਫੀ ਦੇ ਵਿੱਚ। ਸਮੀਰ ਮੁਰਮੂ ਨੇ ਸਰਵਿਸ ਦੇ ਸੀਗੇ, ਉਹਨਾਂ ਨੂੰ ਬੈਸਟ ਪਲੇਅਰ ਚੁਣਿਆ ਗਿਆ ਜੀ। ਸੈਯਦ ਬਿਨ ਅਬਦੁਲ ਕਦੀਰ ਸੀਗੇ ਜਿਹੜੇ, ਉਹ ਵੀ ਸਰਵਿਸ ਤੋਂ ਸੀਗੇ, ਉਹ ਬੈਸਟ ਗੋਲ ਕੀਪਰ ਚੁਣੇ ਗਏ ਸੀ। ਜੇ ਪੁੱਛ ਲੈਣ ਕਿ ਸੰਤੋਸ਼ ਟਰੋਫੀ ਸੰਬੰਧਿਤ ਕਿਹਦੇ ਨਾਲ ਆ ਜੀ, ਇਹ ਹੈਗੀ ਆ ਫੁੱਟਬਾਲ ਦੇ ਨਾਲ, ਫੁੱਟਬਾਲ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬੈਸਟ ਪਲੇਅਰ ਕੌਣ ਆ, ਐਡੀਸ਼ਨ ਕਿੰਨਵਾਂ ਸੀ? 77th ਕਿੱਥੇ ਆਯੋਜਿਤ ਕੀਤੀ ਗਈ ਇਹ? ਅਰੁਣਾਚਲ ਪ੍ਰਦੇਸ਼ ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਫਰਵਰੀ ਮਹੀਨੇ ਲਈ ICC ਪੁਰਸ਼ ਪਲੇਅਰ ਆਫ ਦੀ ਮਹੀਨਾ ਅਵਾਰਡ ਕਿਸਨੇ ਜਿੱਤਿਆ? ਹੂ ਵੌਨ ਦੀ ICC ਮੈਨ ਪਲੇਅਰ ਆਫ ਦੀ ਮੰਥ ਅਵਾਰਡ ਫੋਰ ਦੀ ਮੰਥ ਆਫ ਫੈਬਰੀ? ਕਿਹਨੇ ਜਿੱਤਿਆ ਜੀ? ਇਹ ਜਿੱਤਿਆ ਜਸ਼ਵੀ ਜੈਸਵਾਲ ਨੇ। ਠੀਕ ਹੈ ਜੀ, ਇਹਦੀ ਡਿਟੇਲ ਦੇਖ ਲੈਂਦੇ ਹਾਂ। ਜਸ਼ਵੀ ਜੈਸਵਾਲ ਨੂੰ ਇੰਡੀਅਨ ਓਪਨ ਨੇ, ਇਹਨਾਂ ਨੇ ICC ਮੈਨ ਅਵਾਰਡ ਪਲੇਅਰ 2023 ਦੀ ਬੈਸਟ ਪਰਫੋਰਮਿੰਗਸ ਅਵਾਰਡ ਜਿੱਤਿਆ ਜੀ, ਅਗੇਂਸਟ ਇੰਗਲੈਂਡ ਦੇ। ਠੀਕ ਹੈ ਜੀ, ਜਿਹੜੇ ਅਨੇਬਲ ਸੁਥਰਲੈਂਡ ਆ ਗਏ ਉਹ ਆਸਟ੍ਰੇਲੀਆ ਦੇ ਨੇ ਜੀ, ਉਹਨਾਂ ਨੇ ICC ਵੂਮੈਨ ਪਲੇਅਰ ਆਫ ਦੀ ਮੰਥ ਦਾ ਫੈਬਰੇਰੀ ਦਾ ਅਵਾਰਡ ਜਿੱਤਿਆ। ਠੀਕ ਹੈ ਜੀ, ਅਗਲੇ ਕੁਸ਼ਚਨ ਵਿੱਚ ਚੱਲਦੇ ਹਾਂ। ਰਣਜੀਤ
ਰਣਜੀ ਟਰਾਫੀ 2024 ਦਾ ਖਿਤਾਬ ਕਿਸ ਟੀਮ ਨੇ ਜਿੱਤਿਆ? ਵਿਚ ਟੀਮ ਵੋਨ ਦੀ ਰਣਜੀ ਟਰਾਫੀ 2024 ਟਾਈਟਲ? ਕਿਸ ਨੇ ਜਿੱਤਿਆ ਜੀ ਇਹ ਜਿੱਤਿਆ? ਆਪਸ਼ਨ ਬੀ ਕਰੈਕਟ ਆਂਸਰ, ਵਿਦਰਭਾ ਨੇ। ਕਿਹਨੇ ਜਿੱਤਿਆ ਜੀ? ਵਿਦਰਭਾ ਨੇ। ਡਿਟੇਲ ਦੇਖ ਲੈਂਦੇ ਹਾਂ ਜੀ। ਮੁੰਬਈ ਵਿੰਸ ਰਣਜੀ ਟਰਾਫੀ 2024 ਆਫਟਰ 8 ਸਾਲ ਬਾਅਦ, ਮਤਲਬ ਕਿ 2015-16 ਤੋਂ ਬਾਅਦ ਇਹਨਾਂ ਨੇ 2024 ਦੇ ਵਿੱਚ ਪਹਿਲੀ ਵਾਰ ਟਰਾਫੀ ਜਿੱਤੀ ਹੈ ਜੀ। ਠੀਕ ਹੈ ਜੀ। ਇਹਨਾਂ ਨੇ ਹਰਾਇਆ ਕਿਹਨੂੰ ਜੀ? ਇਹਨਾਂ ਨੇ ਹਰਾਇਆ 169 ਰਨਾਂ ਨਾਲ ਹਰਾਇਆ ਜੀ ਵਿਦਰਭਾ ਨੂੰ। ਇਹ ਗਲਤ ਆ ਜੀ, ਆਪਸ਼ਨ ਗਲਤ ਆ। ਆਪਸ਼ਨ ਬੀ ਡੀ ਕਰੈਕਟ ਆਨਸਰ ਆਉਣਾ ਜੀ। ਇੱਥੇ ਡੀ ਆ ਜਾਏਗਾ, ਇੱਥੇ ਮੁੰਬਈ ਨੇ ਜਿੱਤਿਆ ਜੀ। ਮੁੰਬਈ ਨੇ ਇਹ ਟਰਾਫਰ 8 ਸਾਲ ਪਹਿਲਾਂ ਜਿੱਤੀ ਸੀਗੀ। ਠੀਕ ਹੈ ਜੀ। ਹੁਣ ਇਹਨਾਂ ਨੇ ਜਿੱਤੀ ਆ, ਇਹਨਾਂ ਨੇ ਹਰਾਇਆ ਕਿੰਨੇ ਰਨਾਂ ਨਾਲ? 169 ਰਨਾਂ ਨਾਲ ਹਰਾਇਆ ਜੀ ਵਿਦਰਭਾ ਨੂੰ। ਠੀਕ ਹੈ ਜੀ। ਮੁੰਬਈ ਨੇ 42ਵੇਂ ਟਾਈਟਲ ਜਿੱਤਿਆ ਜੀ ਇਹ। ਠੀਕ ਹੈ ਜੀ। ਅਜਿੰਕੇ ਰਹਾਣੇ ਜਿਹੜੇ ਸੀਗੇ ਉਹ 26ਵੇਂ ਕੈਪਟਨ ਸੀਗੇ ਰਣਜੀ ਟਰਾਫੀ ਦੇ। ਰਣਜੀ ਟਰਾਫੀ ਦੀ ਸਟੈਟਿਕ ਜੀ ਕੇ ਦੇਖ ਲੈਂਦੇ ਹਾਂ ਜੀ। ਇਹ ਇੰਡੀਆ ਡੋਮੈਸਟਿਕ ਕ੍ਰਿਕਟ ਕੰਪੀਟੀਸ਼ਨ, ਮਤਲਬ ਕਿ ਇੰਡੀਆ ਦੇ ਵਿੱਚ ਹੋਮ ਗਰਾਊਂਡ ਦੇ ਵਿੱਚ ਹੋਣ ਵਾਲਾ ਇਹ ਕ੍ਰਿਕਟ ਮੈਚ ਆ ਜੀ। ਇਹ ਪਹਿਲੀ ਵਾਰ ਸਟਾਰਟ ਕਦੋਂ ਕੀਤਾ ਗਿਆ ਸੀ? 1934 ਦੇ 35 ਦੇ ਵਿੱਚ ਕੀਤਾ ਗਿਆ ਸੀ। ਇਹਨੂੰ ਔਰਗਨਾਈਜ਼ ਕੌਣ ਕਰਦਾ ਜੀ? ਬੀ ਸੀ ਆਈ, ਬੋਰਡ ਆਫ ਕ੍ਰਿਕਟ ਕੌਂਸਲ ਆਫ ਇੰਡੀਆ ਇਸਨੂੰ ਔਰਗਨਾਈਜੇਸ਼ਨ ਕਰਦਾ। ਇਹ ਇਹਦਾ ਫਸਟ ਵਿਨਰ ਕੌਣ ਸੀਗਾ ਜੀ? ਬੋਂਬੇ ਇਹਦਾ ਫਸਟ ਵਿਨਰ ਸੀਗਾ। ਠੀਕ ਹੈ ਜੀ। ਰਣਜੀ ਟਰਾਫੀ 2024 ਦਾ ਖਿਤਾਬ ਕਿਸ ਨੇ ਜਿੱਤਾ ਜੀ? ਮੁੰਬਈ ਨੇ। ਕਰੈਕਟ ਆਂਸਰ ਆ ਜਾਏਗਾ। ਕਿੰਨੇ ਰਨਾਂ ਨਾਲ ਹਰਾਇਆ ਵਿਦਰਭਾ ਨੂੰ? 169 ਰਨਾਂ ਨਾਲ ਹਰਾਇਆ। ਪਹਿਲੀ ਵਾਰ ਕਦੋਂ ਆਯੋਜਿਤ ਕੀਤੇ ਗਏ? 1934-35 ਦੇ ਵਿੱਚ। ਔਰਗਨਾਈਜ਼ ਕੌਣ ਕਰਦਾ ਜੀ? ਬੀ ਸੀ ਆਈ। ਠੀਕ ਹੈ ਜੀ। ਵਿਨਰ ਕੌਣ ਸੀਗੇ ਜੀ? ਪਹਿਲੇ ਵਿਨਰ ਕੌਣ ਸੀ? ਬੋਂਬੇ। ਅਗਲੇ ਕੁਸ਼ਚਨ, ਸਾਊਦੀ ਅਰਬ ਗ੍ਰੈਂਡ ਪ੍ਰਿਕਸ 2024 ਕਿਸ ਨੇ ਜਿੱਤੀ? ਹੂ ਵੌਨ ਦੀ ਸਾਊਦੀ ਅਰੇਬੀਅਨ ਗ੍ਰੈਂਡ ਪ੍ਰਿਕਸ 2024 ਕਿਸ ਨੇ ਜਿੱਤੀ ਜੀ? ਆਪਸ਼ਨ ਸੀ ਕਰੈਕਟ ਆਂਸਰ, ਮੈਕਸ ਵਰਸਟੈਪਨ ਨੇ ਜਿੱਤੀ ਜੀ। ਮੈਕਸ ਵਰਸਟੈਪਨ ਨੇ। ਕਿਸ ਟੀਮ ਨੇ ਵੂਮੈਨ ਪ੍ਰੀਮੀਅਰ ਲੀਗ 2024 ਦਾ ਖਿਤਾਬ ਜਿੱਤਿਆ? ਕਿਸ ਨੇ ਜਿੱਤਿਆ ਜੀ ਇਹ ਜਿੱਤਿਆ? ਆਪਸ਼ਨ ਡੀ ਕਰੈਕਟ ਆਂਸਰ, ਰੋਇਲ ਚੈਲੇਂਜਰ ਬੰਗਲੌਰ ਨੇ ਜਿੱਤਿਆ ਜੀ ਵੂਮੈਨ ਪ੍ਰੀਮੀਅਰ ਲੀਗ ਦਾ ਟਾਈਟਲ। ਰੋਇਲ ਚੈਲੇਂਜਰ ਬੰਗਲੌਰ ਵੂਮੈਨ ਕਿੰਨੀਆਂ ਵਿਕਟਾਂ ਨਾਲ ਜਿੱਤਿਆ ਜੀ? 8 ਵਿਕਟਾਂ ਨਾਲ। ਇਹਨੇ ਹਰਾਇਆ ਕਿਹਨੂੰ ਜੀ? ਦਿੱਲੀ ਕੈਪੀਟਲਸ ਨੂੰ। ਠੀਕ ਹੈ ਜੀ। ਕਿੰਨੇ ਪੈਸੇ ਮਿਲੇ ਇਹਨਾਂ ਨੂੰ? 6 ਕਰੋੜ ਰੁਪਇਆ ਮਿਲਿਆ। ਆਰ ਸੀ ਬੀ ਦੀ ਕੈਪਟਨ ਕੌਣ ਸੀ? ਸਮ੍ਰਿਤੀ ਮੰਡਾਨਾ। ਦਿੱਲੀ ਕੈਪੀਟਲ ਦੀ ਦਿੱਲੀ ਕੈਪੀਟਲ ਦੀ ਕੈਪਟਨ ਕੌਣ ਸੀਗੀ? ਮੈਗ ਲੈਨਿੰਗ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਇਸ ਕੁਸ਼ਚਨ ਤੋਂ ਮੈਨੂੰ ਯਾਦ ਆਇਆ ਕਿ ਆਪਾਂ ਵੂਮੈਨ ਪ੍ਰੀਮੀਅਰ ਲੀਗ 'ਤੇ ਇੱਕ ਸਪੈਸ਼ਲ ਸੈਸ਼ਨ ਲਗਾਇਆ ਹੋਇਆ, ਜੇਕਰ ਤੁਸੀਂ ਹਲੇ ਤੱਕ ਨਹੀਂ ਦੇਖਿਆ ਉਸਨੂੰ ਦੇਖ ਸਕਦੇ ਹੋ। ਉਹਦੇ ਵਿੱਚ ਆਪਾਂ ਵੂਮੈਨ ਪ੍ਰੀਮੀਅਰ ਲੀਗ ਬਾਰੇ ਫੁੱਲ ਡਿਟੇਲ ਦੇ ਵਿੱਚ ਕਰਾਇਆ ਹੋਇਆ ਕਿ ਇਸਦੇ ਹਰੇਕ ਟੀਮ ਦਾ ਕੈਪਟਨ ਕਰਾਇਆ ਕੌਣ ਹੈਗਾ, ਕੌਣ ਕਿੰਨੇ ਸਕੋਰ ਨਾਲ ਜਿੱਤਿਆ ਜੀ, ਔਰੇਂਜ ਕੈਪ ਕਿਸ ਨੂੰ ਮਿਲੀ, ਪਰਪਲ ਕੈਪ ਕਿਸ ਨੂੰ ਮਿਲੀ, ਬੈਸਟ ਪਲੇਅਰ ਕੌਣ ਰਿਹਾ, ਇਹ ਸਾਰੇ ਤੁਹਾਨੂੰ ਉਸ ਕਲਾਸ ਦੇ ਵਿੱਚ ਕਰਾਇਆ ਹੋਇਆ। ਅੱਗੇ ਚੱਲਦੇ ਹਾਂ ਜੀ ਅਗਲੇ ਕੁਸ਼ਚਨ ਵੱਲ। ਪੈਰਿਸ ਓਲੰਪਿਕ 2024 ਵਿੱਚ ਭਾਰਤ ਦੇ ਝੰਡਾ ਬਰਾਦਰ ਵਜੋਂ ਕਿਸ ਨੂੰ ਚੁਣਿਆ ਗਿਆ ਹੈ? ਹੂ ਹੈਜ਼ ਬੀਨ ਦੀ ਸਿਲੈਕਟਰ ਦੀ ਫਲੈਗ ਬੈਰੀਅਰ ਫੋਰ ਦੀ ਇੰਡੀਅਨ ਪੈਰਿਸ ਓਲੰਪਿਕ 2024 ਕਿਹਨੂੰ ਚੁਣਿਆ ਗਿਆ ਜੀ? ਇਹ ਚੁਣਿਆ ਗਿਆ ਜੀ ਸ਼ਰਤ ਕਮਲ ਨੂੰ। ਆਪਸ਼ਨ ਬੀ ਕਰੈਕਟ ਆਂਸਰ, ਸ਼ਰਤ ਕਮਲ ਨੂੰ ਪਹਿਲ ਝੰਡਾ ਧਾਰਕ ਵਜੋਂ ਚੁਣਿਆ ਗਿਆ ਹੈ। ਡਿਟੇਲ ਲਿਖ ਲੈਂਦੇ ਹਾਂ ਜੀ। ਜਿਹੜੀ ਸ਼ਰਤ ਕਮਲ ਨੇ ਜੀ ਉਹ ਫਲੈਗ ਬੈਰੀਅਰ ਨੇ ਓਲੰਪਿਕ 2024 ਦੇ, ਉਹ ਖੇਡ ਰਤਨ ਅਵਾਰਡੀ ਨੇ 2 ਟਾਈਮ ਜੀ, ਕਾਮਨਵੈਲਥ ਗੇਮਾਂ ਜਿੱਤ ਚੁੱਕਿਆ 2 ਵਾਰ। ਇਹ ਅਨਾਊਂਸਮੈਂਟ ਕਿਹਨੇ ਕੀਤੀ ਜੀ? ਇਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਅਨਾਊਂਸਮੈਂਟ ਕੀਤੀ ਕਿ ਜਿਹੜੇ ਸ਼ਰਤ ਕਮਲ ਨੇ ਉਹਨਾਂ ਨੂੰ 2024 ਦੀਆਂ ਖੇਡ ਪੈਰਿਸ ਓਲੰਪਿਕ ਖੇਡਾਂ ਦਾ ਝੰਡਾ ਧਾਰਕ ਬਣਾਇਆ ਗਿਆ। ਠੀਕ ਹੈ ਜੀ। ਜੇ ਪੁੱਛਣ 19ਵੇਂ ਫਲੈਗ ਬੈਰੀਅਰ ਨੇ ਇਹ, 19ਵੇਂ ਝੰਡਾ ਧਾਰਕ ਨੇ, ਜਿਹੜੀਆਂ 2020 ਦੀਆਂ ਓਲੰਪਿਕ
ਟੋਕੀਓ ਓਲੰਪਿਕ ਹੋਈਆਂ ਸੀ ਉਹਦੇ ਵਿੱਚ ਮਨਪ੍ਰੀਤ ਸਿੰਘ ਅਤੇ ਮੈਰੀ ਕੌਮ ਨੂੰ ਝੰਡਾ ਧਾਰਕ ਬਣਾਇਆ ਗਿਆ ਸੀ। ਠੀਕ ਹੈ ਜੀ, ਅਗਲੇ ਕੁਸ਼ਚਨ ਵਿੱਚ ਚੱਲਦੇ ਹਾਂ। ਮਾਰਚ 2024 ਵਿੱਚ F1 ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਕਿਸਨੇ ਜਿੱਤੀ? ਹੂ ਵੌਨ ਦੀ F1 ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਇਨ ਮਾਰਚ 2024? ਕਿਸਨੇ ਜਿੱਤੀ? ਆਪਸ਼ਨ ਏ ਕਰੈਕਟ ਆਂਸਰ, ਕਾਰਲੋਸ ਸੇਨ ਨੇ ਜਿੱਤੀ। ਠੀਕ ਹੈ ਜੀ, ਕਾਰਲੋਸ ਸੇਨ ਵਿਨ ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ। ਠੀਕ ਹੈ ਜੀ, ਇਹ ਥਰਡ ਕੈਰੀਅਰ ਵਿਨ ਫਸਟ ਸਿੰਸ ਇਨ 2022, ਮਤਲਬ ਕਿ ਇਹਨਾਂ ਨੇ ਪਹਿਲਾਂ ਤੀਸਰੀ ਵਾਰ ਇਹ ਜਿੱਤ ਚੁੱਕੇ ਨੇ। ਠੀਕ ਹੈ ਜੀ, ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਇਹ ਤੋਂ ਪਹਿਲਾਂ ਇਹਨਾਂ 2022 ਦੇ ਵਿੱਚ ਜਿੱਤੀ ਸੀ ਪਹਿਲੀ ਵਾਰ। ਠੀਕ ਹੈ ਜੀ, ਇਹ ਕਿੰਨਿਆਂ ਦੀ ਗੱਡੀ ਚਲਾਉਂਦੇ ਆ ਜੀ? ਇਹ ਫਰਾਰੀ ਦੀ ਗੱਡੀ ਚਲਾਉਂਦੇ ਨੇ। ਕਿੱਥੋਂ ਬਿਲੋਂਗ ਕਰਦੇ ਨੇ ਕਾਰਲੋਸ ਸੇਨ? ਸਪੇਨ ਤੋਂ ਬਿਲੋਂਗ ਕਰਦੇ ਨੇ। ਜਿਹੜੇ ਮੈਕਸ ਵਰਸਟੈਪਨ ਨੇ ਉਹਨਾਂ ਨੇ F1 ਦੋ ਵਾਰੀ ਜਿੱਤ ਚੁੱਕੇ ਨੇ, ਬਾਹਰੇਨ ਅਤੇ ਸਾਊਦੀ ਅਰੇਬੀਆ ਦੇ ਵਿੱਚ। ਠੀਕ ਹੈ ਜੀ, ਦੋ ਰੇਸਾਂ ਜਿੱਤ ਚੁੱਕੇ ਨੇ ਮੈਕਸ ਵਰਸਟੈਪਨ। F1 ਨੂੰ ਕੀ ਕਹਿ ਦਿੰਦੇ ਜੀ? ਫਾਰਮੂਲਾ 1 ਰੇਸ ਕਹਿ ਦਿੰਦੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹਾਲ ਹੀ ਵਿੱਚ ਹੋਏ ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ 69 ਕਿਲੋਗ੍ਰਾਮ ਯੁਵਾ ਵਰਗ ਵਿੱਚ ਸੋਨ ਤਗਮਾ ਕਿਸਨੇ ਜਿੱਤਿਆ? ਹੂ ਵੌਨ ਦੀ ਗੋਲਡ ਮੈਡਲ ਇਨ ਦੀ 59 kg ਯੂਥ ਕੈਟਾਗਰੀ ਇਨ ਦੀ ਰੀਸੈਂਟ ਪੈਰਾ ਪਾਵਰ ਲਿਫਟਿੰਗ ਵਰਲਡ ਕੱਪ? ਕਿਹਨੇ ਜਿੱਤਿਆ ਜੀ ਇਹ? ਜਿੱਤਿਆ ਆਪਸ਼ਨ ਡੀ ਕਰੈਕਟ ਆਂਸਰ, ਵਿਨੇ ਨੇ। ਕਿਹਨੇ ਜਿੱਤਿਆ ਜੀ? ਵਿਨੇ ਨੇ ਜਿੱਤਿਆ। ਵਿਨੇ ਨੇ ਕਿੱਥੇ ਜਿੱਤਿਆ ਜੀ? ਗੋਰਖਪੁਰ ਉੱਤਰ ਪ੍ਰਦੇਸ਼ ਦੇ ਵਿੱਚ ਜਿੱਤਿਆ ਜੀ। ਉਹਨਾਂ ਨੂੰ ਪੈਰਾ ਪਾਵਰ ਲਿਫਟਿੰਗ ਵਰਲਡ ਕੱਪ ਜਿਹੜਾ ਇਜਿਪਟ ਦੇ ਵਿੱਚ ਹੋਇਆ ਸੀ ਉੱਥੋਂ ਜਿੱਤਿਆ ਜੀ। ਜਿਹੜੇ ਵਿਨੇ ਸੀਗੇ ਉਹ ਰਹਿਣ ਵਾਲੇ ਕਿੱਥੋਂ ਦੇ? ਗੋਰਖਪੁਰ ਉੱਤਰ ਪ੍ਰਦੇਸ਼ ਦੇ ਵਿੱਚ। ਉਹਨਾਂ ਨੇ 69 ਕਿਲੋ ਦੀ ਕੈਟਾਗਰੀ ਦੇ ਵਿੱਚ ਇਹ ਵੇਟ ਜਿੱਤਿਆ ਜੀ। ਠੀਕ ਹੈ ਜੀ, ਇਹ ਚੈਂਪੀਅਨਸ਼ਿਪ ਜਿੱਤੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਜ਼ਿਆਦਾ ਡਿਟੇਲ ਕਰਨ ਦੀ ਲੋੜ ਨਹੀਂ। IPL ਇਤਿਹਾਸ ਵਿੱਚ ਕਿਹੜੀ ਟੀਮ ਨੇ ਸਭ ਤੋਂ ਵੱਡਾ ਸਕੋਰ ਬਣਾਇਆ ਹੈ? ਵਿੱਚ ਟੀਮ ਮੇਡ ਦੀ ਬਿਗੈਸਟ ਟੀਮ ਸਕੋਰ ਇਨ IPL ਹਿਸਟਰੀ? ਕਿਹਨੇ ਬਣਾਇਆ ਜੀ ਇਹ? ਆਪਸ਼ਨ ਬੀ ਕਰੈਕਟ ਆਂਸਰ, ਸਨਰਾਈਜ਼ ਹੈਦਰਾਬਾਦ ਨੇ। ਠੀਕ ਹੈ ਜੀ, ਸਨਰਾਈਜ਼ ਹੈਦਰਾਬਾਦ ਸਕੋਰ 277, ਉਹਨਾਂ ਨੇ ਕਿੰਨੇ ਸਕੋਰ ਬਣਾਏ ਜੀ? 277, 3 ਵਿਕਟਾਂ ਦੇ ਨੁਕਸਾਨ 'ਤੇ। ਕਿੰਨੇ ਓਵਰਾਂ ਦੇ ਵਿੱਚ ਬਣਾਏ? 20 ਓਵਰਾਂ ਦੇ ਵਿੱਚ ਬਣਾਏ। ਜਦਕਿ ਜਿਹੜੇ ਰੋਇਲ ਚੈਲੇਂਜਰ ਬੰਗਲੌਰ ਸੀ ਉਹਨੇ 263 ਬਣਾਏ, 2013 ਦੇ ਵਿੱਚ ਜਿਹੜਾ ਹਾਈਐਸਟ ਸਕੋਰ ਬਣਾਇਆ ਸੀਗਾ। ਬਟ ਹੁਣ ਦਾ ਹਾਈਐਸਟ ਸਕੋਰ ਕਿਹੜਾ ਜੀ? 277 ਹਾਈਐਸਟ ਸਕੋਰ ਆ ਸਨਰਾਈਜ਼ ਹੈਦਰਾਬਾਦ ਦਾ। ਹਾਈਐਸਟ ਸਕੋਰ ਇਹਨੇ IPL ਕਿੰਨੇ ਬਣਾਏ ਆ ਜੀ? ਪਹਿਲਾਂ ਲਖਨਊ ਸੁਪਰ ਗੈਂਟਸ ਨੇ ਬਣਾਏ ਸੀ 257, ਕਦੋਂ ਬਣਾਏ ਸੀ? 2023 ਦੇ ਵਿੱਚ। ਕਿੰਨੇ ਅਗੇਂਸਟ ਬਣਾਏ ਸੀ? ਪੰਜਾਬ ਕਿੰਗਸ 11 ਦੇ। ਰੋਇਲ ਚੈਲੇਂਜਰ ਬੰਗਲੌਰ ਨੇ ਬਣਾਏ 248, ਕਿੰਨੇ ਅਗੇਂਸਟ? ਗੁਜਰਾਤ ਲਾਇਨਸ ਦੇ ਵਿੱਚ 2016 ਦੇ ਵਿੱਚ। ਫਿਰ ਚੇਨਈ ਸੁਪਰ ਕਿੰਗ ਨੇ 246 ਬਣਾਏ ਸੀਗੇ ਰਾਜਸਥਾਨ ਰੋਇਲ ਦੇ ਵਿੱਚ ਦੇ ਅਗੇਂਸਟ 2010 ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਕਿਹੜਾ IIT ਵਿੱਚ ਸ਼ਾਸਟਰ ਰੈਪਿਡ ਫਾਇਰਡ ਰੇਟਡ ਸ਼ਤਰੰਜ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ? ਵਿੱਚ IIT ਵਿਲ ਹੋਸਟ ਦੀ 6th ਸ਼ਾਸਟਰਾ ਰੈਪਿਡ ਫਾਇਰਡ ਰੇਟਡ ਚੈਸ ਟੂਰਨਾਮੈਂਟ ਕੌਣ ਕਰੇਗਾ ਜੀ? ਇਹ ਕਰੇਗਾ ਜੀ ਆਪਸ਼ਨ ਡੀ ਕਰੈਕਟ ਆਂਸਰ, IIT ਮਦਰਾਸ ਕਰੇਗਾ। ਠੀਕ ਹੈ ਜੀ, ਡਿਟੇਲ ਦੇਖਦੇ ਹਾਂ। 6 ਗ੍ਰੈਂਡ ਮਾਸਟਰ, 16 ਇੰਟਰਨੈਸ਼ਨਲ ਗ੍ਰੈਂਡ ਮਾਸਟਰ, 3 ਵੂਮੈਨ ਗ੍ਰੈਂਡ ਮਾਸਟਰ ਐਂਡ ਵੂਮੈਨ ਇੰਟਰਨੈਸ਼ਨਲ ਮਾਸਟਰ ਪਾਰਟੀਸਪੇਟਿੰਗ ਓਵਰ 35 ਪਲੇਅਰਸ ਫਰੋਮ IIT ਮਦਰਾਸ। ਮਤਲਬ ਕਿ 6 ਗ੍ਰੈਂਡ ਮਾਸਟਰ ਹੋਣਗੇ, 16 ਇੰਟਰਨੈਸ਼ਨਲ, 3 ਵੂਮੈਨ ਗ੍ਰੈਂਡ ਮਾਸਟਰ ਅਤੇ ਵੂਮੈਨ ਇੰਟਰਨੈਸ਼ਨਲ ਮਾਸਟਰ ਪਾਰਟੀਸਪੇਟ ਕਰਨਗੇ ਇਹਦੇ ਵਿੱਚ। ਠੀਕ ਹੈ ਜੀ, 35 ਪਲੇਅਰ ਹੋਣਗੇ IIT ਮਦਰਾਸ ਤੋਂ। ਠੀਕ ਹੈ ਜੀ, ਇਹ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਤਹਿਤ ਆਉਣਗੇ ਜੀ। ਇਹਦੇ ਵਿੱਚ ਟੋਟਲ ਪ੍ਰਾਈਜ਼ ਦਿੱਤਾ ਜਾਏਗਾ 5 ਲੱਖ ਤੋਂ
ਟੋਟਲ ਪ੍ਰਾਈਜ਼ ਹੋਏਗਾ ਜੀ 5 ਲੱਖ। ਫਸਟ ਪ੍ਰਾਈਜ਼ ਕਿੰਨਾ ਹੋਏਗਾ? 65,000 ਰੁਪਈਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਬੰਗਲਾਦੇਸ਼ ਦੇ ਪਹਿਲੇ ਅੰਪਾਇਰ ਕੌਣ ਹਨ ਜੋ ਅੰਪਾਇਰਾਂ ਦੇ ICC ਐਲੀਟ ਪੈਨਲ ਵਿੱਚੋਂ ਸ਼ਾਮਿਲ ਕੀਤੇ ਗਏ ਹਨ? ਹੂ ਇਜ਼ ਦੀ ਫਸਟ ਅੰਪਾਇਰ ਫਰੋਮ ਦੀ ਬੰਗਲਾਦੇਸ਼ ਟੂ ਬੀ ਇਨਕਲੂਡਡ ਇਨ ਦੀ ICC ਅਲਾਈਟ ਪੈਨਲ ਆਫ ਅੰਪਾਇਰਸ? ਕੌਣ ਨੇ ਜੀ? ਉਹਨੇ ਆਪਸ਼ਨ ਬੀ ਕਰੈਕਟ ਆਂਸਰ, ਸ਼ਰਫੁਦੁੱਲਾ ਇਬਨੇ ਸ਼ਾਹਿਦ। ਕੌਣ ਨੇ ਜੀ? ਸ਼ਰਫੁਦੁੱਲਾ ਇਬਨੇ ਸ਼ਾਹਿਦ। ਅਗਲੇ ਕੁਸ਼ਚਨ ਵੱਲ। BWF ਫਰੈਂਚ ਓਪਨ ਪੁਰਸ਼ ਡਬਲਜ਼ ਦਾ ਖਿਤਾਬ ਕਿਸਨੇ ਜਿੱਤਿਆ? ਹੂ ਵੌਨ ਦੀ BWF ਫਰੈਂਚ ਓਪਨ ਮੈਨ ਡਬਲ ਟਾਈਟਲ? ਕਿਸਨੇ ਜਿੱਤਿਆ ਜੀ? ਆਪਸ਼ਨ ਡੀ ਕਰੈਕਟ ਆਂਸਰ, ਸਾਤਵਿਕ ਸਵਰਾਜ, ਰੰਕੀ ਰੈਡੀ ਐਂਡ ਚਿਰਾਗ ਸ਼ੈੱਟੀ। ਇਨ ਡਿਟੇਲ ਦੇਖਦੇ ਹਾਂ ਜੀ। ਸਾਤਵਿਕ ਸਵਰਾਜ, ਰੰਕੀ ਰੈਡੀ ਐਂਡ ਚਿਰਾਗ ਸ਼ੈੱਟੀ ਵੌਨ ਦੀ ਬੈਡਮਿੰਟਨ ਵਰਲਡ ਫੈਡਰੇਸ਼ਨ ਫਰੈਂਚ ਓਪਨ ਮੈਨ ਡਬਲਸ ਟਾਈਟਲ ਦੇ ਡਿਫੀਟਰ ਲੀ ਜੀ ਹੁਈ, ਯੋਂਗ ਹੋ ਐਂਡ ਹੁਸਨ ਚਾਈਨੀਜ਼ ਤਾਈਪੀ ਤੋਂ ਸੀਗੇ ਜਿਨ੍ਹਾਂ ਨੂੰ ਹਰਾਇਆ ਜੀ। ਇਹਨਾਂ ਨੇ ਕਿੰਨੇ ਸਕੋਰਾਂ ਨਾਲ ਹਰਾਇਆ? 21-11 ਅਤੇ 21-17 ਨਾਲ। ਠੀਕ ਹੈ ਜੀ, ਜੇਤੂ ਕੌਣ ਰਿਹਾ ਜੀ? ਇੰਡੀਆ ਦਾ ਸਾਤਵਿਕ ਸਵਰਾਜ, ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ। ਠੀਕ ਹੈ ਜੀ। ਦੇਅਰ ਇਜ਼ ਦੀ ਫਸਟ ਸੈਕਿੰਡ ਫਰੈਂਚ ਓਪਨ ਟਾਈਟਲ ਹੈਵਿੰਗ ਪ੍ਰੀਵੀਅਸਲੀ ਵੌਨ 2022। ਇਹਨਾਂ ਨੇ ਪਹਿਲਾਂ 2022 ਦੇ ਵਿੱਚ ਇਹ ਟਾਈਟਲ ਜਿੱਤਿਆ ਸੀਗਾ, ਜਿਹੜੇ ਸਾਤਵਿਕ ਸਵਰਾਜ ਰੈਡੀ ਅਤੇ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਨੇ। ਇਹ ਵਰਲਡ ਦੇ ਨੰਬਰ 1 ਮੈਨ ਡਬਲ ਪੇਅਰ ਨੇ। ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਪਹਿਲੀ ਜੈੱਟ ਸੂਟ ਰੇਸ ਕਿੱਥੇ ਆਯੋਜਿਤ ਕੀਤੀ ਗਈ ਸੀ? ਕਿੱਥੇ ਕੀਤੀ ਗਈ ਸੀ? ਆਪਸ਼ਨ ਸੀ ਕਰੈਕਟ ਆਂਸਰ, ਆਬੂ ਧਾਬੀ। ਕਿੱਥੇ ਕੀਤੀ ਗਈ ਸੀ ਜੀ? ਆਬੂ ਧਾਬੀ ਦੇ ਵਿੱਚ। ਅਗਲਾ ਕੁਸ਼ਚਨ, ਕਿਹੜੇ ਦੇਸ਼ ਸਾਂਝੇ ਤੌਰ 'ਤੇ ICC T20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰ ਜਾ ਰਿਹਾ ਹੈ? ਵਿਚ ਕੰਟਰੀਜ ਆਰ ਜੁਆਇੰਟਲੀ ਹੋਸਟਿੰਗ ਦੀ ICC T20 ਵਰਲਡ ਕੱਪ? ਕੌਣ ਕਰਨ ਜਾ ਰਿਹਾ ਜੀ ਇਹ? ਆਪਸ਼ਨ ਸੀ ਕਰੈਕਟ ਆਂਸਰ, ਵੈਸਟ ਇੰਡੀਜ਼ ਅਤੇ ਯੂਨਾਈਟਡ ਸਟੇਟਸ। ਕੌਣ ਕਰਨ ਜਾ ਰਿਹਾ ਜੀ? ਵੈਸਟ ਇੰਡੀਜ਼ ਅਤੇ ਯੂਨਾਈਟਡ ਸਟੇਟਸ। ICC T20 ਵਰਲਡ ਕੱਪ 2024 ਵਿਲ ਬੀ ਜੁਆਇੰਟਲੀ ਹੋਸਟਡ ਬਾਈ ਦੀ ਵੈਸਟ ਇੰਡੀਜ਼ ਐਂਡ ਦੀ ਯੂਨਾਈਟਡ ਸਟੇਟ। ICC T20 ਵਰਲਡ ਕੱਪ ਆ ਜਿਹੜਾ ਜੀ ਇਹ ਦੋ ਕੰਟਰੀਆਂ ਰਲ ਕੇ ਕਰਨੀਆਂ, ਵੈਸਟ ਇੰਡੀਜ਼ ਅਤੇ ਯੂਨਾਈਟਡ ਸਟੇਟ। ਠੀਕ ਹੈ ਜੀ। ਇਹ ਟੂਰਨਾਮੈਂਟ 1 ਜੂਨ ਤੋਂ ਸ਼ੁਰੂ ਹੋਏਗਾ ਜੀ, 29 ਜੂਨ ਤੱਕ ਚੱਲੇਗਾ। ਠੀਕ ਹੈ ਜੀ, 1 ਜੂਨ ਤੋਂ ਚੱਲ ਕੇ 29 ਜੂਨ ਤੱਕ ਚੱਲੇਗਾ। ਠੀਕ ਹੈ ਜੀ। ਇਹਦੇ ਵਿੱਚ ਕਿੰਨੀਆਂ ਟੀਮਾਂ ਭਾਗ ਲੈਣੀਆਂ ਜੀ? ਇਹਦੇ ਵਿੱਚ 20 ਟੀਮਾਂ ਭਾਗ ਲੈਣੀਆਂ, 20 ਟੀਮਾਂ ਭਾਗ ਲੈਣੀਆਂ। ਠੀਕ ਹੈ ਜੀ। ਟੋਟਲ ਮੈਚ ਕਿੰਨੇ ਖੇਡੇ ਜਾਣਗੇ? 55 ਮੈਚ ਖੇਡੇ ਜਾਣਗੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਸਰਤ ਕਟਲਾਸ ਐਕਸਪ੍ਰੈਸ 2024 ਵਿੱਚ ਕਿਸ ਦੇਸ਼ ਵਿੱਚ ਆਯੋਜਿਤ ਕੀਤੀ ਗਈ? ਐਕਸਰਸਾਈਜ਼ ਕਟਲਸ ਐਕਸਪ੍ਰੈਸ 2024 ਔਰਗਨਾਈਜ਼ ਇਨ ਵਿੱਚ ਕੰਟਰੀ? ਕਹਿੰਦੇ ਵਿੱਚ ਕੀਤੀ ਗਈ ਜੀ? ਆਪਸ਼ਨ ਡੀ ਕਰੈਕਟ ਆਂਸਰ, ਸੈਚਲਸ ਦੇ ਵਿੱਚ। ਕਾਹਦੇ ਵਿੱਚ ਕੀਤੀ ਗਈ ਜੀ? ਸੈਚਲਸ ਦੇ ਵਿੱਚ। ਇਹਦੇ ਡਿਟੇਲ ਦੇਖ ਲੈਂਦੇ ਹਾਂ ਜੀ। ਮਲਟੀਨੈਸ਼ਨਲ ਐਕਸਰਸਾਈਜ਼ ਕਟਲਸ ਐਕਸਪ੍ਰੈਸ 2024 ਟੁੱਕ ਪਲੇਸ ਦੀ ਪੋਰਟ ਵਿਕਟੋਰੀਆ ਸੈਚਲਸ ਫਰੋਮ ਦੀ ਫੈਬਰਰੀ 26 ਤੋਂ ਲੈ ਕੇ ਮਾਰਚ 8-2000 ਤੱਕ ਆਯੋਜਿਤ ਕੀਤੀ ਗਈ ਜੀ। ਇਸ ਦੇ ਵਿੱਚ ਇੰਡੀਅਨ ਨੇਵੀ ਸ਼ਿਪ ਗਈ ਸੀ, INS ਟੀਰ ਰੀਪ੍ਰਜੈਂਟਡ ਦੀ ਇੰਡੀਅਨ ਕੰਟੀਨੈਂਟ। ਇਹਦੇ ਵਿੱਚ ਕਿਹੜੀ ਸ਼ਿਪ ਨੇ ਉਹ ਕੀਤਾ ਸੀਗਾ ਜੀ, ਪਾਰਟੀਸਪੇਟ ਕੀਤਾ ਸੀਗਾ? INS ਟੀਰ ਨੇ। ਠੀਕ ਹੈ ਜੀ। ਇਹਦੇ ਵਿੱਚ ਟੋਟਲ ਕਿੰਨੀਆਂ ਕੰਟਰੀਆਂ ਨੇ ਭਾਗ ਲਿਆ ਸੀਗਾ ਜੀ? 16 ਕੰਟਰੀਆਂ ਨੇ ਭਾਗ ਲਿਆ ਸੀ। ਵਟ ਇਜ਼ ਦੀ ਪ੍ਰਾਇਮਰੀ ਪਰਪਸ ਆਫ UK ਡਰੈਗਨ ਫਾਇਰ ਲੇਜ਼ਰ ਡਾਇਰੈਕਟਰ ਐਨਰਜੀ ਵੈਪਨ? ਮਤਲਬ ਕੀ ਪਰਪਸ ਸੀਗਾ ਜਿਹੜੀ ਡਰੈਗਨ ਫਾਇਰ ਲੇਜ਼ਰ ਜਿਹੜੀ ਲਾਂਚ ਕੀਤੀ ਗਈ ਹੈਗੀ UK ਦਾ, ਕੀ ਪਰਪਸ ਸੀਗਾ ਉਹਨੂੰ ਲਾਂਚ ਕਰਨ ਦੇ ਵਿੱਚ? ਉਹਦਾ ਪਰਪਸ ਸੀਗਾ ਜੀ ਆਪਸ਼ਨ ਡੇ
ਆਪਸ਼ਨ ਏ ਏਅਰ ਡਿਫੈਂਸ ਦੇ ਲਈ ਪਰਪਸ ਦੇ ਵਜੋਂ ਵਰਤੀ ਗਈ ਸੀਗੀ, ਜਿਵੇਂ ਕੋਈ ਉਹ ਆ ਗਿਆ ਬਾਰਡਰ ਤੋਂ ਪਾਰ ਕੋਈ ਉਹ ਡਰੋਨ ਆ ਗਿਆ ਉਹਨੂੰ ਡਗਾਉਣ ਲਈ ਡਰੋਗਨ ਫਾਇਰ ਲੇਜ਼ਰ ਦਾ ਉਦਘਾਟਨ ਕੀਤਾ ਗਿਆ ਜੀ। ਇਹਨਾਂ ਡਿਟੇਲ ਦੇਖ ਲੈਂਦੇ ਹਾਂ। ਦੀ ਯੂਕੇ ਕੰਡਕਟਡ ਸਕਸੈਸਿਵ ਫੁੱਲ ਟੈਸਟ ਫਾਇਰਿੰਗ ਇਸ ਡਰੈਕਨ ਫਾਇਰ ਲੇਜ਼ਰ ਡਾਇਰੈਕਟਰ ਐਨਰਜੀ ਵੈਪਨ, ਠੀਕ ਹੈ ਜੀ। ਉਹਨਾਂ ਨੇ ਪਹਿਲੀ ਇਹ ਟੈਸਟ ਫਾਇਰ ਕੀਤਾ ਜੀ, ਡਰੈਗਨ ਫਾਇਰ ਦਾ ਨਾਮ ਆ, ਲੇਜ਼ਰ ਦਾ ਨਾਮ ਆ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਕਿਸੇ ਵੀ ਏਅਰਕ੍ਰਾਫਟ ਨੂੰ ਜਾਂ ਕਿਸੇ ਵੀ ਡਰੋਨ ਨੂੰ ਸੁੱਟਣ ਬਾਰੇ ਇਹ ਡਰੈਗਨ ਫਾਇਰ ਲੇਜ਼ਰ ਦਾ ਉਦਘਾਟਨ ਕੀਤਾ ਗਿਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵਟ ਇਜ਼ ਦੀ ਨੇਮ ਆਫ ਦੀ ਨਿਊਲੀ ਇਨੋਗਰੇਟਡ ਹੈੱਡਕੁਆਟਰ ਬਿਲਡਿੰਗ ਫੋਰ ਦੀ ਇੰਡੀਅਨ ਨੇਵੀ? ਇੰਡੀਅਨ ਨੇਵੀ ਦੀ ਜਿਹੜੀ ਹਾਲ ਹੀ ਦੇ ਵਿੱਚ ਉਦਘਾਟਨ ਕੀਤਾ ਗਿਆ ਉਸ ਬਿਲਡਿੰਗ ਦਾ ਨਾਮ ਦੱਸੋ। ਉਹਦਾ ਨਾਮ ਹੈਗਾ ਜੀ ਆਪਸ਼ਨ ਏ ਏਅਰ ਫੋਰਸ, ਆਪਸ਼ਨ ਬੀ ਨੌਸੈਨਾ ਭਵਨ। ਕੀ ਹੈ ਜੀ? ਨੌਸੈਨਾ ਭਵਨ, ਠੀਕ ਹੈ ਜੀ। ਇੰਡੀਅਨ ਨੇਵੀ ਦੁਆਰਾ ਇਹ ਕੀਤੀ ਗਈ ਜੀ ਉਜੇਜਿਤ, ਉਹਦਾ ਨਾਮ ਰੱਖਿਆ ਗਿਆ ਨੌਸੈਨਾ ਭਵਨ। ਇਹ 15 ਮਾਰਚ ਨੂੰ ਇਹ ਉਦਘਾਟਨ ਕੀਤਾ ਗਿਆ ਸੀਗਾ। ਇਹ ਬਿਲਡਿੰਗ ਹੈ ਕਿੱਥੇ ਹੈ ਜੀ? ਦਿੱਲੀ ਦੇ ਵਿੱਚ ਆ ਜੀ, ਦਿੱਲੀ ਕੰਟੈਂਟਮੈਂਟ ਦੇ ਵਿੱਚ ਆ। ਇਹਦਾ ਉਦਘਾਟਨ ਕਿਹਦੇ ਕੀਤਾ ਜੀ? ਮਿਨਿਸਟਰ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਭਾਰਤ ਕਿਸ ਦੇਸ਼ ਨਾਲ ਅਭਿਆਸ ਟਾਈਗਰ ਟ੍ਰਾਈਸ 24 ਦਾ ਆਯੋਜਨ ਕਰ ਰਿਹਾ ਹੈ? ਵਿੱਚ ਵਿਦ ਵਿੱਚ ਕੰਟਰੀ ਇਜ਼ ਇੰਡੀਆ ਔਰਗਨਾਈਜ਼ ਐਕਸਰਸਾਈਜ਼ ਟਾਈਗਰ ਟ੍ਰਾਈਸ 24? ਕਿਹਦੇ ਨਾਲ ਕਰ ਰਿਹਾ ਜੀ ਇਹ, ਕਿਹਦੇ ਨਾਲ ਅਭਿਆਸ ਕਰ ਰਿਹਾ? ਆਪਸ਼ਨ ਸੀ ਕਰੈਕਟ ਆਂਸਰ, USA ਨਾਲ। ਇਹਦੀ ਡਿਟੇਲ ਲਿਖ ਲੈਂਦੇ ਜੀ। ਟਾਈਗਰ ਟ੍ਰਾਈਸ 24 ਬਿਲੇਟਰਲ ਟ੍ਰਾਈ ਐਕਸਰਸਾਈਜ਼ ਆ ਜੀ, ਠੀਕ ਹੈ ਜੀ। ਇਹ ਇੰਡੀਆ ਅਤੇ USA ਦੇ ਵਿਚਕਾਰ ਹੋ ਰਹੀ ਹੈ ਜੀ। ਇਹ 18 ਮਾਰਚ ਤੋਂ ਸ਼ੁਰੂ ਹੋਈ ਹੈ ਅਤੇ 31 ਮਾਰਚ ਤੱਕ ਖਤਮ ਹੋ ਗਈ ਸੀਗੀ। ਇਸ ਨੂੰ ਹਾਰਬਰ ਫੇਸ ਸ਼ਡਿਊਲ 25 ਅਤੇ 2024 18 ਮਾਰਚ ਤੋਂ 25 ਮਾਰਚ 2024 ਤੱਕ ਹਾਰਬਰ ਫੇਸ ਦੀ ਸ਼ਡਿਊਲ ਵਜੋਂ ਵੀ ਆਯੋਜਿਤ ਕੀਤਾ ਜਾਣਾ ਹੈ। IMT ਤ੍ਰਿਲਤ 2024 ਅਭਿਆਸ ਵਿੱਚ ਕਿਹੜੇ ਦੇਸ਼ਾਂ ਨੇ ਭਾਗ ਲਿਆ ਹੈ? ਵਿੱਚ ਕੰਟਰੀ ਹੈਵ ਪਾਰਟੀਸਪੇਟਡ IMT ਟ੍ਰਾਈਲੈਟ 2024 ਐਕਸਰਸਾਈਜ਼? ਕਿੰਨੇ ਭਾਗ ਲਿਆ ਜੀ? ਇਹਨਾਂ ਸਾਰੀਆਂ ਕੰਟਰੀਆਂ ਨੇ, ਆਲ ਆਫ ਦੀਸ, ਠੀਕ ਹੈ ਜੀ। ਇੰਡੀਆ, ਤੰਜ਼ਾਨੀਆ ਅਤੇ ਮੋਜ਼ੈਂਬੋ। ਕਿੰਨੇ ਜੀ? ਮੋਜ਼ੈਂਬਿਕੋ। ਡਿਟੇਲ ਲਿਖ ਲੈਂਦੇ ਜੀ। ਇੰਡੀਆ, ਮੋਜ਼ੈਂਬਿਕੋ, ਤੰਜ਼ਾਨੀਆ ਹੈਵ ਪਾਰਟੀਸਪੇਟਡ ਇਨ ਦੀ ਸੈਕਿੰਡ ਐਡੀਸ਼ਨ ਆਫ IMT ਟ੍ਰਾਈਲੈਟ। IMT ਟ੍ਰਾਈਲੈਟ ਐਕਸਰਸਾਈਜ਼ ਆ ਜੀ। ਇਹਦਾ ਐਡੀਸ਼ਨ ਕਿੰਨਵਾਂ ਜੀ? ਸੈਕਿੰਡ ਐਡੀਸ਼ਨ ਆ ਜੀ। IMT ਦਾ ਮਤਲਬ ਕੀ ਹੈ ਜੀ? ਇੰਡੀਆ, ਮੋਜ਼ੈਂਬਿਕੋ, ਤੰਜ਼ਾਨੀਆ, ਠੀਕ ਹੈ ਜੀ। ਐਕਸਰਸਾਈਜ਼ ਦਾ ਨੇਮ ਹੋ ਗਿਆ। ਇਹ 21 ਤੋਂ 29 ਮਾਰਚ ਤੱਕ ਹੋਇਆ ਜੀ। ਇਹ ਕਿੱਥੇ ਹੈਲਡ ਕੀਤਾ ਗਿਆ ਸੀਗਾ? ਇਹ ਕੀਤਾ ਸੀਗਾ ਗਿਆ ਸੀਗਾ ਜ਼ਾਂਜ਼ਾਬੀਰ, ਤੰਜ਼ਾਨੀਆ ਦੇ ਕੋਲ ਕੀਤਾ ਗਿਆ ਸੀਗਾ। ਅਤੇ ਨਾਲ ਹੀ ਨਾਲ ਇਹ ਮਾਪਟੋ ਮੰਜ਼ਾਬੀਕਿਓ ਦੇ ਕੋਲ ਇਹ ਆਯੋਜਿਤ ਕੀਤਾ ਗਿਆ। ਦੋ ਜਗ੍ਹਾ 'ਤੇ ਆਯੋਜਿਤ ਕੀਤਾ ਗਿਆ ਸੀਗਾ, ਜ਼ਾਂਜ਼ਾਬਾਰ ਤੰਜ਼ਾਨੀਆ, ਮਾਪੋਟੋ ਮੋਜ਼ੈਂਬੀਕੋ ਦੇ ਕੋਲ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਿਸ ਸੰਸਥਾ ਨੇ ਮਿਸ਼ਨ ਦਿਵਿਆ ਸ਼ਾਸਤਰ ਦੀ ਸ਼ੁਰੂਆਤ ਕੀਤੀ? ਵਿੱਚ ਔਰਗਨਾਈਜੇਸ਼ਨ ਲਾਂਚ ਮਿਸ਼ਨ ਦਿਵਿਆ ਸ਼ਾਸਤਰ? ਕਿਸ ਨੇ ਲਾਂਚ ਕੀਤਾ ਜੀ ਦਿਵਿਆ ਸ਼ਾਸਤਰ? ਇਹ ਕੀਤਾ ਆਪਸ਼ਨ ਬੀ ਕਰੈਕਟ ਆਂਸਰ, DRDO ਨੇ। DRDO ਨੇ ਮਿਸ਼ਨ ਦਿਵਿਆ ਸ਼ਾਸਤਰ ਦੀ ਸ਼ੁਰੂਆਤ ਕੀਤੀ। ਇਹਦੀ ਡਿਟੇਲ ਲਿਖ ਲੈਂਦੇ ਹਾਂ ਜੀ। DRDO ਨੇ ਮਿਸ਼ਨ ਦਿਵਿਆ ਸ਼ਾਸਤਰ ਦੀ ਸ਼ੁਰੂਆਤ ਕੀਤੀ। ਇਹਨਾਂ ਨੇ ਫਸਟ ਫਲਾਈਟ ਟੈਸਟ ਕੀਤਾ ਜੀ Agni-5 ਮਿਸਾਈਲ ਦੇ ਨਾਲ। Agni-5 ਮਿਸਾਈਲ ਜਿਹੜੀ ਹੈਗੀ ਉਹ ਮਲਟੀਪਲ ਇੰਡੀਕੈਂਟਲੀ ਟਾਰਗੇਟੇਬਲ ਜਿਹੜੀ ਉਹ ਹੈਗੀ MIRAV ਦੀ ਫੁੱਲ ਫੋਰਮ ਕੀ ਹੈ ਜੀ? ਜੇ ਪਹਿਲਾਂ ਪੁੱਛ ਲੈਣ
MIRF ਦੀ ਫੁੱਲ ਫਾਰਮ ਹੈਗੀ ਆ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀਐਂਟਰੀ ਵਹੀਕਲ ਟੈਕਨੋਲੋਜੀ, ਠੀਕ ਹੈ ਜੀ। ਇਹਦੇ ਵਿੱਚ DRDO ਨੇ ਦਿਵਯ ਸ਼ਸਤਰ ਦਾ ਪਹਿਲਾ ਟੈਸਟ ਫਾਇਰ ਕੀਤਾ ਜੀ ਅਗਨੀ ਫਾਇਰ 5 ਮਿਸਾਈਲ ਦੇ ਨਾਲ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। DRDO ਦੇ ਚੇਅਰਮੈਨ ਕੌਣ ਹੋ ਜਾਂਦੇ ਨੇ? ਸਮੀਰ ਵੀ ਕੰਮਤ। ਕੌਣ ਹੋ ਜਾਂਦੇ ਨੇ? ਸਮੀਰ ਵੀ ਕੰਮਤ। ਭਾਰਤੀ ਜਲ ਸੈਨਾ ਦੁਆਰਾ INS ਜਟਾਯੂ ਕਿੱਥੇ ਨਿਯੁਕਤ ਕੀਤਾ ਗਿਆ? ਕਿੱਥੇ ਨਿਯੁਕਤ ਕੀਤਾ ਗਿਆ ਜੀ INS ਜਟਾਯੂ? ਇਹ ਕੀਤਾ ਗਿਆ ਆਪਸ਼ਨ ਏ ਲਕਸ਼ਦੀਪ ਦੇ ਵਿੱਚ। ਇੰਡੀਅਨ ਨੇਵੀ ਕਮਿਸ਼ਨ INS ਜਟਾਯੂ ਇਨ ਮਿਨੀਕੋਏ ਆਈਸਲੈਂਡ ਲਕਸ਼ਦੀਪ। ਮਿਨੀਕੋਏ ਆਈਸਦੀਪ ਲਕਸ਼ਦੀਪ। ਪਹਿਲਾਂ ਮੈਨੂੰ ਇੱਕ ਕੁਸ਼ਚਨ ਦੱਸੋ, ਜਿਹੜਾ ਮਿਨੀਕੋਏ ਅਤੇ ਲਕਸ਼ਦੀਪ ਦੇ ਕਿੰਨੇ ਡਿਗਰੀ ਚੈਨਲ ਇੱਕ ਦੂਜੇ ਨੂੰ ਵੱਖ ਕਰਦਾ ਜੀ? ਕਿੰਨੇ ਡਿਗਰੀ ਚੈਨਲ ਵੱਖ ਕਰਦਾ? ਕੀ ਆਂਸਰ ਦਊਂਗੇ ਤੁਸੀਂ ਦੱਸੋ, ਕੀ ਆਂਸਰ ਦਊਂਗੇ? ਜਲਦੀ ਜਲਦੀ ਬੋਲੋ, ਕੀ ਆਂਸਰ ਦਊਂਗੇ? ਦੱਸੋ ਜੀ ਕੀ ਆਂਸਰ ਦਊਂਗੇ ਇਹਦਾ? ਕਿੰਨੇ ਡਿਗਰੀ ਚੈਨਲ ਕਰਦਾ ਜੀ ਮਿਨੀਕੋਏ ਆਈਸਲੈਂਡ ਅਤੇ ਲਕਸ਼ਦੀਪ ਨੂੰ? ਕਿੰਨੇ ਡਿਗਰੀ ਕਰਦਾ ਜੀ? ਇਹ ਕਰਦਾ 9 ਡਿਗਰੀ, ਠੀਕ ਹੈ ਜੀ। ਜੇ ਪੁੱਛ ਲਏ ਕਿ 10 ਡਿਗਰੀ ਕਿਹਨੂੰ ਕਰਦਾ ਜੀ? ਅੰਡੇਮਾਨ ਐਂਡ ਨਿਕੋਬਾਰ ਨੂੰ 10 ਡਿਗਰੀ। ਜੇ 8 ਡਿਗਰੀ ਪੁੱਛ ਲਏ ਉਹ ਕਿਹਨੂੰ ਕਰਦਾ ਜੀ? ਇੰਡੀਆ ਅਤੇ ਮਾਲਦੀਵਸ ਨੂੰ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਭਾਰਤੀ ਤੱਟ ਰੱਖਿਅਕ ਦੇ ਨਾਲ ਸਮੁੰਦਰੀ ਰੱਖਿਅਕ 2024 ਅਭਿਆਸ ਦਾ ਕੌਣ ਭਾਗ ਲਵੇਗਾ? ਹੂ ਵਿਲ ਪਾਰਟੀਸਪੇਟ ਇਨ ਸੀ ਡਿਫੈਂਡਰਸ 2024 ਐਕਸਰਸਾਈਜ਼ ਅਲੋਂਗ ਸਾਈਡ ਦੀ ਇੰਡੀਅਨ ਕੋਸਟ ਗਾਰਡ? ਕਿੰਨੇ ਕੌਣ ਭਾਗ ਲਵੇਗਾ ਜੀ? ਆਪਸ਼ਨ ਬੀ ਕਰੈਕਟ ਆਂਸਰ, ਯੂਨਾਈਟਿਡ ਸਟੇਟ ਕੋਸਟ ਗਾਰਡ ਇਹਦੇ ਵਿੱਚ ਭਾਗ ਲੈਣਗੇ ਭਾਰਤੀ ਤੱਟ ਰੱਖਿਅਕ ਨਾਲ ਸਮੁੰਦਰ ਰੱਖਿਅਕ 2024 ਅਭਿਆਸ ਦੇ ਵਿੱਚ। ਡਿਟੇਲ ਦੇਖ ਲੈਂਦੇ ਹਾਂ ਜੀ। ਸੀ ਡਿਫੈਂਡਰ 2024 ਬਿਲ ਰੇਟ ਐਕਸਰਸਾਈਜ਼ ਆ, ਇਹ ਇੰਡੀਅਨ ਕੋਸਟ ਗਾਰਡ ਅਤੇ ਯੂਨਾਈਟਿਡ ਕੋਸਟ ਗਾਰਡ ਦੇ ਵਿਚਕਾਰ ਹੋਵੇਗੀ, ਠੀਕ ਹੈ ਜੀ। ਇਹਦਾ ਏਮ ਹੈਗਾ ਜੀ ਆਪਣੀ ਜਿਹੜੀ ਸ਼ਕਤੀ ਆ ਉਹਦਾ ਮਤਲਬ ਕਿ ਉਹ ਕਰਨਾ, ਦਿਖਾਵਾ ਕਰਨਾ, ਠੀਕ ਹੈ ਜੀ। ਇਹ ਇੱਕ ਪਹਿਲੀ ਮੈਰੀਟਾਈਮ ਐਕਸਰਸਾਈਜ਼ ਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵਿੱਚ ਸਿਟੀ ਵਿਲ ਹੋਸਟ ਦੀ ਮੈਗਾ ਭਾਰਤ ਸ਼ਕਤੀ ਐਕਸਰਸਾਈਜ਼ ਕੰਡਕਟਡ ਬਾਏ ਦੀ ਇੰਡੀਅਨ ਆਰਮੀ ਫੋਰਸ? ਇੰਡੀਅਨ ਆਰਮ ਫੋਰਸ ਜਿਹੜੀ ਭਾਰਤ ਸ਼ਕਤੀ ਐਕਸਰਸਾਈਜ਼ ਆ ਉਹ ਇੰਡੀਅਨ ਆਰਮ ਫੋਰਸ ਦੁਆਰਾ ਆਯੋਜਿਤ ਕੀਤੀ ਗਈ, ਕਿੱਥੇ ਆਯੋਜਿਤ ਕੀਤੀ ਗਈ? ਆਪਸ਼ਨ ਬੀ ਕਰੈਕਟ ਆਂਸਰ, ਜੈਸਲਮੇਰ ਰਾਜਸਥਾਨ ਦੇ ਵਿੱਚ ਕੀਤੀ ਗਈ ਜੀ। ਸਭ ਤੋਂ ਵੱਡੀ ਐਕਸਰਸਾਈਜ਼ ਸੀਗੀ ਜੀ। ਇੰਡੀਅਨ ਆਰਮੀ ਨੇਵੀ ਅਤੇ ਏਅਰਫੋਰਸ ਨੇ ਇਹ ਤਿੰਨਾਂ ਨੇ ਮਿਲ ਕੇ ਜੈਸਲਮੇਰ ਦੇ ਵਿੱਚ ਜਿਹੜੀ ਇਹ ਐਕਸਰਸਾਈਜ਼ ਕਰੀ ਸੀਗੀ। ਇਹ ਏਸ਼ੀਆ ਦੀ ਲਾਰਜੈਸਟ ਸਭ ਤੋਂ ਵੱਡੀ ਐਕਸਰਸਾਈਜ਼ ਆ ਗਈ, ਠੀਕ ਹੈ ਜੀ। ਇਹਦਾ ਨਾਮ ਹੈਗਾ ਭਾਰਤ ਸ਼ਕਤੀ, ਠੀਕ ਹੈ ਜੀ। ਇਹ ਮੇਜਰ ਟ੍ਰਾਈ ਸਰਵਿਸ ਐਕਸਰਸਾਈਜ਼ ਨਾਂ ਵਜੋਂ ਵੀ ਜਾਣੀ ਜਾਂਦੀ ਹੈ। ਅਗਲਾ ਕੁਸ਼ਚਨ ਵੱਲ। ਜਪਾਨ ਦਾ ਪਹਿਲਾ ਪ੍ਰਾਈਵੇਟ ਰਾਕਟ ਡੈਬਿਊ ਲਾਂਚ ਦੇ ਸੈਕਿੰਡਾਂ ਵਿੱਚ ਫਟ ਗਿਆ, ਰਾਕਟ ਦਾ ਨਾਮ ਦੱਸੋ। ਜਪਾਨ ਫਸਟ ਪ੍ਰਾਈਵੇਟ ਰਾਕਟ ਐਕਸਪਲੋਰਡ ਸੈਕਿੰਡ ਇਨ ਟੂ ਡੈਬ ਲਾਂਚ, ਵਟ ਇਜ਼ ਦੀ ਨੇਮ ਆਫ ਦੀ ਰਾਕਟ? ਉਹਦਾ ਨਾਮ ਕੀ ਸੀਗਾ ਜੀ? ਉਹਦਾ ਨਾਮ ਸੀਗਾ ਕੈਰੋਸ। ਕੀ ਨਾਮ ਸੀਗਾ ਜੀ? ਕੈਰੋਸ ਨਾਮ ਸੀਗਾ, ਜਿਹੜਾ ਥੋੜ੍ਹੀ ਜਿਹੀ ਲਾਂਚ ਥੋੜ੍ਹੀ ਜਿਹੀ ਦੂਰ ਲਾਂਚ ਹੋਣ ਤੋਂ ਪਹਿਲਾਂ ਹੀ ਫਟ ਗਿਆ। ਇਹਦੀ ਡਿਟੇਲ ਲਿਖ ਲੈਂਦੇ ਜੀ। ਇਹ ਟੋਕੀਓ ਬੇਸਡ ਸਟਾਰਟਅਪ ਸੀਗਾ ਜੀ, ਇਹ ਸਪੇਸ ਵਨ ਦਾ ਸਟਾਰਟਅਪ ਸੀਗਾ, ਇੱਕ ਪ੍ਰਾਈਵੇਟ ਸੈਟਾਲਾਈਟ ਸੀਗਾ। ਇਹ 18 ਮੀਟਰ ਦਾ ਲੰਬਾ ਸੀਗਾ ਜੀ, 23 ਟਨ ਦਾ ਰੋਕਟ ਸੀਗਾ ਜੀ। ਇਹਦਾ ਨਾਮ ਸੀਗਾ ਕੈਰੋਸ, ਠੀਕ ਹੈ ਜੀ। ਇਹ
ਅਗਲੇ ਕੁਸ਼ਚਨ ਵਿੱਚ ਚੱਲਦੇ ਹਾਂ ਜੀ, ਜ਼ਿਆਦਾ ਡਿਟੇਲ ਕਰਨ ਦੀ ਲੋੜ ਨਹੀਂ। ਦੁਨੀਆ ਦਾ ਪਹਿਲਾ AI ਸੌਫਟਵੇਅਰ ਇੰਜੀਨੀਅਰ ਡੈਵਿਨ ਕਿਸ ਕੰਪਨੀ ਦੁਆਰਾ ਲਾਂਚ ਕੀਤਾ ਗਿਆ? ਦੁਨੀਆ ਦਾ ਪਹਿਲਾ AI ਸੌਫਟਵੇਅਰ ਇੰਜੀਨੀਅਰ ਡੈਵਿਨ ਕਿਸ ਕੰਪਨੀ ਦੁਆਰਾ ਲਾਂਚ ਕੀਤਾ ਗਿਆ? ਆਪਸ਼ਨ ਬੀ ਕਗਨੀਸ਼ਨ ਦੁਆਰਾ ਜੀ। ਕਿਹਦੇ ਦੁਆਰਾ ਕੀਤਾ ਗਿਆ ਜੀ? ਕਗਨੀਸ਼ਨ ਦੁਆਰਾ। USA ਬੇਸਡ ਕੰਪਨੀ ਹੈ ਜੀ ਜਿਹਨੇ ਕਗਨੀਸ਼ਨ ਦੁਆਰਾ ਲਾਂਚ ਕੀਤਾ ਇੱਕ ਚੈਟ ਜੋਪਿਟ ਚੈਟ GPT ਜਾਂ ਡੇਵਾਈਨ, ਠੀਕ ਹੈ ਜੀ। ਇਹ ਫੁੱਲੀ AI ਸੌਫਟਵੇਅਰ ਆ। ਡੈਵਿਨ ਜਿਹੜਾ ਹੈਗਾ ਇਹ ਕੰਪਲੈਕਸ ਇੰਜੀਨੀਅਰ ਦੁਆਰਾ ਮਤਲਬ ਕਿ ਜਿਹੜੀਆਂ ਇੰਜੀਨੀਅਰ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਸੁਲਝਾਉਣ ਲਈ ਇਹ ਸਥਾਪਿਤ ਕੀਤਾ ਗਿਆ ਜੀ, ਡੈਵਿਨ ਨਾਮ ਦਾ ਸੌਫਟਵੇਅਰ AI। ਕਿਸ ਦੇਸ਼ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ 'ਤੇ ਇੱਕ ਵੱਡੇ ਜਵਾਲਾਮੁਖੀ ਦੀ ਖੋਜ ਕੀਤੀ ਹੈ ਜਿਸ ਦਾ ਨਾਮ ਨੋਕਟਿਸ ਜਵਾਲਾਮੁਖੀ ਹੈ? ਵਿਚ ਕੰਟਰੀ ਸਾਇੰਟਿਸਟ ਹੈਵ ਮੇਡ ਦੀ ਡਿਸਕਵਰੀ ਆਫ ਅ ਗਿਗਨੈਟਿਕ ਵੋਲਕੈਨੋ ਔਨ ਮਾਰਸ ਨੇਮਡ ਦੀ ਨੋਕਟਿਕ ਵੋਲਕੈਨੋ? ਕੀ ਨਾਮ ਆ ਜੀ ਨੋਕਟਿਸ ਜਵਾਲਾਮੁਖੀ ਦਾ? ਨੋਕਟਿਸ ਜਵਾਲਾਮੁਖੀ ਆ। ਇਹ ਕਿਹੜੇ ਗ੍ਰਹਿ ਦੁਆਰਾ ਮਤਲਬ ਕਿਹੜੇ ਗ੍ਰਹਿ 'ਤੇ ਮੰਗਲ ਗ੍ਰਹਿ 'ਤੇ ਕੀਤਾ ਗਿਆ ਜੀ? ਇਹ ਕਿਹੜੇ ਕੰਟਰੀ ਦੁਆਰਾ ਕੀਤੀ ਗਈ ਹੈ ਜੀ? ਇਹ ਕੀਤੀ ਗਈ ਹੈ ਆਪਸ਼ਨ ਡੀ ਯੂਨਾਈਟਿਡ ਸਟੇਟ ਦੁਆਰਾ। ਕਿ ਉੱਥੇ ਜਵਾਲਾਮੁਖੀ ਫਟ ਰਿਹਾ ਹੈਗਾ ਮੰਗਲ ਗ੍ਰਹਿ ਦੇ ਉੱਤੇ। ਡਿਟੇਲ ਦੇਖ ਲੈਂਦੇ ਜੀ, ਮੰਗਲ ਦੇ ਭੂ ਮੱਧ ਰੇਖਾ ਦੇ ਦੱਖਣ ਵਿੱਚ ਪੂਰਬੀ ਨੋਕਟਿਸ ਲੈਂਥ ਵਿਚਕਾਰ ਵੇਲਸ ਮੇਰਨਿਸ ਦੇ ਪੱਛਮ ਵਿੱਚ ਸਥਿਤ ਹੈ, ਠੀਕ ਹੈ ਜੀ। ਇਹ ਖੋਜ ਨਾਸਾ ਨੇ ਕੀਤੀ ਹੈ ਜੀ, ਠੀਕ ਹੈ ਜੀ। ਜ਼ਿਆਦਾ ਇਹਦੇ ਵਿੱਚ ਡਿਟੇਲ ਪੜ੍ਹਨ ਦੀ ਲੋੜ ਨਹੀਂ ਗੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਗਗਨਯਾਨ ਪੁਲਾੜ ਉਡਾਣ ਮਿਸ਼ਨ ਲਈ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੁਆਰਾ ਵਿਕਸਿਤ ਬਹੁ ਉਦੇਸ਼ੀ ਐਪ ਸਾਖੀ ਦਾ ਕੀ ਮਕਸਦ ਹੈ? ਵਟ ਇਜ਼ ਦੀ ਪਰਪਸ ਆਫ ਮਲਟੀਪਰਪਸ ਐਪ ਸਾਖੀ ਡਿਵੈਲਪ ਬਾਏ ਦੀ ਵਿਕਰਮ ਸਾਰਾਭਾਈ ਸਪੇਸ ਸੈਂਟਰ ਫੋਰ ਦੀ ਗਗਨਯਾਨ ਸਪੇਸ ਫਲਾਈਟ ਮਿਸ਼ਨ? ਕੀ ਆਉਂਦਾ ਜੀ ਮੰਤਵ? ਇਹਦਾ ਮੰਤਵ ਹੈਗਾ ਜੀ ਟੂ ਹੈਲਪ ਐਸਟ੍ਰੋਨੌਟਸ ਕੈਰੀ ਦੀ ਰੇਂਜ ਆਫ ਟਾਸਕ ਇਨਕਲੂਡਿੰਗ ਮੋਨੀਟਰਿੰਗ ਐਂਡ ਕਮਿਊਨੀਕੇਸ਼ਨ। ਮਤਲਬ ਕਿ ਇਹਦੇ ਵਿੱਚ ਜਿਹੜੇ ਐਸਟ੍ਰੋਨੌਟ ਜਾਣਗੇ ਉਹਨਾਂ ਦੀ ਮਦਦ ਕਰਨਾ, ਉਹਨਾਂ ਦੀ ਹੈਲਥ ਦਾ ਧਿਆਨ ਰੱਖਣਾ, ਉਹਨਾਂ ਨਾਲ ਕਮਿਊਨੀਕੇਸ਼ਨ ਕਿਵੇਂ ਕਰਨਾ ਹੈਗਾ ਵਧੀਆ ਢੰਗ ਨਾਲ, ਇਹ ਗਗਨਯਾਨ ਦੇ ਸਾਖੀ ਐਪ ਉਹਨਾਂ ਦੀ ਮਦਦ ਕਰੇਗੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਇਸਰੋ ਨੇ ਮੁੜ ਵਰਤੋਂ ਯੋਗ ਲਾਂਚਵਾਨ ਲੈਂਡਿੰਗ ਮਿਸ਼ਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਇਸਨੂੰ ਕੀ ਕਿਹਾ ਜਾਂਦਾ ਹੈ? ਇਸਰੋ ਸਕਸੈਸਫੁਲੀ ਟੈਸਟਿੰਗ ਲੈਂਡਿੰਗ ਮਿਸ਼ਨ ਆਫ ਦੀ ਰੀਯੂਜ਼ੇਬਲ ਲਾਂਚ ਵਹੀਕਲ ਵਟ ਇਜ਼ ਕਾਲਡ? ਕੀ ਕਿਹਾ ਜਾਂਦਾ ਜੀ ਉਹਨੂੰ? ਉਹਨੂੰ ਕਿਹਾ ਜਾਂਦਾ ਪੁਸ਼ਪਕ। ਇਹਨੂੰ ਕੀ ਕਿਹਾ ਜਾਂਦਾ ਜੀ? ਪੁਸ਼ਪ ਪੱਕ। ਅਗਲੇ ਇਹਦੀ ਡਿਟੇਲ ਦੇਖ ਲੈਂਦੇ ਹਾਂ ਜੀ। ਇਸਰੋ ਨੇ ਸਕਸੈਸਫੁਲੀ ਲਾਂਚ ਕੀਤਾ ਜੀ ਪੁਸ਼ਪਕ ਦਾ, ਠੀਕ ਹੈ ਜੀ। ਇਹ ਟੈਸਟ ਕੀਤਾ ਗਿਆ ਸੀਗਾ ATR ਚੱਲ ਕੇ ਕਰਨਾਟਕਾ ਦੇ ਵਿੱਚ, ਠੀਕ ਹੈ ਜੀ। ਇਹ ਥਰਡ ਲੈਂਡਿੰਗ ਮਿਸ਼ਨ ਸੀਗਾ ਇਹਨਾਂ ਦਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਗਾਇਆ ਸਪੇਸ ਟੈਲੀਸਕੋਪ ਦੁਆਰਾ ਹਾਲ ਹੀ ਵਿੱਚ ਪੁਲਾੜ ਵਿੱਚ ਕਿਹੜੇ ਦੋ ਤਾਰਿਆਂ ਦੇ ਸਮੂਹ ਦੇ ਖੋਜਾਂ ਕੀਤੀ ਗਈ ਹੈ? ਵਿੱਚ ਟੂ ਸਟਾਰਸ ਕਲੱਸਟਰ ਹੈਵ ਬੀਨ ਡਿਸਕਵਰਡ ਇਨ ਦੀ ਸਪੇਸ ਰੀਸੈਂਟਲੀ ਬਾਏ ਦੀ ਗਾਇਆ ਸਪੇਸ ਟੈਲੀਸਕੋਪ? ਕਿਹਦੀ ਖੋਜ ਕੀਤੀ ਗਈ ਹੈ ਜੀ? ਇਹ ਕੀਤੀ ਗਈ ਆਪਸ਼ਨ ਡੀ ਸ਼ਿਵਾ ਐਂਡ ਸ਼ਕਤੀ ਦੀ ਖੋਜ ਕੀਤੀ ਗਈ ਹੈ। ਸ਼ਿਵਾ ਅਤੇ ਸ਼ਕਤੀ ਦੋ ਤਾਰਿਆਂ ਦੀ ਖੋਜ ਕੀਤੀ ਗਈ ਹੈ। ਸ਼ਿਵਾ ਅਤੇ ਸ਼ਕਤੀ ਨਾਮ ਕਿਹਨੇ ਰੱਖਿਆ? ਇੰਡੀਆ ਨੇ ਰੱਖਿਆ ਜੀ। ਯੂਰੋਪੀਅਨ ਸਪੇਸ ਏਜੰਸੀ ਦੇ ਗਈਆ ਸਪੇਸ ਟੈਲੀਸਕੋਪ ਨੇ ਸ਼ਿਵ ਨਾਮਕ ਤਾਰਿਆਂ ਦੇ ਦੋ ਪ੍ਰਾਚੀਨ ਧਾਰਾਵਾਂ ਦੀ ਖੋਜ ਕੀਤੀ ਹੈ। ਸ਼ਕਤੀ ਸ਼ਿਵ ਅਤੇ ਸ਼ਕਤੀ ਹਿੰਦੂ ਦਰਸ਼ਨ ਵਿੱਚ ਵਿਨਾਸ਼ ਅਤੇ ਰਚਨਾ ਦਾ ਪ੍ਰਤੀਕ ਹਨ। ਪ੍ਰਾਚੀਨ ਗੈਲਕਟਿਕ ਧਾਰਾਵਾਂ ਦੇ ਨਾਮ ਉਹਨਾਂ ਦੇ ਬ੍ਰਹਿਮੰਡ ਦੀ ਉਤਪਤੀ ਦਾ ਸਮਝ ਦਰਸਾਉਂਦਾ ਹੈ। ਸ਼ਿਵ ਵਿਨਾਸ਼ ਨੂੰ ਦਰਸਾਉਂਦਾ ਹੈ ਕਿ ਜਦ ਸ਼ਕਤੀ ਸ੍ਰਿਸ਼ਟੀ ਨੂੰ ਦਰਸਾਉਂਦਾ ਹੈ। ਇਹ ਕੁਸ਼ਚਨ ਪੁੱਛਿਆ ਜਾ ਸਕਦਾ ਜੀ, ਸ਼ਿਵ ਕਿਸ ਨੂੰ ਦਰਸਾਉਂਦਾ ਜੀ? ਵਿਨਾਸ਼ ਨੂੰ। ਅਤੇ ਸ਼ਕਤੀ ਕਿਸ ਨੂੰ ਦਰਸਾਉਂਦਾ ਜੀ? ਸ੍ਰਿਸ਼ਟੀ ਨੂੰ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਟਰਾਈ ਨੇ ਮਸ਼ੀਨ ਟੂ ਮਸ਼ੀਨ ਸੰਚਾਰ ਐਮਬੈਡ ਸਿਮ ਦੀ ਵਰਤੋਂ ਬਾਰੇ ਸਿਫਾਰਿਸ਼ਾਂ ਜਾਰੀ ਕੀਤੀਆਂ ਹਨ। ਟਰਾਈ ਦੀ ਸਥਾਪਨਾ ਕਦੋਂ ਹੋਈ? ਟਰਾਈ ਦੀ ਸਥਾਪਨਾ ਕਦੋਂ ਹੋਈ ਜੀ? ਇਹ ਹੋਈ ਸੀ ਆਪਸ਼ਨ ਏ 1997 ਦੇ ਵਿੱਚ। ਆਪਸ਼ਨ ਏ 1997।
ਚੰਦਰਯਾਨ 3 ਲੈਂਡਿੰਗ ਸਾਈਟ ਤੇ ਅੰਤਰਰਾਸ਼ਟਰੀ ਖਗੋਲ ਸੰਘ ਦੁਆਰਾ ਮਾਨਤਾ ਦਿੱਤੀ ਗਈ ਹੈ, ਇਸ ਦਾ ਨਾਮ ਕੀ ਹੈ? ਚੰਦਰਯਾਨ 3 ਜਿੱਥੇ ਲੈਂਡ ਕੀਤਾ ਗਿਆ ਉਸਦਾ ਕੀ ਨਾਮ ਰੱਖਿਆ ਗਿਆ ਜੀ? ਉਹਦਾ ਨਾਮ ਰੱਖਿਆ ਗਿਆ ਆਪਸ਼ਨ ਬੀ ਸ਼ਿਵ ਸ਼ਕਤੀ। ਕੀ ਨਾਮ ਰੱਖਿਆ ਗਿਆ ਜੀ? ਸ਼ਿਵ ਸ਼ਕਤੀ। ਇਹ ਰੱਖਿਆ ਕਿੰਨੇ ਹੈ ਜੀ ਨਾਮ? ਇੰਟਰਨੈਸ਼ਨਲ ਐਸਟ੍ਰੋਨੋਮੀਕਲ ਯੂਨੀਅਨ ਨੇ ਰੱਖਿਆ ਜੀ ਇਹ ਨਾਮ ਸ਼ਿਵ ਸ਼ਕਤੀ। ਉੱਥੇ ਵਿਕਰਮ ਲੈਂਡਰ ਚੰਦਰਯਾਨ 3 ਦਾ ਜਿਹੜਾ ਵਿਕਰਮ ਲੈਂਡਰ ਸੀਗਾ ਉੱਥੇ ਉਹਨੇ ਜਾ ਕੇ ਆਪਣੇ ਪੈਰ ਰੱਖੇ ਸੀਗੇ, ਉਹਦਾ ਨਾਂ ਕੀ ਰੱਖਿਆ ਗਿਆ? ਸ਼ਿਵ ਸ਼ਕਤੀ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਇਨਸੈਟ 3 DS ਉਪਗ੍ਰਹਿ ਹਾਲ ਹੀ ਵਿੱਚ ਇਸਰੋ ਦੁਆਰਾ ਲਾਂਚ ਕੀਤਾ ਗਿਆ ਹੈ। ਇਨਸੈਟ 3 DS ਸੈਟੇਲਾਈਟ ਰੀਸੈਂਟਲੀ ਲਾਂਚ ਬਾਈ ਇਸਰੋ ਇਜ ਕਾਹਦੇ ਲਈ ਲਾਂਚ ਕੀਤਾ ਗਿਆ ਜੀ? ਇਹ ਮੈਟਰੋਲੋਜੀਕਲ ਸਾਈਟ ਸੈਟੇਲਾਈਟ ਦੁਆਰਾ ਲਈ ਲਾਂਚ ਕੀਤਾ ਗਿਆ। ਭਾਰਤ ਦੇ ਕਿਸ ਰਾਜ ਵਿੱਚ ਇਰਿਸ ਹਿਊਮਨ ਮਾਈਂਡ ਅਧਿਆਪਕ ਨੂੰ ਪੇਸ਼ ਕੀਤਾ ਗਿਆ ਹੈ ਜੀ? ਇਨ ਵਿੱਚ ਸਟੇਟ ਦੀ ਇੰਡੀਅਨ ਵਾਸ ਇਰਿਸ ਦੀ ਹਿਊਮਨ ਮੇਡ ਟੀਚਰ ਇੰਟਰੋਡਿਊਸ ਕਿੱਥੇ ਕੀਤਾ ਗਿਆ ਜੀ? ਆਪਸ਼ਨ ਏ ਕਰੈਕਟ ਆਂਸਰ, ਕੇਰਲਾ ਦੇ ਵਿੱਚ ਕੀਤਾ ਗਿਆ ਜੀ, ਇਰਿਸ ਹਿਊਮਨਾਈਡ ਅਧਿਆਪਕ ਨੂੰ ਪੇਸ਼ ਕੀਤਾ ਗਿਆ ਜੀ। ਇਹ ਕੇਰਲਾ ਸਕੂਲ ਇੰਟਰੋਡਿਊਸ ਦੀ ਫਸਟ ਜਨਰੇਟਿਵ AI ਬੇਸਡ ਟੀਚਰ ਆ ਜੀ। ਇਰਿਸ ਨੇ ਇਹ ਲਾਂਚ ਕੀਤਾ ਜੀ ਕਾਹਦੇ ਲਈ, ਕਾਹਦੇ ਪਰਪਸ ਲਈ? ਐਜੂਕੇਸ਼ਨ ਦੇ ਪਰਪਸ ਲਈ। ਠੀਕ ਹੈ ਜੀ, ਇਹਨੂੰ ਸਥਾਪਿਤ ਕਿਹਨੇ ਕੀਤਾ ਜੀ? ਇਹਨੂੰ ਕੀਤਾ ਜੀ ਮਾਰਕ ਲੈਬਸ ਵਾਰ ਕ੍ਰੀਏਟਡ ਬਾਈ ਪਾਰਟਨਰਸ਼ਿਪ ਆਫ ਐਜੂਟੈਕ ਦੇ ਨਾਲ। ਇਹਦੀ ਕੈਪੀਟਲ ਕੀ ਹੋ ਜਾਂਦੀ ਹੈ ਜੀ? ਕੇਰਲਾ ਦੀ ਤ੍ਰਿਵੇਂਦਰਪੁਰਮ ਹੋ ਜਾਂਦੀ ਹੈ। ਇੱਥੇ CM ਕੌਣ ਹੋ ਜਾਂਦੇ ਨੇ? ਪਿੰਨਰੀ ਵਿਜੇ। ਗਵਰਨਰ ਕੌਣ ਹੋ ਜਾਂਦੇ? ਆਰਿਫ ਮੁਹੰਮਦ ਖਾਨ ਇੱਥੋਂ ਦੇ ਗਵਰਨਰ ਹੋ ਜਾਂਦੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਭਾਰਤ ਦੇ ਚੰਦਰਯਾਨ 4 ਮਿਸ਼ਨ ਲਈ ਕਿਹੜੇ ਲਾਂਚ ਵਹੀਕਲ ਦੀ ਵਰਤੋਂ ਕੀਤੀ ਜਾਵੇਗੀ? ਆਪਸ਼ਨ ਸੀ ਕਰੈਕਟ ਆਂਸਰ, LMV ਲਾਂਚ ਵਹੀਕਲ ਮਾਰਕ 3 ਦੀ ਵਰਤੋਂ ਕੀਤੀ ਜਾਵੇਗੀ। ਠੀਕ ਹੈ ਜੀ, ਜਿਹੜੇ ਆਪਣੇ ਇਸਰੋ ਦੇ ਅੱਗੇ ਉਹ ਆਉਣੇ ਨੇ ਅਪਕਮਿੰਗ ਸਪੇਸ ਮਿਸ਼ਨ ਆਉਣੇ ਨੇ ਉਹਨਾਂ ਦੀ ਇਹ ਲਿਸਟ ਆ ਜੀ, ਤੁਸੀਂ ਇੱਕ ਵਾਰੀ ਰਿਵਾਈਜ਼ ਕਰ ਲੈਣਾ। 2024 ਦੇ ਵਿੱਚ ਗਗਨਯਾਨ 1, 2024 ਦੇ ਵਿੱਚ ਨਿਸਾਰ, 2025 ਦੇ ਵਿੱਚ ਗਗਨਯਾਨ 2, 2025 ਦੇ ਵਿੱਚ ਵੀਨਸ ਔਰਬਿਟ ਮਿਸ਼ਨ ਸ਼ੁਕਰਯਾਨ ਜਿਹਨੂੰ ਕਿਹਾ ਜਾਂਦਾ, 2026 ਦੇ ਵਿੱਚ ਮਾਰਸ ਔਰਬਿਟਨ ਮੰਗਲਯਾਨ 2, 2026 ਦੇ ਵਿੱਚ ਲੂਨਰ ਪੋਲਰ ਐਕਸਪਲੋਰੇਸ਼ਨ ਮਿਸ਼ਨ, 2026 ਦੇ ਵਿੱਚ ਗਗਨਯਾਨ 3, 2028 ਦੇ ਵਿੱਚ ਚੰਦਰਯਾਨ 4, 2035 ਦੇ ਵਿੱਚ ਭਾਰਤੀ ਅੰਤਰਿਕਸ਼ ਸਟੇਸ਼ਨ ਬਣਾਇਆ ਜਾਊਗਾ ਆਪਦਾ। 2000 ਭਾਰਤੀ ਅੰਤਰਿਕਸ਼ ਸਟੇਸ਼ਨ ਸਥਾਪਿਤ ਕਰੇਗਾ ਇੰਡੀਆ ਆਪਦਾ। ਕਿਸਨੇ ਇੰਡੀਆ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ? ਕਿਸਨੇ ਸੰਭਾਲਿਆ ਜੀ? ਆਪਸ਼ਨ ਏ ਨਵੀਨ ਜਿੰਦਲ ਨੇ। ਕਿਹਨੇ ਸੰਭਾਲਿਆ ਜੀ? ਨਵੀਨ ਜਿੰਦਲ ਨੇ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਪ੍ਰਧਾਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਆਪਸ਼ਨ ਬੀ ਕਰੈਕਟ ਆਂਸਰ, ਕਿਸ਼ੋਰ ਮਕਵਾਣਾ ਨੂੰ ਅਨੁਸੂਚਿਤ ਜਾਤੀਆਂ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਜੀ। ਇਹਨਾਂ ਨੂੰ ਅਪੁਆਇੰਟ ਕਿਹਨੇ ਕੀਤਾ ਜੀ? ਇਹਨਾਂ ਨੂੰ ਅਪੁਆਇੰਟ ਕੀਤਾ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਨੇ, ਦ੍ਰੌਪਦੀ ਮੁਰਮੂ ਜੀ ਨੇ। ਇਹਨਾਂ ਨੇ ਕੀ ਲਿਖਿਆ ਸੀਗਾ? ਇਹਨਾਂ ਨੇ 33 ਬੁੱਕਸ ਲਿਖੀਆਂ ਹੋਈਆਂ ਜੀ ਵੱਖਰੇ ਵੱਖਰੇ ਸੋਸ਼ਲ ਟੋਪਿਕਸ ਦੇ ਵਿੱਚ। ਠੀਕ ਹੈ ਜੀ, 9 ਬੁੱਕਸ ਇਹਨਾਂ ਨੇ ਡਾਕਟਰ MBR ਅੰਬੇਦਕਰ 'ਤੇ ਲਿਖੀਆਂ ਨੇ। ਠੀਕ ਹੈ ਜੀ, ਇਹ ਹਾਲ ਹੀ ਦੇ ਵਿੱਚ ਜਿਹੜੀ ਬੁੱਕ ਲਿਖੀ ਗਈ ਹੈ ਜੀ ਮੋਦੀ ਆ ਕੋਮਨ ਮੈਨ PM, ਇਹ ਵੀ ਇਹਨਾਂ ਦੁਆਰਾ ਲਿਖੀ ਗਈ ਹੈ। ਕੀ ਨਾਮ ਆ ਜੂਗਾ ਜੀ? ਕਿਸ਼ੋਰ ਮਕਵਾਣਾ। ਹੂ ਵਾਸ ਬੀਨ ਦੀ ਅਪੁਆਇੰਟਡ ਦੀ ਨਿਊ ਵਿਜੀਲੈਂਸ ਕਮਿਸ਼ਨ ਆਫ ਸੈਂਟਰਲ ਵਿਜੀਲੈਂਸ ਕਮਿਸ਼ਨ? ਵਿਜੀਲੈਂਸ ਦੇ ਨਵੇਂ ਕਮਿਸ਼ਨਰ ਕੌਣ ਨਿਯੁਕਤ ਕੀਤੇ ਗਏ ਨੇ? ਜੀ AS ਰਾਜੀਵ। ਆਪਸ਼ਨ ਬੀ ਕਰੈਕਟ ਆਂਸਰ, AS ਰਾਜੀਵ। ਦ੍ਰੌਪਦੀ ਮੁਰਮੂ ਨੇ AS ਰਾਜੀਵ ਨੂੰ ਵਿਜੀਲੈਂਸ ਦੇ ਕਮਿਸ਼ਨ ਨਿਯੁਕਤ ਕੀਤਾ। ਠੀਕ ਹੈ ਜੀ, ਇਹ ਜਿਹੜਾ ਵਿਜੀਲੈਂਸ ਦੀ ਅਸਟੈਬਲਿਸ਼ 1964 ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ,
ਇਹਦੇ ਕਰੰਟ ਚੀਫ ਜਿਹੜੇ ਚੀਫ ਵਿਜੀਲੈਂਸ ਕਮਿਸ਼ਨਰ ਨੇ ਉਹ ਨੇ ਪ੍ਰਵੀਨ ਕੇ ਆਰ ਸ਼੍ਰੀਵਾਸਤਵ। ਕੌਣ ਨੇ ਜੀ? ਪ੍ਰਵੀਨ ਕੇ ਆਰ ਸ਼੍ਰੀਵਾਸਤਵ। ਜੇ ਇਕੱਲੇ ਕਮਿਸ਼ਨਰ ਪੁੱਛ ਲਏ ਏ ਐੱਸ ਰਾਜੀਵ। ਅਪੁਆਇੰਟ ਕਿੰਨੇ ਕੀਤੇ? ਦ੍ਰੌਪਦੀ ਮੁਰਮੂ ਨੇ। ਵਿਜੀਲੈਂਸ ਗਠਨ ਦੇ ਵਿੱਚ ਕਦੋਂ ਹੋਇਆ? 1964 ਦੇ ਵਿੱਚ। ਹਰਿਆਣਾ ਦੇ ਨਵੇਂ ਮੁੱਖ ਮੰਤਰੀ ਕਿਸ ਨੂੰ ਚੁਣਿਆ ਗਿਆ ਜੀ? ਇਹ ਚੁਣਿਆ ਗਿਆ ਜੀ ਨੈਬ ਸਿੰਘ ਸੈਣੀ ਨੂੰ। ਬੀ ਆਂਸਰ ਕਰੈਕਟ ਆਂਸਰ। ਆਪਸ਼ਨ ਬੀ ਆਏਗਾ ਜੀ, ਬੀ ਕਰੈਕਟ ਆਂਸਰ। ਠੀਕ ਹੈ ਜੀ, ਨੈਬ ਸਿੰਘ ਸੈਣੀ। ਨੈਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਬੀ ਐੱਚ ਪੀ ਦੇ ਕੁਰਕਸ਼ੇਤਰ ਦੇ ਐੱਮ ਪੀ ਸੀਗੇ ਜੀ। ਇਹਨਾਂ ਨੂੰ ਹਰਿਆਣਾ ਦੇ ਸੀਐਮ ਵਜੋਂ ਇਲੈਕਟ ਕੀਤਾ ਗਿਆ ਜੀ। ਠੀਕ ਹੈ ਜੀ, ਇਹਨਾਂ ਨੇ ਖੱਟਰ ਦੀ ਜਿਹੜੀ ਸੀ ਕੈਬਨਿਟ ਉਹਨੂੰ 2016 ਦੇ ਵਿੱਚ ਜੁਆਇਨ ਕੀਤਾ ਸੀਗਾ। ਨਵਾਂ ਚੋਣ ਕਮਿਸ਼ਨਰ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਹੂ ਵਾਸ ਦੀ ਨਿਊ ਨਿਊ ਇਲੈਕਸ਼ਨ ਕਮਿਸ਼ਨਰ? ਕੌਣ ਨੇ ਜੀ? ਬੋਥ ਏ ਐਂਡ ਬੀ, ਸੁਖਬੀਰ ਸੰਧੂ ਅਤੇ ਗਣੇਸ਼ ਕੁਮਾਰ ਨੂੰ ਨਵੇਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਜੀ। ਆਪਸ਼ਨ ਡੀ ਕਰੈਕਟ ਆਂਸਰ। ਹਾਲ ਹੀ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਸੈਂਟਰ ਚੇਅਰਮੈਨ ਆਫ ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਆਪਸ਼ਨ ਸੀ ਕਰੈਕਟ ਆਂਸਰ, ਰਾਹੁਲ ਸਿੰਘ। ਠੀਕ ਹੈ ਜੀ, ਡਿਟੇਲ ਲਿਖ ਲੈਂਦੇ ਜੀ। ਰਾਹੁਲ ਸਿੰਘ ਅਪੁਆਇੰਟਡ ਚੇਅਰਮੈਨ ਬਾਈ CBSE ਬਾਈ ਸੈਂਟਰਲ ਗਵਰਨਮੈਂਟ, ਅਪਰੂਵਡ ਦੀ ਕਮੇਟੀ ਆਫ ਕੈਬਨਿਟ। ਕੈਬਨਿਟ ਦੀ ਕਮੇਟੀ ਨੇ ਅਪਰੂਵ ਕੀਤਾ ਜੀ। ਠੀਕ ਹੈ ਜੀ, 1966 ਦੇ ਇਹ IAS ਆਫਿਸਰ ਨੇ ਬਿਹਾਰ ਕੇਡਰ ਦੇ। ਠੀਕ ਹੈ ਜੀ, ਇਹਨਾਂ ਨੇ ਰਿਪਲੇਸ ਕਿਹਨੂੰ ਕੀਤਾ ਜੀ? ਨਿਧੀ ਛਿੱਬਰ ਨੂੰ। ਠੀਕ ਹੈ ਜੀ, ਅਗਲਾ ਕੁਸ਼ਚਨ, ਹਾਲ ਹੀ ਵਿੱਚ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਕਿਸ ਨੂੰ ਨਿਯੁਕਤ ਕੀਤਾ ਗਿਆ ਜੀ ਪ੍ਰਸਾਰ ਭਾਰਤੀ ਦੇ? ਇਹ ਕੀਤਾ ਗਿਆ ਜੀ ਨਵਨੀਤ ਕੁਮਾਰ ਸਹਿਗਲ ਨੂੰ। ਡਿਟੇਲ ਦੇਖ ਲੈਂਦੇ ਜੀ, ਨਵੀਨ ਕੁਮਾਰ ਸਹਿਗਲ ਨੂੰ ਅਪੁਆਇੰਟ ਕੀਤਾ ਗਿਆ ਜੀ ਚੇਅਰਮੈਨ ਪ੍ਰਸਾਰ ਭਾਰਤੀ। ਠੀਕ ਹੈ ਜੀ, ਸਹਿਗਲ ਨੇ ਰਿਪਲੇਸ ਕੀਤਾ ਜੀ ਏ ਸੂਰਿਆ ਪ੍ਰਕਾਸ਼ ਨੂੰ। ਉਹਨਾਂ ਨੇ ਹੋਰ 4 ਸਾਲਾਂ ਬਾਅਦ ਇਹ ਵੈਕੈਂਸੀ ਖਾਲੀ ਹੋਈ ਸੀਗੀ। ਪ੍ਰਸਾਰ ਭਾਰਤੀ ਇੰਡੀਆ ਦੀ ਲਾਰਜੈਸਟ ਪਬਲਿਕ ਬ੍ਰੌਡਕਾਸਟਿੰਗ ਏਜੰਸੀ ਹੈ ਜੀ। ਪ੍ਰਸਾਰ ਭਾਰਤੀ ਦੀ ਸਥਾਪਨਾ ਕਦੋਂ ਹੋਈ ਸੀ? 1997 ਦੇ ਵਿੱਚ। ਕਦੋਂ ਸਥਾਪਨਾ ਹੋਈ ਜੀ? 1997 ਦੇ ਵਿੱਚ। ਅਗਲੇ ਕੁਸ਼ਚਨ ਬਾਅਦ ਚੱਲਦੇ ਹਾਂ ਜੀ, ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦਾ ਨਵਾਂ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ? ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦੀ ਨਿਊ ਪ੍ਰੈਜ਼ੀਡੈਂਟ ਆਫ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ? ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਆਪਸ਼ਨ ਏ ਕਰੈਕਟ ਆਂਸਰ, ਅਸ਼ਵਨੀ ਕੁਮਾਰ। ਕਿਹਨੂੰ ਨਿਯੁਕਤ ਕੀਤਾ ਗਿਆ ਜੀ? ਅਸ਼ਵਨੀ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਡਿਟੇਲ ਲਿਖ ਲੈਂਦੇ ਹਾਂ, ਦੀ ਫੈਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜੇਸ਼ਨ ਵਾਸ ਅਸਟੈਬਲਿਸ਼ ਬਾਈ 1965। ਜਿਹੜੀ ਆਹ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਸੀ ਇਹ ਅਸਟੈਬਲਿਸ਼ ਕਦੋਂ ਹੋਈ? 1965 ਦੇ ਵਿੱਚ। ਇਹ ਇੱਕ ਐਪੈਕਸ ਬਾਡੀ ਹੈ ਜੀ, ਇਹਦਾ ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ। ਅਗਲੇ ਕੁਸ਼ਚਨ, ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਇਹ ਕੀਤਾ ਗਿਆ ਆਪਸ਼ਨ ਡੀ ਕਰੈਕਟ ਆਂਸਰ, MV ਰਾਓ ਨੂੰ ਨਿਯੁਕਤ ਕੀਤਾ ਗਿਆ ਜੀ। ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਚੇਅਰਮੈਨ ਕਿਹਨੂੰ ਨਿਯੁਕਤ ਕੀਤਾ ਗਿਆ ਜੀ? MV ਰਾਓ ਨੂੰ। ਡਿਟੇਲ ਲਿਖ ਲੈਂਦੇ ਜੀ, ਗਲਤ ਡਿਟੇਲ ਆ ਗਈ ਜੀ ਇਹਦੀ, ਇਹ ਇਹਦੀ ਡਿਟੇਲ ਨਹੀਂ ਆ। ਅਗਲੇ ਕੁਸ਼ਚਨ ਬਾਅਦ ਚੱਲਦੇ ਹਾਂ ਜੀ, March 2024 ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਡਾਇਰੈਕਟਰ ਕਿਸ ਨੂੰ ਨਿਯੁਕਤ? ਇੱਕ ਤਾਂ ਹੁੰਦਾ ਜੀ ਚੇਅਰਮੈਨ, ਇੱਕ ਹੁੰਦਾ ਡਾਇਰੈਕਟਰ। ਇਹ ਤੁਹਾਡੇ ਤੋਂ ਡਾਇਰੈਕਟਰ ਪੁੱਛ ਰਿਹਾ ਜੀ, ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਇਹ ਕੀਤਾ ਗਿਆ ਆਪਸ਼ਨ ਸੀ ਹੰਸਾ ਮਿਸ਼ਰਾ ਨੂੰ ਨਿਯੁਕਤ ਕੀਤਾ ਗਿਆ ਜੀ, UPSC ਦੇ ਡਾਇਰੈਕਟਰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਕਿਸ ਨੂੰ ਹਾਲ ਹੀ ਵਿੱਚ ਰਾਸ਼ਟਰੀ ਜਾਂਚ ਏਜੰਸੀ ਦਾ ਮੁੱਖ ਮੁਖੀ ਨਿਯੁਕਤ ਕੀਤਾ ਗਿਆ ਜੀ? NIA ਦਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਮੁਖੀ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਇਹ ਕੀਤਾ ਗਿਆ ਆਪਸ਼ਨ ਬੀ ਸਦਾਨੰਦ ਵਸੰਤ ਦੱਤੇ ਨੂੰ, ਨੈਸ਼ਨਲ ਇਨਵੈਸਟੀਗੇਸ਼ਨ ਦਾ ਹੈੱਡ ਨਿਯੁਕਤ ਕੀਤਾ ਗਿਆ। ਇਹਦੀ ਡਿਟੇਲ ਦੇਖ ਲੈਂਦੇ ਜੀ, ਸਦਾਨੰਦ ਵਸੰਤ ਦੱਤੇ ਅਪੁਆਇੰਟਡ ਬਾਈ ਚੀਫ ਨੈਸ਼ਨਲ
ਇਨਵੈਸਟੀਗੇਸ਼ਨ ਏਜੰਸੀ ਦੇ, ਠੀਕ ਹੈ ਜੀ, ਇਹਨਾਂ ਨੂੰ ਮੁਖੀ ਨਿਯੁਕਤ ਕੀਤਾ ਗਿਆ। ਜਿਹੜੇ ਪਿਯੂਸ਼ ਆਨੰਦ ਨੇ ਉਹਨਾਂ ਨੂੰ ਡਾਇਰੈਕਟਰ ਜਨਰਲ ਕਿੱਥੋਂ ਦਾ ਨਿਯੁਕਤ ਕੀਤਾ ਗਿਆ ਜੀ, ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫੋਰਸ ਦਾ NDRF ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਜੀ ਪਿਯੂਸ਼ ਆਨੰਦ ਨੂੰ। ਠੀਕ ਹੈ ਜੀ, ਰਾਜੀਵ ਕੁਮਾਰ ਸ਼ਰਮਾ ਨੂੰ ਕਾਹਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਜੀ, ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ। ਠੀਕ ਹੈ ਜੀ, ਕਾਹਦਾ ਜੀ, ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਮਾਰਚ 2024 ਵਿੱਚ ਕਿਸ ਬ੍ਰਾਂਡ ਦੇ ਬ੍ਰਾਂਡ ਨੇ ਨੀਰਜ ਚੋਪੜਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਜੀ, ਕਿਸ ਨੇ ਚੁਣਿਆ ਜੀ ਨੀਰਜ ਚੋਪੜਾ ਨੂੰ ਬ੍ਰਾਂਡ ਅੰਬੈਸਡਰ ਚੁਣਿਆ ਜੀ, ਐਵਰੀਡੇ ਨੇ, ਐਵਰੀਡੇ ਨੇ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ। ਭਾਰਤ ਦੇ ਪੈਰਾਲੰਪਿਕ ਕਮੇਟੀ ਦਾ ਨਵਾਂ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ, ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦੀ ਨਿਊ ਪ੍ਰੈਜ਼ੀਡੈਂਟ ਆਫ ਦੀ ਪੈਰਾਲੰਪਿਕ ਕਮੇਟੀ ਆਫ ਇੰਡੀਆ, ਕਿਸ ਨੂੰ ਨਿਯੁਕਤ ਕੀਤਾ ਗਿਆ ਜੀ, ਦਵਿੰਦਰਾ ਜੰਝਾਰੀਆ ਨੂੰ। ਕਿਹਨੂੰ ਕੀਤਾ ਗਿਆ ਜੀ, ਦਵਿੰਦਰਾ ਜੰਝਾਰੀਆ ਨੂੰ। ਇਹਦੀ ਡਿਟੇਲ ਦੇਖ ਲੈਂਦੇ ਹਾਂ ਜੀ, ਦਵਿੰਦਰ ਜੰਝਾਰੀਆ ਨੂੰ ਦੋ ਟਾਈਮ ਨੇ ਜਿਹੜੇ ਪੈਰਾਲੰਪਿਕ ਗੋਲਡ ਮੈਡਲਿਸਟ ਰਹਿ ਚੁੱਕੇ ਨੇ, ਇਹਨਾਂ ਨੂੰ ਪੈਰਾਲੰਪਿਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੀ। ਠੀਕ ਹੈ ਜੀ, ਇਹਨਾਂ ਨੇ ਰਿਮੂਵ ਇਹਨਾਂ ਨੇ ਮਤਲਬ ਕਿ ਦੀਪਕਾ ਮਲਿਕ ਨੂੰ ਜਿਹੜੇ ਉਹ ਕੀਤਾ ਜੀ, ਰਿਪਲੇਸ ਕੀਤਾ। ਠੀਕ ਹੈ ਜੀ, ਜੰਝਾਰੀਆ ਨੇ 2024 ਵਿੱਚ ਐਥਨੀਸ ਅਤੇ 2016 ਦੇ ਵਿੱਚ ਰੀਓ ਓਲੰਪਿਕ ਦੇ ਵਿੱਚ ਇਹਨਾਂ ਨੇ ਜੈਵਲਿਨ ਥਰੋ ਦੇ ਵਿੱਚ ਮੈਡਲ ਜਿੱਤਿਆ। ਠੀਕ ਹੈ ਜੀ, ਜੰਝਾਰੀਆ ਨੂੰ ਅਰਜੁਨ ਅਵਾਰਡ 2004 ਦੇ ਵਿੱਚ ਮਿਲਿਆ, ਮੇਜਰ ਧਿਆਨ ਚੰਦ ਖੇਲ ਰਤਨ 2017 ਦੇ ਵਿੱਚ ਮਿਲਿਆ, ਪਦਮ ਸ਼੍ਰੀ 2012 ਦੇ ਵਿੱਚ ਮਿਲਿਆ। ਇਹ ਫਸਟ ਪੈਰਾ ਓਲੰਪੀਅਨ ਆ ਜਿਹਨਾਂ ਨੂੰ ਇਹ ਪਦਮ ਸ਼੍ਰੀ ਮਿਲਿਆ ਜੀ, ਪਦਮ ਭੂਸ਼ਣ ਇਹਨਾਂ ਨੂੰ 2022 ਦੇ ਵਿੱਚ ਮਿਲਿਆ। ਠੀਕ ਹੈ ਜੀ, ਹੋਪ ਸੋ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੋਗੀ, ਇਸ ਕਰਕੇ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ। ਠੀਕ ਹੈ ਜੀ, ਅਤੇ ਆਪਣੇ ਕਮੈਂਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡਿਆ ਕਰੋ, ਤਾਂ ਜੋ ਉਹਨਾਂ ਦਾ ਰਿਪਲਾਈ ਕਰ ਸਕੀਏ, ਅਤੇ ਬੈਸਟ ਰਿਵਿਊ ਦਿਆ ਕਰੋ ਜਿਵੇਂ ਦੀ ਤੁਹਾਨੂੰ ਕਲਾਸ ਲੱਗਦੀ ਹੈ। ਠੀਕ ਹੈ ਜੀ, ਆਪਣੇ ਸੱਜਣ ਦੋਸਤਾਂ ਮਿੱਤਰਾਂ ਨੂੰ ਕਹੋ ਕਿ ਇੱਥੇ ਬਹੁਤ ਵਧੀਆ ਕੰਟੈਂਟ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ, ਅਤੇ ਨਾਲ ਹੀ ਇਸ ਕਲਾਸ ਨੂੰ ਲਾਈਕ ਵੱਧ ਤੋਂ ਵੱਧ ਲਾਈਕ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਦੀ ਕਲਾਸ ਦੀ PDF ਤੁਹਾਨੂੰ ਇਸ ਕਲਾਸ ਦੇ ਵੀ ਮਤਲਬ ਕਿ ਜਿਹੜਾ ਆਪਣਾ ਟੈਲੀਗ੍ਰਾਮ ਚੈਨਲ ਆ ਵਿਕਟਿਵੇ ਪੰਜਾਬ PDF ਦੇ ਉੱਤੇ ਤੁਹਾਨੂੰ ਇਹ PDF ਮਿਲ ਜਾਏਗੀ। ਇਸ ਦਾ ਲਿੰਕ ਆ ਜਿਹੜਾ PDF ਦਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਾ ਦਿੱਤਾ ਜਾਵੇਗਾ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਵਨ ਨੇਸ਼ਨ ਵਨ ਇਲੈਕਸ਼ਨ 'ਤੇ ਬਣੀ ਕਮੇਟੀ ਨੇ ਸੌਂਪੀ ਆਪਣੀ ਰਿਪੋਰਟ, ਕੌਣ ਹੈ ਇਸ ਦੇ ਕਮੇਟੀ ਦੇ ਚੇਅਰਮੈਨ? ਦੀ ਕਮੇਟੀ ਫੋਰਮਡ ਵਨ ਨੇਸ਼ਨ ਵਨ ਇਲੈਕਸ਼ਨ ਸਬਮਿਟਡ ਇਟਸ ਰਿਪੋਰਟ, ਹੂ ਇਜ਼ ਦੀ ਚੇਅਰਮੈਨ ਆਫ ਦਿਸ ਕਮੇਟੀ? ਕੌਣ ਨੇ ਜੀ ਇਸ ਦੇ ਚੇਅਰਮੈਨ? ਵਨ ਨੇਸ਼ਨ ਵਨ ਵਨ ਇਲੈਕਸ਼ਨ ਦੇ ਚੇਅਰਮੈਨ ਨੇ ਰਾਮਨਾਥ ਕੋਵਿੰਦ। ਕੌਣ ਨੇ ਜੀ? ਰਾਮਨਾਥ ਕੋਵਿੰਦ, ਵਾਈਸ ਪ੍ਰੈਜੀਡੈਂਟ ਆਫ ਇੰਡੀਆ ਇਸਦੇ ਚੇਅਰਮੈਨ ਨੇ। ਪ੍ਰਸਾਰ ਭਾਰਤੀ ਦੀ ਨਵੀਂ ਸੇਵਾ PB ਸ਼ਬਦ ਕਿਸਨੇ ਸ਼ੁਰੂ ਕੀਤਾ? ਹੂ ਲਾਂਚ ਪ੍ਰਸਾਰ ਭਾਰਤੀ ਇਜ਼ ਨਿਊ ਸਰਵਿਸ PB ਸ਼ਬਦ ਕਿਸਨੇ ਕੀਤਾ ਜੀ? ਆਪਸ਼ਨ ਏ ਕਰੈਕਟ ਆਂਸਰ, ਅਨੁਰਾਗ ਠਾਕੁਰ। ਹੁਣ ਜਿਹੜੇ ਤੁਸੀਂ ਜਿਹੜੇ ਵੀ ਆਹ ਆਪਣੇ ਪੁਰਾਣੇ ਹੈਗੇ ਜਿਹੜੇ 2000 ਮਾਰਚ ਤੋਂ ਪਹਿਲਾਂ ਜਿਹੜੇ ਯੂਨੀਅਨ ਮਿਨਿਸਟਰ ਉਹੀ ਮਾੜੇ ਮੋਟੇ ਯਾਦ ਰੱਖਣੇ, ਉਹ ਵੀ ਉਹੀ ਯਾਦ ਰੱਖਣੇ ਜਿਹੜੇ ਫੇਮਸ ਨਿਊਜ਼ ਦੇ ਵਿੱਚ ਨੇ, ਜਿਵੇਂ ਐਗਰੀਕਲਚਰ ਹੋ ਗਿਆ, ਸਪੋਰਟਸ ਹੋ ਗਿਆ, ਕਮਿਊਨੀਕੇਸ਼ਨ ਹੋ ਗਿਆ, ਡਿਫੈਂਸ ਮਿਨਿਸਟਰ ਹੋ ਗਿਆ, ਉਹ ਯਾਦ ਰੱਖਣੇ। ਬਾਕੀ ਜਿਹੜੀ ਮਾਰਚ ਤੋਂ ਆਫਟਰ ਇਲੈਕਸ਼ਨ ਤੋਂ ਬਾਅਦ ਜਿਹੜੇ ਆਪਣੇ ਮਈ ਜੂਨ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਨੇ, ਉਦੋਂ ਬਾਅਦ ਇਹ ਸਾਰੇ ਕੈਬਨਿਟ ਬਦਲੀ ਜਾਊਗੀ, ਇਸ ਕਰਕੇ ਇਹਨਾਂ ਨੂੰ ਜ਼ਿਆਦਾ ਯਾਦ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਉੜੀਸਾ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਕਿੰਨੇ ਦਿਨਾਂ ਦੀ ਆਮ ਛੁੱਟੀ ਦਾ ਐਲਾਨ ਕੀਤਾ ਗਿਆ ਜੀ? ਕਿੰਨੇ ਦਿਨਾਂ ਦੀ ਛੁੱਟੀ ਐਲਾਨ ਕੀਤਾ ਗਿਆ ਜੀ? ਆਪਸ਼ਨ ਬੀ ਕਰੈਕਟ ਆਂਸਰ, 10 ਦਿਨਾਂ ਦੀ ਦਾ।
ਵੂਮੈਨ ਗੌਰਮੈਂਟ ਅਪਲਾਈ ਜਿਹੜੇ ਉੜੀਸਾ ਦੇ ਨੇ ਉਹਨਾਂ ਨੂੰ 25 ਕੈਜੂਅਲ ਲੀਵ ਮਿਲਦੀਆਂ ਨੇ ਅਤੇ 15 ਪ੍ਰੀਵੀਅਸ ਡੇ ਲੀਵ ਮਿਲਦੀਆਂ ਨੇ, ਠੀਕ ਹੈ ਜੀ। ਉਹਨਾਂ ਨੂੰ ਜਿਹੜੀਆਂ ਉੱਥੋਂ ਦੀਆਂ ਵੂਮੈਨ ਨੇ ਉਹਨਾਂ ਨੂੰ 6 ਮੰਥ ਪੇਡ ਹੋਲੀਡੇਜ਼ ਮਿਲਦੀਆਂ ਨੇ ਜੀ ਪ੍ਰੈਗਨੈਂਟ ਵੂਮੈਨ ਨੂੰ, ਠੀਕ ਹੈ ਜੀ। ਪ੍ਰਾਈਵੇਟ ਸੈਕਟਰ ਦੇ ਵਿੱਚ ਮਿਲਦੀਆਂ ਨੇ, ਗੌਰਮੈਂਟ ਸੈਕਟਰ ਦੇ ਵਿੱਚ ਵੀ 6 ਮੰਥ ਦੀਆਂ ਮਿਲਦੀਆਂ ਨੇ, ਪਰ ਉਹਨਾਂ ਨੂੰ ਉਦੋਂ ਤਨਖਾਹ ਮਿਲਦੀ ਹੈ। ਕਿਹੜੀ ਸੰਸਥਾ ਮੰਤਰਾਲੇ ਨੇ ਸਕਸ਼ਮ ਐਪ ਲਾਂਚ ਕੀਤੀ, ਵਿੱਚ ਇੰਸਟੀਟਿਊਟ ਮਿਨਿਸਟਰੀ ਲਾਂਚ ਦੀ ਸਕਸ਼ਮ ਐਪ ਕਿਸਨੇ ਕੀਤੀ ਜੀ? ਆਪਸ਼ਨ ਬੀ ਕਰੈਕਟ ਆਂਸਰ, ਇਲੈਕਸ਼ਨ ਕਮਿਸ਼ਨ ਨੇ, ਠੀਕ ਹੈ ਜੀ। ਇਲੈਕਸ਼ਨ ਕਮਿਸ਼ਨ ਨੇ ਸਕਸ਼ਮ ਐਪ ਲਾਂਚ ਕੀਤੀ, ਇਲੈਕਸ਼ਨ ਕਮਿਸ਼ਨ ਨੇ ਸਕਸ਼ਮ ਐਪ ਲਾਂਚ ਕੀਤੀ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜੇ ਕਿ 85 ਸਾਲ ਦੇ ਬਜ਼ੁਰਗ ਆ ਉਹਨਾਂ ਨੂੰ ਘਰੇ ਮਤਲਬ ਕਿ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਆ, ਅਤੇ ਜਿਹੜੇ 40% ਡਿਸੇਬਲ ਲੋਕ ਨੇ ਉਹ ਆਪਣੀ ਜਿਹੜੀ ਇਸ 'ਤੇ ਰਜਿਸਟ੍ਰੇਸ਼ਨ ਕਰਾ ਸਕਦੇ ਆ, ਤਾਂ ਜੋ ਕਿ ਉਹਨਾਂ ਦੀ ਜਿਹੜੀ ਵੋਟ ਹੋਊਗੀ ਉਹ ਬੈਲਟ ਪੇਪਰ ਰਾਹੀਂ ਉਹਨਾਂ ਦੇ ਘਰੇ ਹੀ ਪੈ ਜਾਵੇਗੀ, ਅਤੇ ਇਸ ਕਰਕੇ ਉਹਨਾਂ ਨੇ ਸਕਸ਼ਮ ਐਪ ਲਾਂਚ ਕੀਤੀ ਗਈ, ਠੀਕ ਹੈ ਜੀ। 25ਵੇਂ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਨੇ? ਰਾਜੀਵ ਕੁਮਾਰ ਜੀ ਨੇ, ਠੀਕ ਹੈ। ਅਦਰ 2 ਇਲੈਕਸ਼ਨ ਹੋਰ ਕਮਿਸ਼ਨ ਕੌਣ ਨੇ? ਗਣੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ, ਠੀਕ ਹੈ ਜੀ। ਆਗਾਮੀ ਆਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਦੇ ਆਧਾਰਿਤ ਜਾਣਕਾਰੀ ਪ੍ਰਦਾਨ ਲਈ ਕਿਹੜੀ ਭਾਰਤੀ ਚੋਣ ਕਮਿਸ਼ਨ ਨਾਲ ਕਿਸਨੇ ਸਹਿਯੋਗ ਕੀਤਾ ਹੈ? ਹੂ ਹੈਜ਼ ਦੀ ਕੈਲੋਬਰੇਟ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਟੂ ਪ੍ਰੋਵਾਈਡ ਆਥੋਰੇਟਿਵ ਇਨਫੋਰਮੇਸ਼ਨ ਔਨ ਵੋਟਿੰਗ ਪ੍ਰੋਗਰੈਸ ਟੂ ਅਪਕਮਿੰਗ ਜਨਰਲ ਇਲੈਕਸ਼ਨ? ਕਿਹਨੇ ਕੀਤਾ ਜੀ ਇਹ? ਆਪਸ਼ਨ ਡੀ ਕਰੈਕਟ ਆਂਸਰ, ਗੂਗਲ ਨੇ। ਕਿਹਨੇ ਟਾਈ ਅਪ ਕੀਤਾ ਜੀ? ਗੂਗਲ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਟਾਈ ਅਪ ਕੀਤਾ। ਗੂਗਲ ਨੇ ਪਾਰਟਨਰਸ਼ਿਪ ਕੀਤੀ ਹੈ ਜੀ ਇਲੈਕਸ਼ਨ ਕਮਿਸ਼ਨ ਨਾਲ, ਠੀਕ ਹੈ ਜੀ। ਅਪਕਮਿੰਗ ਜਿਹੜੇ ਇਲੈਕਸ਼ਨ ਆ ਰਹੇ ਨੇ MPs ਦੇ ਇਲੈਕਸ਼ਨ ਆ ਰਹੇ ਨੇ, ਮੈਂਬਰ ਆਫ ਪਾਰਲੀਮੈਂਟ ਦੇ, ਠੀਕ ਹੈ ਜੀ। ਇਹਨਾਂ ਨੇ ਕਿ ਜਿਹੜੀਆਂ ਯੂਟਿਊਬ 'ਤੇ ਵੀਡੀਓ ਆਉਂਦੀਆਂ ਨੇ ਜਾਂ ਗੂਗਲ 'ਤੇ ਵੀਡੀਓ ਆਉਂਦੀਆਂ ਨੇ, ਜਿਹੜੀਆਂ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਦੇ ਵਿੱਚ ਜਿਹੜੀ ਕਿ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਜਾਂਦੀ ਹੈ, ਜਾਂ ਕੋਈ ਕੋਈ ਕੁਛ ਮਤਲਬ ਕੋਈ ਆਪਦੀ ਉਹ ਕਰਦਾ ਗਾ ਪ੍ਰਚਾਰ ਕਰਦਾ, ਜਾਂ ਕੋਈ ਕਿਸੇ ਦੇ ਧਰਮ ਬਾਰੇ ਜਾਂ ਕਿਸੇ ਧਾਰਮਿਕ ਵੋਟਾਂ ਮੰਗਦਾ, ਉਸ ਨੂੰ ਚੀਜ਼ ਨੂੰ ਹਟਾਉਣ ਲਈ ਇਹਨਾਂ ਨੇ ਗੂਗਲ ਨਾਲ ਟਾਈ ਅਪ ਕੀਤਾ, ਠੀਕ ਹੈ ਜੀ। 10 ਨਵੀਆਂ ਵੰਦੇ ਭਾਰਤ ਟ੍ਰੇਨਾਂ ਹਾਲ ਹੀ ਵਿੱਚ ਚਾਲੂ ਹੋਣ ਜਾ ਰਹੀਆਂ ਹਨ, ਪੂਰੇ ਭਾਰਤ ਵਿੱਚ ਕਿੰਨੀਆਂ ਵੰਦੇ ਭਾਰਤ ਟ੍ਰੇਨਾਂ ਹਨ? 10 ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਹਾਲ ਹੀ ਵਿੱਚ ਚਾਲੂ ਹੋਣ ਦੇ ਨਾਲ ਹੁਣ ਪੂਰੇ ਭਾਰਤ ਵਿੱਚ ਕਿੰਨੀਆਂ ਟ੍ਰੇਨਾਂ ਜੀ? 102 ਵੰਦੇ ਭਾਰਤ ਟ੍ਰੇਨਾਂ ਕਿੰਨੀਆਂ ਜੀ? 102 ਟ੍ਰੇਨਾਂ ਨੇ, ਠੀਕ ਹੈ ਜੀ। 10 ਨਵੀਆਂ ਵੰਦੇ ਭਾਰਤ ਟ੍ਰੇਨਾਂ ਚੱਲੀਆਂ ਜਾਣਗੀਆਂ ਜੀ ਅਹਿਮਦਾਬਾਦ ਤੋਂ, ਟੋਟਲ 102 ਹੋ ਜਾਣਗੀਆਂ ਜੀ। ਵੰਦੇ ਭਾਰਤ ਟ੍ਰੇਨਾਂ 250 ਜ਼ਿਲ੍ਹਿਆਂ ਨੂੰ ਕਵਰ ਕਰਦੀਆਂ ਨੇ। ਪਹਿਲਾਂ ਜਿਹੜੀ ਇਹ ਵੰਦੇ ਭਾਰਤ ਐਕਸਪ੍ਰੈਸ ਦੇ ਸੈਰਾਮਣੀ ਸੀਗੀ 2019 ਦੇ ਵਿੱਚ ਕੀਤੀ ਗਈ ਸੀ, ਫਰਵਰੀ 2019 ਦੇ ਵਿੱਚ। ਭਾਰਤੀ ਚੋਣ ਕਮਿਸ਼ਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ PWD ਸ਼੍ਰੇਣੀਆਂ ਲਈ ਰਾਸ਼ਟਰੀ ਪ੍ਰਤੀਕ ਵਜੋਂ ਕਿਸ ਨੂੰ ਨਾਮ ਦਿੱਤਾ ਗਿਆ? ਹੂ ਵਾਸ ਦੀ ਨੇਮ ਦੀ ਨੈਸ਼ਨਲ ਆਈਕੋਨ ਇਨ ਦੀ PWD ਕੈਟਾਗਰੀ ਬਾਈ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਬੋਰਡ ਆਫ ਕੰਟਰੋਲ ਫੋਰ ਕ੍ਰਿਕਟ ਇਨ ਇੰਡੀਆ? ਕਿਹਨੇ ਕੀਤਾ ਗਿਆ ਜੀ ਇਹ? ਕੀਤਾ ਗਿਆ ਜੀ ਆਪਸ਼ਨ ਸੀ ਕਰੈਕਟ ਆਂਸਰ, ਸ਼ੀਤਲਾ ਦੇਵੀ ਨੂੰ ਨਿਯੁਕਤ ਕੀਤਾ ਗਿਆ ਜੀ। PWD ਮਤਲਬ ਕਿ ਜਿਹੜੇ ਅਪਾਹਜ ਹੁੰਦੇ ਆ ਉਹਨਾਂ ਨੂੰ, ਉਹਨਾਂ ਦੇ ਪ੍ਰਤੀਕ ਵਜੋਂ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਅਤੇ BCCI ਨੇ ਨਿਯੁਕਤ ਕੀਤਾ ਸ਼ੀਤਲਾ ਦੇਵੀ ਨੂੰ। ਇਹਦੇ ਡਿਟੇਲ ਲਿਖ ਲੈਂਦੇ ਹਾਂ ਜੀ। ਸ਼ੀਤਲਾ ਦੇਵੀ ਜਿਹੜੀ ਆ ਪੈਰਾ ਆਰਚਰ ਆ ਜੀ, ਪੈਰਾ ਆਰਚਰ ਮਤਲਬ ਜਿਹੜੀ ਇੱਕ ਹੁਣੇ ਹਾਲ ਹੀ ਦੇ ਵਿੱਚ ਤੁਸੀਂ ਯੰਗ ਜੀ ਗਰਲ ਨੂੰ ਤੁਸੀਂ ਦੇਖਿਆ ਹੋਏਗਾ ਕਿ ਉਹ ਆਪਣੇ ਉਹਦੇ ਹੱਥ ਨਹੀਂ ਹੈਗੇ ਦੋਨੇ ਪੈਰਾਂ ਨਾਲ ਤੀਰ ਅੰਦਾਜ਼ੀ ਕਰਦੀ ਹੈ, ਠੀਕ ਹੈ ਜੀ। ਉਹਨੂੰ BCCI ਨੇ PWD ਕੈਟਾਗਰੀ ਦੀ ਬ੍ਰਾਂਡ ਐਂਬੈਸਡਰ ਨਿਯੁਕਤ ਕੀਤਾ ਗਿਆ, ਠੀਕ ਹੈ ਜੀ। ਉਹ ਕਿੱਥੋਂ ਕਿਹੜੀ ਕਿਹੜੀ ਐਸੋਸੀਏਸ਼ਨ ਦੇ ਸੰਪਰਕ ਦੇ ਵਿੱਚ ਆ ਜੀ? ਉਹ ਹੈਗੀ ਜੀ ਦਿੱਲੀ ਕ੍ਰਿਕਟ, ਇੰਡੀਅਨ ਡੀਪ ਕ੍ਰਿਕਟ ਐਸੋਸੀਏਸ਼ਨ ਟੀਮ ਦਿੱਲੀ ਦੀ, ਅਤੇ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਟੀਮ ਆ ਗਈ ਜਿਹੜੀ ਇਹਨਾਂ ਦੀ, ਠੀਕ ਹੈ ਜੀ। ਇਹ ਕਦੋਂ ਕੀਤਾ ਗਿਆ ਸੀਗਾ ਜੀ? ਇਹ ਕੀਤਾ ਗਿਆ ਸੀਗਾ 16 ਮਾਰਚ 2024 ਨੂੰ ਨਵੀਂ ਦਿੱਲੀ ਦੇ ਵਿੱਚ।
ਅਗਲਾ ਕੁਐਸਚਨ, ਪੋਸਟਲ ਬੈਲਟ ਦੁਆਰਾ ਵੋਟਿੰਗ ਸਹੂਲਤ ਲਈ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਉਮਰ ਕਿੰਨੀ ਹੈ? ਆਪਾਂ ਹੁਣੇ ਕੁਐਸਚਨ ਕਰਕੇ ਆਏ ਹਾਂ ਨਾ ਜੀ, ਲਾਸਟ ਦੇ ਵਿੱਚ ਕਿੰਨੇ ਸਾਲ ਦੇ ਬਜ਼ੁਰਗਾਂ ਨੂੰ ਉਹ ਕੀਤਾ ਗਿਆ ਜੀ ਕਿ ਪੋਸਟਲ ਬੈਂਕ ਰਾਹੀਂ ਉਹ ਆਪਣੀ ਵੋਟ ਪਾ ਸਕਦੇ ਨੇ, ਉਹ ਕਰ ਸਕਦੇ ਨੇ? ਆਪਸ਼ਨ ਸੀ ਕਰੈਕਟ ਆਂਸਰ 85 ਸਾਲ। ਪਹਿਲਾਂ ਇਹ ਉਮਰ ਕਿੰਨੀ ਹੁੰਦੀ ਸੀਗੀ ਜੀ? 80 ਸਾਲ ਹੁੰਦੀ ਸੀਗੀ। ਕਿੰਨੇ ਪਰਸੈਂਟ ਕੈਟੇਗਰੀ ਦੇ, ਮਤਲਬ ਕਿ PWU ਜਿਹੜੇ ਅਪਾਹਜ ਨੇ, ਕਿੰਨੇ ਕੈਟੇਗਰੀ ਦੇ ਡਿਸੇਬਲਡ ਹੋਣੇ ਚਾਹੀਦੇ ਆ ਜਿਹੜੇ ਕਿ ਬੈਲਟ ਪੇਪਰ ਰਾਹੀਂ ਵੋਟਾਂ ਪਾ ਸਕਦੇ ਨੇ? 40%। ਠੀਕ ਹੈ ਜੀ, ਇਹਦੇ ਵਿੱਚ ਜ਼ਿਆਦਾ ਕੁਛ ਨਹੀਂ ਹੈਗਾ। ਇੱਕ ਇਹਦੇ ਵਿੱਚ ਡਿਟੇਲ ਵਿੱਚ ਦੇਖ ਲਓ ਤੁਸੀਂ, ਜਿਹੜੀ 61st ਅਮੈਂਡਮੈਂਟ ਹੋਈ ਸੀ 1988 ਦੇ ਵਿੱਚ, ਉਦੋਂ ਵੋਟਿੰਗ ਏਜ ਨੂੰ ਘਟਾ ਕੇ ਕਿੰਨਾ ਕਰ ਦਿੱਤਾ ਗਿਆ ਸੀਗਾ? 21 ਸਾਲ ਤੋਂ 18 ਸਾਲ ਕਰ ਦਿੱਤਾ ਗਿਆ ਸੀ। ਯੂਨਾਈਟਿਡ ਕਿੰਗਡਮ ਵਿੱਚ ਸਰਕਾਰ ਦਾ ਪਹਿਲਾ ਕਾਲਾ ਨੇਤਾ ਕੌਣ ਬਣਿਆ ਜੀ? ਕੌਣ ਬਣਿਆ ਜੀ, ਬਲੈਕ ਲੀਡਰ ਕੌਣ ਬਣੇ ਨੇ? ਆਪਸ਼ਨ ਵੋਂਗਨ ਗੈਦਿੰਗ ਬਣੇ ਨੇ। ਕੌਣ ਬਣੇ ਜੀ? ਵੋਂਗਨ ਗੈਦਿੰਗ ਬਣੇ ਨੇ ਪਹਿਲੇ ਬਲੈਕ ਲੀਡਰ। ਹੂ ਸੁਕਸੀਡ ਡਾਕਟਰ ਆਰਿਫ ਅਲੀਵੀ ਐਜ ਦੀ ਪ੍ਰੈਜੀਡੈਂਟ ਆਫ ਪਾਕਿਸਤਾਨ? ਠੀਕ ਹੈ ਜੀ, ਡਾਕਟਰ ਆਰਿਫ ਅਲੀਵੀ ਐਜ ਦੀ ਪ੍ਰੈਜੀਡੈਂਟ ਆਫ ਪਾਕਿਸਤਾਨ, ਇਹ ਕਿੰਨੇ ਦੱਸਿਆ ਸੀਗਾ ਜੀ? ਇਹ ਦੱਸਿਆ ਆਪਸ਼ਨ ਡੀ ਆਸਿਫ ਅਲੀ ਜ਼ਾਰਾਦਰੀ ਨੇ। ਠੀਕ ਹੈ ਜੀ, ਜਿਹੜੇ ਟੇ ਲਿਖ ਲੈਂਦੇ ਹਾਂ, ਆਸਿਫ ਅਲੀ ਜ਼ਾਰਾਦਰੀ ਬਿਕਮ ਪਾਕਿਸਤਾਨ ਦੇ 14ਵੇਂ ਪ੍ਰੈਜੀਡੈਂਟ ਸੀਗੇ ਜੀ, ਇਲੈਕਸ਼ਨ ਜਿੱਤ ਚੁੱਕੇ ਨੇ। ਇਹਨਾਂ ਨੇ ਸਕਸੀਡ ਕੀਤਾ ਜੀ ਡਾਕਟਰ ਆਰਿਫ ਅਲੀ ਨੂੰ। ਠੀਕ ਹੈ ਜੀ, ਜਿਹੜੀ ਰੈੱਡ ਕ੍ਰਿਫ ਲਾਈਨ ਆ ਉਹ ਇੰਡੀਆ ਅਤੇ ਪਾਕਿਸਤਾਨ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਆ। ਜਿਹੜੇ ਪਾਕਿਸਤਾਨ ਦੇ ਨਾਲ ਤਿੰਨ ਸਟੇਟਾਂ ਲੱਗਦੀਆਂ ਨੇ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ। 4 ਸਟੇਟਾਂ ਲੱਗਦੀਆਂ ਨੇ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਪੰਜਾਬ। ਟੋਟਲ ਲੈਂਥ ਬਾਰਡਰ ਦੀ ਕਿੰਨੀ ਹੈ ਜੀ? 3,323 ਕਿਲੋਮੀਟਰ ਟੋਟਲ ਲੈਂਥ ਆ ਪਾਕਿਸਤਾਨ ਅਤੇ ਇੰਡੀਆ ਬਾਰਡਰ ਦੀ। ਅਗਲੇ ਕੁਐਸਚਨ ਚੱਲਦੇ ਹਾਂ ਜੀ। ਆਪਣੀਆਂ ਹਾਲ ਹੀ ਚੋਣਾਂ ਦੀ ਜਿੱਤ ਤੋਂ ਬਾਅਦ ਵਲਾਦੀਮੀਰ ਪੁਤਿਨ ਕਿੰਨੇ ਸਾਲਾਂ ਸੱਤਾ ਵਿੱਚ ਰਹੇ ਹਨ? ਜਿਹੜੇ ਹੁਣ ਵਲਾਦੀਮੀਰ ਪੁਤਿਨ ਆ, ਜਿਹੜੇ ਰਸ਼ੀਆ ਦੇ ਉਹ ਨੇ ਜੀ, ਪ੍ਰਧਾਨ ਮੰਤਰੀ ਨੇ ਜਾਂ ਪ੍ਰੈਜੀਡੈਂਟ ਨੇ, ਉਹ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਪ੍ਰੈਜੀਡੈਂਟ ਵੀ ਬਣ ਚੁੱਕੇ ਨੇ। ਕਿੰਨੇ ਸਾਲ ਉਹਨਾਂ ਨੇ ਰਾਜ ਕੀਤਾ ਜੀ? ਦੋਨਾਂ ਟਰਮਾਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ 24 ਸਾਲ ਰਾਜ ਕੀਤਾ ਜੀ। ਹੁਣ ਫਿਰ ਦੁਬਾਰਾ ਉਹ ਰੀਇਲੈਕਟ ਹੋ ਚੁੱਕੇ ਨੇ। ਠੀਕ ਹੈ ਜੀ, ਉਹਨਾਂ ਨੇ ਜਿਹੜੇ ਵਲਾਦੀਮੀਰ ਪੁਤਿਨ ਆ ਰਸ਼ੀਅਨ ਦੇ ਬਿਲੋਂਗ ਕਰਦੇ ਨੇ। ਠੀਕ ਹੈ ਜੀ, ਉਹਨਾਂ ਨੂੰ 76.10% ਵੋਟਾਂ ਨਾਲ ਉਹਨਾਂ ਨੂੰ ਇਹ ਜਿੱਤ ਪ੍ਰਾਪਤ ਹੋਈ ਆ। ਵਿਅਕਤੀਗਤ ਡੇਟਾ ਨੂੰ ਸੁਰੱਖਿਅਤ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਕਿਸ ਖੇਤਰ ਵਿੱਚ ਸਰਬਸੰਮਤੀ ਨਾਲ ਆਪਣਾ ਪਹਿਲਾ ਗਲੋਬਲ ਮਤਾ ਪਾਸ ਕੀਤਾ ਜੀ? ਇਹਨਾਂ ਵਿੱਚ ਫੀਲਡ ਡਿਡ ਦੀ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਅਨਮਾਈਸਲੀ ਅਡੋਪਟ ਦੀ ਫਸਟ ਗਲੋਬਲ ਰੈਜੂਲੇਸ਼ਨ ਟੂ ਇਨਕਰੇਜ ਦੀ ਪ੍ਰੋਟੈਕਸ਼ਨ ਆਫ ਪਰਸਨਲ ਡਾਟਾ ਐਂਡ ਦੀ ਸੇਫਗਾਰਡ ਹਿਊਮਨ ਰਾਈਟ। ਜਿਹੜੇ ਵਿਅਕਤੀਗਤ ਡਾਟਾ ਨੂੰ ਜਿਹੜੇ ਸੁਰੱਖਿਅਤ ਰੱਖਣ ਲਈ ਗਲੋਬਲ ਮਤਾ ਪਾਸ ਕੀਤਾ ਗਿਆ ਜੀ, ਕਿੰਨੇ ਕੀਤਾ ਜੀ ਇਹ ਕੀਤਾ? ਆਪਸ਼ਨ ਬੀ ਕਰੈਕਟ ਆਂਸਰ, ਆਰਟੀਫਿਸ਼ਲ ਇੰਟੈਲੀਜੈਂਸੀ ਲਈ ਕੀਤਾ ਗਿਆ ਜੀ ਇਹ ਮਤਾ ਪਾਸ, ਤਾਂ ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਦਾ ਮਿਸਯੂਜ ਨਾ ਹੋ ਸਕੇ। ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਨੇ ਇਹ ਇਹਨਾਂ ਨਾਲ ਟਾਈਪ ਕੀਤਾ ਜੀ ਆਰਟੀਫਿਸ਼ਲ ਇੰਟੈਲੀਜੈਂਸੀ ਨਾਲ। ਠੀਕ ਹੈ ਜੀ, UNG ਮਤਲਬ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਦੀ ਹੈੱਡਕੁਆਰਟਰ ਕਿੱਥੇ? ਨਿਊਯਾਰਕ। ਇਹ ਇਸਟੈਬਲਿਸ਼ ਕਦੋਂ ਹੋਇਆ ਜੀ? 1945। ਇਹਦੇ ਚੇਅਰਮੈਨ ਕੌਣ ਨੇ? ਟੈਨਿਸ ਫਰਾਂਸਿਕ ਇਹਦੇ ਚੇਅਰਮੈਨ ਨੇ। ਠੀਕ ਹੈ ਜੀ, ਇਹਦੇ UN ਇਹਦੇ ਇੰਡੀਆ ਦੇ ਜਿਹੜੇ ਉਹ ਹੁੰਦੇ ਵਿਚੋਲਾ ਹੁੰਦਾ ਹੈਗਾ, ਜਿਹਨੂੰ ਕਹਿ ਦਿੰਦੇ ਆ ਜੀ ਅੰਬੈਸਡਰ ਕਹਿ ਦਿੰਦੇ ਆ, ਜਾਂ ਉਹ ਕਹਿ ਦਿੰਦੇ ਆ ਅੰਬੈਸਡਰ ਹੀ ਕਹਿ ਦਿੰਦੇ ਆ,
ਉਹਨੂੰ ਕਹਿੰਦੇ ਆ ਉਹ ਨੇ ਰੁਚਿਰਾ ਕੰਬੋਜ ਨੇ ਜਨਰਲ ਅਸੈਂਬਲੀ ਦੇ। ਅਮੁਲ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਕਾਰੋਬਾਰ ਕਿਸ ਦੇਸ਼ ਵਿੱਚ ਸ਼ੁਰੂ ਕੀਤਾ ਜੀ? ਇਹ ਕੀਤਾ ਜੀ ਇਹਨਾਂ ਨੇ, ਇੱਕ ਤਾਂ ਆਪਸ਼ਨ ਸੀ ਕਰੈਕਟ ਆਂਸਰ, ਅਮੈਰੀਕਾ ਦੇ ਵਿੱਚ ਸ਼ੁਰੂ ਕੀਤਾ। ਭਾਰਤੀ ਡੇਅਰੀ ਬ੍ਰਾਂਡ ਅਮੂਲ ਅਮੈਰੀਕਾ ਨੇ ਉਤਪਾਦ ਦੇ ਨਿਰਮਾਣ ਕਰਕੇ ਆਪਣਾ ਪਹਿਲਾ ਅੰਤਰਰਾਸ਼ਟਰੀ ਕਾਰੋਬਾਰ ਸ਼ੁਰੂ ਕੀਤਾ ਹੈ। ਅਮੂਲ ਦੀ ਫੁੱਲ ਫਾਰਮ ਕੀ ਹੈ ਜੀ? ਆਨੰਦ ਮਿਲਕ ਯੂਨੀਅਨ ਲਿਮਿਟਡ। ਕੀ ਫੁੱਲ ਫਾਰਮ ਹੈ ਜੀ? ਆਨੰਦ ਮਿਲਕ ਯੂਨੀਅਨ ਲਿਮਿਟਡ। ਅਸਟੈਬਲਿਸ਼ ਕਦੋਂ ਹੋਇਆ ਜੀ? 1946 ਦੇ ਵਿੱਚ। ਫਾਊਂਡ ਕਿਹਨੇ ਕੀਤਾ ਜੀ ਇਹ? ਇਹ ਕੀਤਾ ਜੀ ਟ੍ਰਾਈਬ ਤ੍ਰਿਭੂ ਵੰਦਸ ਪਟੇਲ ਨੇ। ਕਿਹਨੇ ਕੀਤਾ ਜੀ? ਫਾਊਂਡਰ ਕਿਹਨੇ ਕੀਤੇ ਸੀ? ਇਹਦੇ ਫਾਊਂਡਰ ਕੌਣ ਸੀਗੇ? ਤ੍ਰਿਭੂ ਵੰਦਸ ਪਟੇਲ ਸੀਗੇ। ਹੈੱਡਕੁਆਟਰ ਕਿੱਥੇ ਹੈ ਜੀ ਇਹਦਾ? ਗੁਜਰਾਤ ਦੇ ਵਿੱਚ, ਆਨੰਦ ਗੁਜਰਾਤ। ਇਹਦੀ ਟੈਗਲਾਈਨ ਕੀ ਹੈ ਜੀ ਅਮੁਲ ਦੀ? ਟੇਸਟ ਆਫ ਇੰਡੀਆ, ਟੈਸਟ ਆਫ ਇੰਡੀਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਬਾਲਟੀਮੋਰ ਬ੍ਰਿਜ ਕਿਸ ਦੇਸ਼ ਵਿੱਚ ਹੈ ਜੋ ਹਾਲ ਹੀ ਵਿੱਚ ਖਬਰਾਂ 'ਚ ਸੀਗਾ? ਕਿਹੜੇ ਦੇਸ਼ ਵਿੱਚ ਹੈ ਜੀ ਇਹ? ਆਪਸ਼ਨ ਬੀ ਕਰੈਕਟ ਆਂਸਰ, USA ਦੇ ਵਿੱਚ ਹੈ ਜੀ ਇਹ। ਇਹ ਕਿਉਂ ਹੈ ਜੀ? ਇੱਥੇ ਮੇਜਰ ਐਕਸੀਡੈਂਟ ਹੋਇਆ ਸੀ ਬਾਲਟੀਮੋਰ ਦੇ ਵਿੱਚ, ਜਿਹੜੀ ਇੱਕ ਸ਼ਿਪ ਸੀਗੀ ਜਿਹਨੂੰ ਕਾਰਗੋ ਸ਼ਿਪ ਕਹਿ ਦਿੰਦੇ, ਜਿਹਦੇ ਵਿੱਚ ਮਤਲਬ ਕਿ ਸਮਾਨ ਐਕਸਪੋਰਟ ਇੰਪੋਰਟ ਕੀਤਾ ਜਾਂਦਾ ਹੈਗਾ, ਉਹ ਇੱਕ ਬ੍ਰਿਜ ਦੇ ਨਾਲ ਟਕਰਾ ਗਈ ਸੀਗੀ। ਠੀਕ ਹੈ ਜੀ। ਉਹ ਬ੍ਰਿਜ ਦਾ ਨਾਮ, ਬ੍ਰਿਜ ਕਿਹੜੀ ਰਿਵਰ 'ਤੇ ਹੈ ਜੀ? ਉਹ ਹੈਗਾ ਜੀ ਪੈਟਰੈਕੋ ਰਿਵਰ 'ਤੇ, ਪੈਟਰੈਕੋ ਰਿਵਰ 'ਤੇ। ਬ੍ਰਿਜ ਕਦੋਂ ਬਿਲਟ ਕੀਤਾ ਗਿਆ ਸੀਗਾ, ਕਦੋਂ ਬਣਾਇਆ ਗਿਆ ਸੀ? 1977 ਦੇ ਵਿੱਚ ਇਹ ਬ੍ਰਿਜ ਬਣਾਇਆ ਗਿਆ ਸੀ। ਕਿਸ ਦੇਸ਼ ਨੇ ਭਾਰਤ ਨਾਲ ਰੁਪਏ ਵਿੱਚ ਵਪਾਰ ਕਰਨ ਦੀ ਸਹਿਮਤੀ ਦਿੱਤੀ ਹੈ? ਮਤਲਬ ਕਿ ਕਿਹੜਾ ਦੇਸ਼ ਹੈ ਜਿਹਨੇ ਭਾਰਤੀ ਰੁਪਈਏ ਦੀ ਕਰੰਸੀ ਦੇ ਵਿੱਚ ਵਪਾਰ ਦੀ ਸਹਿਮਤੀ ਕੀਤੀ ਹੈ ਜੀ? ਇਹ ਕੀਤੀ ਹੈ ਆਪਸ਼ਨ ਸੀ ਕਰੈਕਟ ਆਂਸਰ, ਇੰਡੋਨੇਸ਼ੀਆ ਨੇ। ਓਬਜੈਕਟ ਕੀ ਹੈ ਜੀ ਜਿਹੜਾ ਇਹਦਾ? ਇੰਡੀਆ IDR ਯੂਜ ਟੂ ਕ੍ਰੋਸ ਬਾਰਡਰ ਟ੍ਰਾਂਜੈਕਸ਼ਨ। ਠੀਕ ਹੈ ਜੀ। ਇਹ MOU ਸਾਈਨ ਕਿਹਦੇ ਵਿੱਚ ਹੋਇਆ? RBI ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਇੰਡੋਨੇਸ਼ੀਆ ਦੇ ਗਵਰਨਰ ਪੈਰੀ ਵਾਰੀਗੋ ਦੇ ਵਿਚਕਾਰ। ਜਿਹੜੇ ਸ਼ਕਤੀਕਾਂਤ ਦਾਸ ਨੇ 25th ਗਵਰਨਰ ਨੇ, 24th ਗਵਰਨਰ ਸੀਗੇ ਆਪਣੇ ਉਰਜਿਤ ਪਟੇਲ। ਠੀਕ ਹੈ ਜੀ। ਫਸਟ ਗਵਰਨਰ ਕੌਣ ਸੀਗੇ ਜੀ? ਔਸਬੋਰਨ ਸਮਿਥ। ਠੀਕ ਹੈ ਜੀ। ਜੇ ਪੁੱਛਣ ਪਹਿਲੇ ਭਾਰਤੀ ਗਵਰਨਰ ਜਨਰਲ ਕੌਣ ਸੀਗੇ ਜੀ, ਉਹਨਾਂ ਦਾ ਸੀਰੀਅਲ ਨੰਬਰ ਕੀ ਸੀਗਾ? ਉਹ ਸੀਗੇ 3rd ਨੰਬਰ ਦੇ ਸੀਗੇ ਜੀ। ਭਾਰਤੀ ਗਵਰਨਰ ਜਨਰਲ ਕੌਣ ਸੀਗੇ ਪਹਿਲੇ? CD ਦੇਸ਼ਮੁਖ। ਠੀਕ ਹੈ ਜੀ। ਇੰਡੋਨੇਸ਼ੀਆ ਦੀ ਕੈਪੀਟਲ ਕੀ ਹੋ ਜਾਂਦੀ ਹੈ? ਜਕਾਰਤਾ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਇਹਨਾਂ ਦੀ ਕਰੰਸੀ ਕੀ ਹੋ ਜਾਂਦੀ ਹੈ? ਰੁਪਈਆ, ਰੁਪਏ। ਪ੍ਰੈਜੀਡੈਂਟ ਕੌਣ ਹੋ ਜਾਂਦੇ? ਪ੍ਰੈਬੋ ਸੁਬੀਅਨ। ਕੌਣ ਹੋ ਜਾਂਦੇ? ਪ੍ਰੈਬੋ ਸੁਬੀਅਨ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹਾਲ ਹੀ ਵਿੱਚ ਕਿਹੜਾ ਦੇਸ਼ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦਾ 32ਵਾਂ ਮੈਂਬਰ ਬਣ ਗਿਆ? ਕਿਹੜਾ ਕਹਿੰਦਾ ਮਤਲਬ ਕਿ ਕਿਹੜਾ ਨਾਟੋ ਦਾ ਹਾਲ ਹੀ ਦੇ ਵਿੱਚ ਮੈਂਬਰ ਬਣ ਗਿਆ 32ਵਾਂ? ਨਾਟੋ ਦੀ ਫੁੱਲ ਫਾਰਮ ਹੈਗੀ ਹੈ ਜੀ ਨੌਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਕੌਣ ਬਣਿਆ ਜੀ? ਇਹਦਾ ਆਂਸਰ ਆ ਜਾਏਗਾ ਆਪਸ਼ਨ ਏ ਕਰੈਕਟ ਆਂਸਰ, ਸਵੀਡਨ। ਕੀ ਇਹ ਆਂਸਰ ਆ ਜਾਏਗਾ? ਆਪਸ਼ਨ ਏ ਕਰੈਕਟ ਆਂਸਰ, ਸਵੀਡਨ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਕਿਹੜਾ ਦੇਸ਼ ਹਾਲ ਹੀ ਵਿੱਚ ਵਿਸ਼ਵ ਪੱਧਰ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਉਤਪਾਦਕ ਵਜੋਂ ਉੱਭਰਿਆ ਹੈ? ਪਹਿਲੇ ਤਾਂ ਕਿਹੜਾ ਦੇਸ਼ ਹੈ ਜੀ ਜਿਹੜਾ ਸਭ ਤੋਂ ਜ਼ਿਆਦਾ ਮੋਬਾਈਲ ਬਣਾਉਂਦਾ? ਪਹਿਲੇ ਤਾਂ ਹੈਗਾ ਜੀ ਚਾਈਨਾ। ਕਿਹੜਾ ਜੀ? ਚਾਈਨਾ। ਸੈਕਿੰਡ 'ਤੇ ਕੌਣ ਆ ਜੀ? ਇੰਡੀਆ ਆ ਗਿਆ ਜੀ। ਠੀਕ ਹੈ ਜੀ। ਇਹ ਡਿਟੇਲ ਦੇਖ ਲੈਂਦੇ ਹਾਂ। ਮੋਬਾਈਲ ਫੋਨ ਸੈਕਟਰ ਦੇ ਆਜ਼ਾਦ 2014 ਵਿੱਚ 78% ਤੋਂ ਘਟਾ ਕੇ 2024 ਤੱਕ 3% ਕਰ ਦਿੱਤੀ ਗਈ ਹੈ। ਮਤਲਬ ਕਿ ਜਿਹੜੇ ਬਾਹਰੋਂ ਫੋਨ ਆਉਂਦੇ ਸੀਗੇ 2014 ਤੋਂ ਪਹਿਲਾਂ 78% ਆਉਂਦੇ ਸੀ, ਪਰ ਹੁਣ 2024 ਦੇ ਵਿੱਚ 3% ਆਉਂਦੇ ਹਨ। ਭਾਰਤ ਨੇ ਮੋਬਾਈਲ ਫੋਨ ਉਤਪਾਦਨ ਲਈ 97% ਸਵੈ ਨਿਰਭਰਤਾ ਹਾਸਲ ਕਰਤੀ ਹੈ। ਠੀਕ ਹੈ ਜੀ। ਭਾਰਤ ਵਿੱਚ ਵਿਕਣ ਵਾਲੇ ਕੁੱਲ ਮੋਬਾਈਲਾਂ ਦੀ ਫੁੱਲ ਗਿਣਤੀ ਹੈਗੀ 3% ਆ। ਠੀਕ ਹੈ ਜੀ। ਜਿਹੜੇ ਸਿਰਫ ਬਾਹਰੋਂ 3% ਆਉਂਦੇ ਨੇ। ਠੀਕ ਹੈ ਜੀ। ਇਹ ਡਾਟਾ ਕਿਹਨੇ ਕੀਤਾ ਜੀ? ਇਲੈਕਟ੍ਰੋਨਿਕਸ ਨਿਰਮਾਣ ਇਕੋਸਿਸਟਮ ਦੇ ਮਹੱਤਵਪੂਰਨ ਵਾਧਾ ਦਰਸਾਇਆ ਹੈ। ਠੀਕ ਹੈ ਜੀ। ਅਗਲਾ ਕੁਸ਼ਚਨ, ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੇ ਅਨੁਸਾਰ ਕਿਸ ਭਾਰਤੀ ਹਵਾਈ ਅੱਡੇ ਨੂੰ ਪਹੁੰਚਣ 'ਤੇ ਸਭ ਤੋਂ ਵਧੀਆ
ਹੋਣ ਲਈ ਮਾਨਤਾ ਮਿਲੀ ਹੈ। ਕਿਹੜਾ ਸਭ ਤੋਂ ਵਧੀਆ ਏਅਰਪੋਰਟ ਆ ਜੀ? ਇਹ ਆ ਜਾਂਦਾ ਜੀ ਆਪਸ਼ਨ ਸੀ, ਕਰੈਕਟ ਆਨਸਰ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਬੰਗਲੌਰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਕਿਹੜੇ ਦੋ ਕਮਾਲ ਦੇ ਪੱਤਰਕਾਰ ਨੇ ਜਿਹਨਾਂ ਨੇ ਸਾਂਝੇ ਤੌਰ 'ਤੇ ਸਾਲ ਦੀ ਉੱਤਮ ਮਹਿਲਾ ਮੀਡੀਆ ਪਰਸਨਲ ਲਈ ਚਮੇਲੀ ਦੇਵੀ ਜੈਨ ਅਵਾਰਡ 2024 ਮਿਲਿਆ ਜੀ? ਇਹਨੇ ਆਪਸ਼ਨ ਬੀ ਕਰੈਕਟ ਆਨਸਰ ਗ੍ਰੀਸ਼ਮਾ ਕੁੱਥਰ ਅਤੇ ਰਿਤਿਕਾ ਚੋਪੜਾ। ਜਿਹੜੇ ਟ੍ਰੇ ਲਿਖ ਲੈਂਦੇ ਹਾਂ ਜੀ, ਇਹ ਪੁਰਸਕਾਰ ਮੀਡੀਆ ਅਤੇ ਮਹਿਲਾ ਪੱਤਰਕਾਰਾਂ ਨੂੰ ਸ਼ਾਨਦਾਰ ਯੋਗਦਾਨ ਲਈ ਮਿਲਦਾ ਹੈ। ਗ੍ਰੀਸ਼ਮਾ ਕੁਠਾਰ ਇੱਕ ਸੁਤੰਤਰ ਪੱਤਰਕਾਰ ਹਨ ਉਸਦੀ ਜਾਂਚ ਰਿਪੋਰਟਿੰਗ ਲਈ ਜਾਣਿਆ ਜਾਂਦਾ ਹੈ, ਮਤਲਬ ਕਿ ਉਸ ਜਾਂਚ ਜਿਹੜੀ ਕਰਕੇ ਫਿਰ ਉਹਦੀ ਰਿਪੋਰਟ ਪੇਸ਼ ਕਰਦੇ ਨੇ। ਜਿਹੜੇ ਰਿਤਿਕਾ ਚੋਪੜਾ ਨੇ ਉਹ ਇੰਡੀਅਨ ਐਕਸਪ੍ਰੈਸ ਨਾਲ ਜੁੜੇ ਹੋਏ ਹਨ, ਪੱਤਰਕਾਰੀ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈ। 2024 ਵਿੱਚ ਪਰ ਉਪਕਾਰੀ ਕੰਮਾਂ ਲਈ ਪੀਵੀ ਨਰਸਿਮਾ ਰਾਓ ਮੈਮੋਰੀਅਲ ਅਵਾਰਡ ਕਿਸ ਨੂੰ ਦਿੱਤਾ ਗਿਆ? ਹੂ ਵਾਸ ਅਵਾਰਡਡ ਦੀ ਪੀਵੀ ਨਰਸਿਮਾ ਰਾਓ ਮੈਮੋਰੀਅਲ ਅਵਾਰਡ ਫੋਰ ਦੀ ਫਿਲੈਂਥੋਰਪੀ ਵਰਕ ਇਨ 2024 ਕਿਹਨੂੰ ਮਿਲਿਆ ਜੀ ਇਹ ਅਵਾਰਡ? ਇਹ ਮਿਲਿਆ ਰਤਨ ਟਾਟਾ ਨੂੰ। ਆਪਸ਼ਨ ਸੀ ਕਰੈਕਟ ਆਨਸਰ ਰਤਨ ਟਾਟਾ ਨੂੰ। ਜਿਹੜੇ ਰਤਨ ਟਾਟਾ ਜੀ ਉਹ ਜਿਹੜਾ ਆਪਣੀ ਸੈਲਰੀ ਦਾ 50% ਜਾਂ 70% ਹਿੱਸਾ ਗਾ ਉਹ ਚੈਰਿਟੀ ਦੇ ਵਿੱਚ ਡੋਨੇਟ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਅਵਾਰਡ ਮਿਲਿਆ। ਠੀਕ ਹੈ ਜੀ। ਕੇ ਜਿਹੜਾ ਹੂ ਵਾਸ ਬੀਨ ਸਿਲੈਕਟਡ ਦੀ 33rd ਐਡੀਸ਼ਨ ਕਿਨਵਾ ਸੀਗਾ 33rd ਸਰਸਵਤੀ ਸਮਾਨ ਹੋਇਆ ਜੀ? ਕੇ ਬਿਰਲਾ ਫਾਊਂਡੇਸ਼ਨ ਦੁਆਰਾ ਦਿੱਤਾ ਗਿਆ ਜੀ। ਇਹ ਕਿਸ ਨੂੰ ਦਿੱਤਾ ਗਿਆ ਜੀ? ਇਹ ਦਿੱਤਾ ਗਿਆ ਆਪਸ਼ਨ ਬੀ ਪ੍ਰਭਾ ਵਰਮਾ ਨੂੰ ਦਿੱਤਾ ਗਿਆ ਜੀ। ਆਪਸ਼ਨ ਬੀ ਕਰੈਕਟ ਆਨਸਰ ਪ੍ਰਭਾ ਵਰਮਾ। ਕਿਸ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਸਰਵ ਉੱਚ ਨਾਗਰਿਕ ਪੁਰਸਕਾਰ ਦ ਆਰਡਰ ਆਫ ਦ ਡਰੁਕ ਗਿਆਲਪੋਂ ਮਿਲਿਆ? ਕਿੱਥੇ ਮਿਲਿਆ ਜੀ ਇਹ ਅਵਾਰਡ ਇਹਨਾਂ ਨੂੰ? ਕਿੱਥੇ ਇਹ ਅਵਾਰਡ ਮਿਲਿਆ ਜੀ? ਇਹ ਅਵਾਰਡ ਕਦੋਂ ਮਿਲਿਆ ਜੀ ਇਹਨਾਂ ਨੂੰ ਦੱਸੋ? ਇਹ ਅਵਾਰਡ ਮਿਲਿਆ ਇਹਨਾਂ ਨੂੰ ਭੂਟਾਨ ਦੇ ਵਿੱਚ। ਆਪਸ਼ਨ ਬੀ ਕਰੈਕਟ ਆਨਸਰ ਭੂਟਾਨ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਮਿਸ ਵਰਲਡ 2024 ਦਾ ਤਾਜ ਕਿਸ ਨੇ ਜਿੱਤਿਆ? ਇਹ ਜਿੱਤਿਆ ਜੀ ਕ੍ਰਿਸਟੀਨਾ ਸਾਇਕਜੋਵਾ ਨੇ। ਕਿਹਨੇ ਜਿੱਤਿਆ ਜੀ? ਕ੍ਰਿਸਟੀਨਾ ਸਾਇਕਜੋਵਾ ਨੇ। ਆਪਸ਼ਨ ਡੀ ਕਰੈਕਟ ਆਨਸਰ। ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਸਿੰਨੀ ਸ਼ੈਟੀ ਨੇ ਵੱਖ ਵੱਖ ਦੇਸ਼ਾਂ ਵਿੱਚ ਲਗਭਗ 120 ਪ੍ਰਤੀਯੋਗੀਆਂ ਨੇ ਭਾਗ ਲਿਆ। ਮਤਲਬ ਕਿ ਜਿਹੜੇ ਇਹ ਪਹਿਲਾਂ ਈਵੈਂਟ ਹੋਇਆ ਕਿਤੇ ਜੀ, ਮਿਸ ਵਰਲਡ ਚੈਂਪੀਅਨਸ਼ਿਪ ਹੋਈ ਕਿਤੇ ਭਾਰਤ ਦੇ ਵਿੱਚ, ਇਹਦੇ ਵਿੱਚ ਕਿੰਨੇ ਟੋਟਲ ਭਾਗ ਲਿਆ ਜੀ? 120 ਜਣਿਆਂ ਨੇ। ਸਾਬਕਾ ਮਿਸ ਵਰਲਡ ਮੇਗਨ ਯੰਗ ਭਾਰਤੀ ਫਿਲਮ ਨਿਰਦੇਸ਼ਕ ਕਰਨ ਜੌਹਰ ਅਤੇ ਇਸ ਪ੍ਰਵਾਗਤ ਦੀ ਮੇਜ਼ਬਾਨੀ ਕੀਤੀ। ਮਤਲਬ ਕਿ ਜਿਹੜੇ ਮੰਚ ਸੰਚਾਲਕ ਕੌਣ ਸੀਗੇ ਜੀ? ਕਰਨ ਜੌਹਰ ਅਤੇ ਸਾਬਕਾ ਮਿਸ ਵਰਲਡ ਮੇਗਨ ਯੰਗ ਨਦੀ ਸੀਗੀ ਉਹ ਮੰਚ ਸੰਚਾਲਕ ਸੀਗੀ ਜੀ। ਠੀਕ ਹੈ ਜੀ। 2024 ਦੇ ਵਿੱਚ ਕ੍ਰਿਸਟੀਨਾ ਪਿਸਕੋਵਾ ਨੇ ਮਿਸ ਵਰਲਡ 2024 ਜਿੱਤੀ। ਠੀਕ ਹੈ ਜੀ। 2023 ਮਿਸ ਵਰਲਡ 2023 ਦਾ ਇਹ 77ਵਾਂ ਐਡੀਸ਼ਨ ਸੀਗਾ। ਠੀਕ ਹੈ ਜੀ। ਜੋ ਕਿ 2024 ਦੇ ਵਿੱਚ ਆਯੋਜਿਤ ਕੀਤਾ ਗਿਆ। ਠੀਕ ਹੈ ਜੀ। ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਮੋਟੈਰੀਅਨ ਦਾ ਅਵਾਰਡ ਮਿਲਿਆ ਜੀ। ਹਿਮੋਮੈਟਰੀਅਨ ਦਾ ਅਵਾਰਡ ਮਿਲਿਆ ਨੀਤਾ ਅੰਬਾਨੀ ਨੂੰ। ਕਿਹੜਾ ਅਵਾਰਡ ਮਿਲਿਆ? ਹਿਮੋਮੈਟਰੀਅਨ ਦਾ ਅਵਾਰਡ ਮਿਲਿਆ। ਮਤਲਬ ਕਿ ਉਹਦੇ ਵਿੱਚ ਜਿਹਦੇ ਵਿੱਚ ਯਾਰ ਸੇਵਾ ਭਾਵਨਾ ਕਰਨ ਦਾ ਉਹ ਹੁੰਦਾ ਨਾ ਉਤਸ਼ਾਹ ਹੁੰਦਾ, ਉਹਨੂੰ ਹਿਮੋਟੇਰੀਅਨ ਅਵਾਰਡ ਮਿਲਦਾ। ਠੀਕ ਹੈ ਜੀ। ਉਹ ਕਿਹਨੂੰ ਮਿਲਿਆ ਜੀ? ਨੀਤਾ ਅੰਬਾਨੀ ਨੂੰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸਿਪਰੀ ਦੀ ਰਿਪੋਰਟ ਅਨੁਸਾਰ ਕਿਹੜਾ ਦੇਸ਼ 2019-2023 ਵਿਚਕਾਰ ਦੁਨੀਆ ਦਾ ਸਭ ਤੋਂ ਵੱਧ ਹਥਿਆਰ ਦਾ ਦਰਮਾਦਕ ਰਿਹਾ ਹੈ? ਕੌਣ ਹੈ ਜੀ? ਆਪਸ਼ਨ ਸੀ ਕਰੈਕਟ ਆਨਸਰ ਇੰਡੀਆ। ਮਤਲਬ ਕਹਿਣ ਦਾ ਮਤਲਬ ਜੀ, ਸਿਪਰੀ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜੀ, ਉਹਦੇ ਵਿੱਚ ਜਿਹੜਾ ਇੰਡੀਆ ਹੈਗਾ ਉਹਨੇ ਸਭ ਤੋਂ ਜ਼ਿਆਦਾ ਆਰਮ ਇੰਪੋਰਟ ਕੀਤੇ ਹੈਗੇ, ਮਤਲਬ ਕਿ ਵੱਖਰੇ ਵੱਖਰੇ ਦੇਸ਼ਾਂ ਤੋਂ ਹਥਿਆਰ ਮੰਗਵਾਏ ਨੇ। ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਪਰ ਇਹ ਤੋਂ ਪਹਿਲਾਂ ਜੀ ਡਿਟੇਲ ਲਿਖ ਲੈਂਦੇ ਹਾਂ ਜੀ। 2019-13 ਤੱਕ ਸਿਪਰੀ ਰਿਪੋਰਟ ਨੇ ਦੱਸਿਆ ਕਿ ਜਿਹੜਾ ਇੰਡੀਆ ਹੈਗਾ ਉਹਨੇ 4.7% ਦੀ ਲਾਗਤ ਨਾਲ ਜਿਹੜੇ ਹਥਿਆਰ ਉਹ ਇੰਪੋਰਟ ਕੀਤੇ ਨੇ।
ਠੀਕ ਆ ਜੀ। ਇਹ ਰਿਪੋਰਟ ਕਿਹਨੇ ਪੇਸ਼ ਕੀਤੀ ਜੀ? ਸਿਪਰੀ ਨੇ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਸਿਪਰੀ ਦੀ ਫੁੱਲ ਫੋਰਮ ਦੱਸਣੀ ਹੈ, ਠੀਕ ਹੈ ਜੀ। ਅਗਲਾ ਕੁਸ਼ਚਨ, ਵਰਲਡ ਹੈਪੀਨੈਸ ਰਿਪੋਰਟ 2024 ਦੇ ਅਨੁਸਾਰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਕਿਹੜਾ ਹੈ? ਅਕੋਰਡਿੰਗ ਟੂ ਵਰਲਡ ਹੈਪੀਨੈਸ ਰਿਪੋਰਟ 2024 ਵਿੱਚ ਇਜ਼ ਦੀ ਹੈਪੀਐਸਟ ਕੰਟਰੀ ਆਫ ਦੀ ਵਰਲਡ, ਕੌਣ ਹੈ ਜੀ? ਆਪਸ਼ਨ ਏ ਕਰੈਕਟ ਆਂਸਰ, ਫਿਨਲੈਂਡ। ਇਹ ਡਿਟੇਲ ਦੇਖ ਲੈਂਦੇ ਹਾਂ ਜੀ। ਵਰਲਡ ਹੈਪੀਨੈਸ ਰਿਪੋਰਟ ਇੰਡੈਕਸ 2024, ਇੰਡੀਆ ਦਾ ਰੈਂਕ ਕਿੰਨਵਾਂ ਜੀ? 126ਵਾਂ। ਕਿੰਨੀ ਕੰਟਰੀਆਂ ਦੇ ਵਿੱਚੋਂ? 146 ਦੇ ਵਿੱਚੋਂ। 2023 ਦੇ ਵਿੱਚ ਰੈਂਕ ਕਿੰਨਵੀਂ ਸੀ ਜੀ? 126। ਕਿੰਨੀਆਂ ਕੰਟਰੀਆਂ ਦੇ ਵਿੱਚੋਂ? 136 ਦੇ ਵਿੱਚੋਂ। ਟੋਪ ਕੰਟਰੀ ਕੌਣ ਨੇ 2024 ਦੇ ਵਿੱਚ? ਪਹਿਲੀ ਤਾਂ ਫਿਨਲੈਂਡ, ਸੈਕਿੰਡ ਤਾਂ ਡੈਨਮਾਰਕ, ਥਰਡ ਤਾਂ ਆਈਸਲੈਂਡ, ਠੀਕ ਹੈ ਜੀ। ਜਿਹੜੀ ਆਹ ਫਿਨਲੈਂਡ ਆ, ਇਹ 7ਵੀਂ ਵਾਰ ਜਿਹੜੀ ਆ ਗਈ ਇਹ ਟੋਪ 'ਤੇ ਰਹਿਣ ਵਾਲੀ ਕੰਟਰੀ ਬਣ ਚੁੱਕੀ ਹੈ ਜੀ। ਜਿਹੜਾ ਅਫਗਾਨਿਸਤਾਨ ਆ ਉਹ ਬੋਟਮ ਦੇ ਵਿੱਚ ਆ ਜੀ, ਖੁਸ਼ ਕੰਟਰੀਆਂ ਦੇ ਵਿੱਚੋਂ, ਠੀਕ ਹੈ ਜੀ। ਇਹ ਰਿਪੋਰਟ ਕਿਹਨੇ ਪੇਸ਼ ਕੀਤੀ? UN ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ ਨੇ ਰਿਪੋਰਟ ਪੇਸ਼ ਕੀਤੀ। ਇੰਟਰਨੈਸ਼ਨਲ ਡੇ ਆਫ ਹੈਪੀਨੈਸ ਕਦੋਂ ਮਨਾਇਆ ਜਾਂਦਾ ਜੀ? 20 ਮਾਰਚ ਨੂੰ। ਇਹਦੀ ਥੀਮ ਕੀ ਹੈ ਜੀ? ਰੀਕਨੈਕਟਿੰਗ ਫੋਰ ਹੈਪੀਨੈਸ, ਬਿਲਡਿੰਗ ਰੀਸੈਲੈਂਟ ਕਮਿਊਨੀਕੇਟ, ਠੀਕ ਹੈ ਜੀ। ਆਪਾਂ ਇਹ ਡੇਸ ਐਂਡ ਥੀਮ ਦੇ ਵਿੱਚ ਵੀ ਦੇਖੀ ਸੀਗੀ ਵਰਲਡ ਹੈਪੀਨੈਸ ਦੀ ਥੀਮ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹਾਲ ਹੀ ਵਿੱਚ ਜਾਰੀ ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ ਭਾਰਤ ਦਾ ਦਰਜਵਾਂ ਕਿੰਨਾ ਹੈ? ਵਟ ਇਜ਼ ਦੀ ਰੈਂਕ? ਇੰਡੀਆ ਇਜ਼ ਦੀ ਰੀਸੈਂਟਲੀ ਰਿਲੀਜ਼ਡ ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ, ਕਿੰਨਵਾਂ ਜੀ? ਇਹ ਆਪਸ਼ਨ ਸੀ ਕਰੈਕਟ ਆਂਸਰ, 134ਵਾਂ ਸਥਾਨ ਆ ਜੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹਾਲ ਹੀ ਵਿੱਚ ਚਰਚਾ ਹੋਈ ਡੈਮੋਕ੍ਰੇਸੀ ਰਿਪੋਰਟ 2024 ਵਿੱਚ ਹੇਠਾਂ ਦਿੱਤੇ ਵਿੱਚੋਂ ਕਿਸ ਦੁਆਰਾ ਜਾਰੀ ਕੀਤੀ ਗਈ ਹੈ? ਇਹ ਕੀਤੀ ਗਈ ਹੈ ਵੀ ਡੈਮ ਇੰਸਟੀਟਿਊਟ ਦੁਆਰਾ। ਇਹ ਰਿਪੋਰਟ ਡੈਮੋਕ੍ਰੇਸੀ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹੁਰਨ ਰਿਸਰਚ 2024 ਗਲੋਬਲ ਰਿਚ ਲਿਸਟ ਦੇ ਅਨੁਸਾਰ ਕਿਹੜਾ ਸ਼ਹਿਰ ਬੀਜਿੰਗ ਨੂੰ ਪਛਾੜ ਕੇ ਪਹਿਲੀ ਵਾਰ ਏਸ਼ੀਆ ਦਾ ਅਰਬਪਤੀ ਦੀ ਰਾਜਧਾਨੀ ਬਣਿਆ ਹੈ? ਅਕੋਰਡਿੰਗ ਟੂ ਹੁਰਨ ਰਿਸਰਚ 2024 ਗਲੋਬਲ ਰਿਚ ਲਿਸਟ ਵਿੱਚ ਇਸ ਦੀ ਸਸਪੈਸਟ ਬੀਜਿੰਗ, ਮਤਲਬ ਕਿ ਚਾਈਨਾ ਦੇ ਬੀਜਿੰਗ ਨੂੰ ਪਛਾੜ ਕੇ ਕਿਹੜਾ ਬਣਿਆ ਜੀ ਇੰਡੀਆ ਦਾ? ਇਹ ਬਣਿਆ ਜੀ ਮੁੰਬਈ। ਆਪਸ਼ਨ ਬੀ ਕਰੈਕਟ ਆਂਸਰ, ਮੁੰਬਈ ਕਰੈਕਟ ਆਂਸਰ। ਮੁੰਬਈ ਦੇ ਬੀਜਿੰਗ ਦੇ 91 ਦੇ ਮੁਕਾਬਲੇ 92 ਅਰਬਪਤੀਆਂ ਦੇ ਨਾਲ ਏਸ਼ੀਆ ਦਾ ਅਰਬਪਤੀਆਂ ਦੀ ਰਾਜਧਾਨੀ ਬੀਜਿੰਗ ਨੂੰ ਪਛਾੜ ਦਿੱਤਾ ਹੈ, ਮਤਲਬ ਕਿ ਇੱਥੇ 92 ਅਰਬਪਤੀ ਨੇ, ਬੀਜਿੰਗ ਦੇ ਵਿੱਚ 91 ਨੇ। ਚੀਨ ਵਿੱਚ ਹੁਣ ਤੱਕ 814 ਅਰਬਪਤੀ ਸਨ, ਜਦਕਿ ਭਾਰਤ ਵਿੱਚ ਪਹਿਲਾਂ 270 ਅਰਬਪਤੀ ਦੇ ਨਾਲ ਦੂਜੇ ਨੰਬਰ 'ਤੇ ਸੀ। ਵਿਸ਼ਵ ਦੇ ਪੱਧਰ ਅਰਬਪਤੀਆਂ ਨੂੰ ਇਹ ਤੀਜੇ ਨੰਬਰ 'ਤੇ ਹੈ। ਨਿਊਯਾਰਕ ਜਿਹੜਾ ਹੈਗਾ 190 ਨੰਬਰ 'ਤੇ ਹੈ, ਠੀਕ ਹੈ ਜੀ। ਮੁੰਬਈ ਦੇ ਕੋਲ ਹੁਣ ਅਰਬ ਦੇ ਜਾਇਦਾਦ ਦੇ ਪਿਛਲੇ 47% ਦਾ ਵਾਧਾ ਹੋਇਆ, ਇਹ ਵੱਧ ਕੇ $445 ਬਿਲੀਅਨ ਹੋ ਗਈ, ਠੀਕ ਹੈ ਜੀ। ਜਾਇਦਾਦ ਕਿੰਨੀ ਹੋ ਗਈ ਹੈ ਜੀ? $446 ਬਿਲੀਅਨ ਹੋ ਗਈ ਹੈ। ਕਿੰਨੇ ਪਰਸੈਂਟ ਦਾ ਵਾਧਾ ਹੋਇਆ? 47% ਦਾ। ਵਿੱਚ ਕੰਟਰੀ ਹੋਸਟਰ ਦੀ ਥਰਡ ਸਮਿਟ ਆਫ ਦੀ ਡੈਮੋਕ੍ਰੇਸੀ ਆਫ ਕਾਨਫਰੰਸ ਇਨ 2024? ਵਿੱਚ ਕੰਟਰੀ, ਕਿਹੜੀ ਕੰਟਰੀ ਜਿਹੜੀ ਥਰਡ ਸਮਿਟ ਹੋਸਟ ਕਰ ਰਹੀ ਹੈ ਜੀ ਡੈਮੋਕ੍ਰੇਸੀ ਕਾਨਫਰੰਸ ਦਾ? ਉਹ ਕਰ ਰਹੀ ਹੈ ਆਪਸ਼ਨ ਡੀ ਕਰੈਕਟ ਆਂਸਰ, ਸਾਊਥ ਕੋਰੀਆ। ਆਪਸ਼ਨ ਡੀ ਕਰੈਕਟ ਆਂਸਰ, ਸਾਊਥ ਕੋਰੀਆ। ਕਿਸ ਦੇਸ਼ ਨੇ ਮਾਰਚ 2024 ਵਿੱਚ G20 ਦੂਜੇ ਰੁਜ਼ਗਾਰ ਕਾਰਜ ਸਮੂਹ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ? ਵਿੱਚ ਕੰਟਰੀ ਹੋਸਟਡ ਦੀ G20 ਸੈਕਿੰਡ ਇੰਪਲੋਇਮੈਂਟ ਵਰਕਿੰਗ ਗਰੁੱਪ ਮੀਟਿੰਗ ਇਨ ਮਾਰਚ 2024? ਕਿਹਨੇ ਕੀਤੀ ਜੀ ਇਹ? ਕੀਤੀ ਆਪਸ਼ਨ ਏ ਕਰੈਕਟ ਆਂਸਰ, ਬ੍ਰਾਜ਼ੀਲ ਨੇ। ਆਪਸ਼ਨ ਏ ਕਰੈਕਟ ਆਂਸਰ, ਬ੍ਰਾਜ਼ੀਲ। ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਜੀ। ਹੋਪ ਸੋ ਤੁਹਾਨੂੰ ਕਲਾਸ ਬਹੁਤ ਵਧੀਆ ਲੱਗੀ ਹੋਵੇਗੀ। ਆਪਣੇ ਮਾਰਚ ਦੇ, ਫਰਵਰੀ ਮਾਰਚ ਦੇ ਕਰੰਟ ਅਫੇਅਰ ਖਤਮ ਹੋ ਚੁੱਕੇ ਨੇ। ਜੇਕਰ ਤੁਸੀਂ ਇਸ ਕਲਾਸ ਦੀ PDF ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ ਵਿਕਟੀਵੀਆ ਪੰਜਾਬ ਚੈਨਲ PDF ਦੇ ਉੱਪਰ, ਠੀਕ ਹੈ ਜੀ। ਇਹ ਹੁਣ 63 ਮੈਂਬਰ ਨਹੀਂ ਦੇ, ਇੱਥੇ ਘੱਟੋ ਘੱਟ ਨਹੀਂ ਤਾਂ 130-140 ਦੇ ਕਰੀਬ ਮੈਂਬਰ ਹੋ ਚੁੱਕੇ ਨੇ। ਇਸ ਕਲਾਸ ਦੀ PDF ਤੁਹਾਨੂੰ ਵਿਕਟੀਵੀਆ ਪੰਜਾਬ PDF ਚੈਨਲ 'ਤੇ ਮਿਲੇਗੀ, ਇਸ ਲਈ ਤੁਸੀਂ ਸਾਨੂੰ ਟੈਲੀਗ੍ਰਾਮ ਚੈਨਲ 'ਤੇ ਜੁਆਇਨ ਕਰ ਸਕਦੇ ਹੋ। ਜੇਕਰ ਤੁਸੀਂ ਸਾਨੂੰ
ਇੰਸਟਾਗ੍ਰਾਮ 'ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਇਸ ਤੋਂ ਬਾਅਦ ਜੇਕਰ ਤੁਸੀਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਨਹੀਂ ਕਰਿਆ ਤਾਂ ਜਾ ਕੇ ਲਾਈਕ ਸਬਸਕ੍ਰਾਈਬ ਕਰ ਦਿਓ, ਤਾਂ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਕਿ ਇਸਦੇ ਬਹੁਤ ਵਧੀਆ ਕੰਟੈਂਟ ਦੇ ਵਿੱਚ ਪੜ੍ਹਾਇਆ ਜਾਂਦਾ। ਇਸ ਦੇ ਨਾਲ ਹੀ ਜੇਕਰ ਤੁਸੀਂ ਸਾਨੂੰ ਆਫਲਾਈਨ ਜੁਆਇਨ ਕਰਨਾ ਚਾਹੁੰਦੇ ਹੋ ਤਾਂ 20 ਅਪ੍ਰੈਲ ਨੂੰ ਆਪਣਾ ਆਫਲਾਈਨ ਬੈਚ ਸ਼ੁਰੂ ਹੋਣ ਜਾ ਰਿਹਾ ਜੀ, ਠੀਕ ਹੈ ਜੀ। ਇਸ ਦੇ ਵਿੱਚ PSSB ਸੀਨੀਅਰ ਅਸਿਸਟੈਂਟ ਲੇਬਰ ਇੰਸਪੈਕਟਰ ਅਤੇ ਪੰਜਾਬ ਪੁਲਿਸ ਦੇ ਸਪੈਸ਼ਲ ਬੱਚਿਆਂ ਲਈ ਇਹ ਬੈਚ ਸ਼ੁਰੂ ਕੀਤਾ ਜਾ ਰਿਹਾ। ਇਸ ਲਈ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਬੱਸ ਸਟੈਂਡ ਨੇੜੇ, ਪੰਜਾਬ ਨੈਸ਼ਨਲ ਬੈਂਕ ਮੇਨ ਬ੍ਰਾਂਚ ਫਰੀਦਕੋਟ, ਠੀਕ ਹੈ ਜੀ। ਦਿੱਤੇ ਹੋਏ ਨੰਬਰਾਂ 'ਤੇ ਵੀ ਕੰਟੈਕਟ ਕਰ ਸਕਦੇ ਹੋ। ਜੇਕਰ ਤੁਸੀਂ ਪੰਜਾਬ ਪੁਲਿਸ ਜਾਂ ਕਿਸੇ ਇੱਕ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਉਸਦੀ ਮਾਤਰ ਫੀਸ 7000 ਰਹੇਗੀ, ਅਤੇ ਜੇਕਰ ਤੁਸੀਂ ਕੰਬਾਈਨ ਐਗਜ਼ਾਮ ਦੀ ਤਿਆਰੀ ਕਰਦੇ ਹੋ, ਮਤਲਬ ਕਿ ਸਾਰੇ ਐਗਜ਼ਾਮ ਦੀ ਤਿਆਰੀ ਕਰਦੇ ਹੋ, ਉਸਦੀ ਫੀਸ 9000 ਰਹੇਗੀ, ਠੀਕ ਹੈ ਜੀ। ਮਿਲਦੇ ਹਾਂ ਜੀ ਆਪਾਂ ਅਗਲੀ ਕਲਾਸ ਦੇ ਵਿੱਚ। ਥੈਂਕ ਯੂ, ਧੰਨਵਾਦ।